ਗੁਰੂ ਰੂਪ ਖਾਲਸਾ ਸਾਧ ਸੰਗਤ ਹਾਜ਼ਰੀਆਂ ਭਰ ਰਹੇ ਮਾਈ ਭਾਈ ਆਓ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਸ਼ੀਸ਼ ਨਿਵਾਈਏ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਾਰਜੋਗਿਆਂ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ ਸ਼੍ਰੀ ਅਖੰਡ ਪਾਠ ਸਾਹਿਬ ਜੀ ਜੋ ਕੱਲ੍ਹ ਰੋਜ਼ ਤੋਂ ਪ੍ਰਾਰੰਭ ਹੋਏ ਨੇ ਉਹਨਾਂ ਸ਼ਹੀਦਾਂ ਦੇ ਨਿਮਿੱਤ ਜਿਨ੍ਹਾਂ ਨੇ ਪੰਥ ਲਈ ਕੌਮ ਲਈ ਧਰਮ ਲਈ ਕੁਰਬਾਨੀਆਂ ਕੀਤੀਆਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੁਰਬ ਆਪਾਂ ਮਨਾ ਰਹੇ ਹਾਂ ਸੋ ਸਤਿਗੁਰੂ ਕਿਰਪਾ ਕਰਨ ਕੱਲ੍ਹ ਦੇ ਦਿਹਾੜੇ ਦੇ ਅੰਦਰ ਉਹਨਾਂ ਸ਼ਹੀਦਾਂ ਉਹਨਾਂ ਮਹਾਂਪੁਰਖਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਆਪਾਂ ਯਤਨ ਕਰਾਂਗੇ ਕਿ ਕੁਝ ਨਾ ਕੁਝ ਹਾਜ਼ਰੀ ਭਰੀਏ ਅਤੇ ਮੈਂ ਸਮਾਂ ਆਪ ਜੀ ਦਾ ਬਹੁਤਾ ਅਲਮੇਰਾ ਸੰਗਤ ਜੀ ਨਾ ਲਵਾਂ ਕੱਲ੍ਹ ਆਪ ਸੰਗਤਾਂ ਦੇ ਚਰਨਾਂ ਦੇ ਅੰਦਰ ਆਪਾਂ ਬੇਨਤੀ ਕੀਤੀ ਕਿ ਭਾਈ ਅਰਦਾਸ ਕੀ ਹੈ ਅਰਦਾਸ ਕਿਸ ਦੇ ਅੱਗੇ ਕੀਤੀ ਜਾ ਸਕਦੀ ਹੈ ਅਤੇ ਅਰਦਾਸ ਦਾ ਮਹੱਤਵ ਕੀ ਹੈ ਕੁਝ ਕੁ ਬੇਨਤੀਆਂ ਆਪ ਦੇ ਚਰਨਾਂ ਦੇ ਵਿੱਚ ਰੱਖੀਆਂ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਬਾਜਾਂ ਵਾਲੇ ਸਤਿਗੁਰੂ ਜੀ ਨੂੰ ਪੁੱਛਦੇ ਹਾਂ ਕਿ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਅਰਦਾਸ ਦੇ ਪ੍ਰਥਾਈ ਕੀ ਹੁਕਮ ਕੀਤਾ ਹੈ ਅਤੇ ਮੈਂ ਕੱਲ੍ਹ ਥੋੜ੍ਹਾ ਜਿਹਾ ਆਪ ਜੀ ਦੇ ਗਿਆਤ ਵਾਸਤੇ ਜ਼ਿਕਰ ਕੀਤਾ ਸੀ ਕਿ ਸਤਿਗੁਰੂ ਨੇ ਕਿਰਪਾ ਕੀਤੀ ਹੈ ਭਾਈ ਕਿ ਇੱਕ ਨਹੀਂ ਦੋ ਨਹੀਂ 101 ਅਰਦਾਸਾਂ ਦੱਸੀਆਂ ਨੇ ਸਿੱਖ ਵਾਸਤੇ ਕਿ ਕਿਹੜੀਆਂ ਗੁਰੂ ਦੇ ਚਰਨਾਂ ਦੇ ਅੰਦਰ ਕਰਨੀਆਂ ਨੇ ਕਦੋਂ ਕਰਨੀਆਂ ਨੇ ਕਿਵੇਂ ਕਰਨੀਆਂ ਨੇ ਕਿਉਂਕਿ ਅੱਜ ਅਰਦਾਸ ਦੇ ਨਾਂ ਦੇ ਉੱਪਰ ਵੀ ਸੰਗਤਾਂ ਦੇ ਮਨ ਦੇ ਅੰਦਰ ਬਹੁਤ ਭੁਲੇਖਾ ਜਿਹਾ ਪਾ ਦਿੱਤਾ ਜਾਂਦਾ ਹੈ ਕਿ ਇਹਦੀ ਜ਼ਰੂਰਤ ਨਹੀਂ ਇਉਂ ਨਹੀਂ ਕਰਨਾ ਅਤੇ ਇਉਂ ਕਰਨਾ ਹੈ ਇਹ ਨਹੀਂ ਕਰਨਾ ਅਤੇ ਉਹ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕੀ ਸਮਝਾਉਂਦੇ ਨੇ ਭਾਈ ਆਓ ਗੁਰੂ ਸਾਹਿਬ ਜੀ ਦੇ ਬਚਨ ਸਰਵਣ ਕਰਦੇ ਹਾਂ ਅਤੇ ਇੰਨਾ ਆਪਣੇ ਕੋਲ ਲੰਮਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਨਹੀਂ ਹੋਣਾ ਕਿ ਪੂਰੀਆਂ ਦੀਆਂ ਪੂਰੀਆਂ 101 ਅਰਦਾਸਾਂ ਮੈਂ ਆਪ ਦੇ ਨਾਲ ਸਾਂਝੀਆਂ ਕਰ ਸਕਾਂ ਸੋ ਆਓ ਜਿੰਨਾ ਕੁ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਯਤਨ ਕਰਾਂਗੇ ਕਿ ਆਪਾਂ ਵੱਧ ਤੋਂ ਵੱਧ ਸਤਿਗੁਰੂ ਜੀ ਦੇ ਚਰਨਾਂ ਦਾ ਲਾਹਾ ਲੈ ਸਕੀਏ ਅਤੇ ਸਤਿਗੁਰੂ ਜੀ ਦੀਵਾਨ ਦੇ ਅੰਦਰ ਸਜੇ ਨੇ ਜਿਵੇਂ ਆਪਾਂ ਸਜੇ ਬੈਠੇ ਹਾਂ ਗੁਰੂ ਦੀ ਹਜ਼ੂਰ ਦੇ ਅੰਦਰ ਅਤੇ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਸਿੱਖ ਨੇ ਆ ਕਰਕੇ ਬੇਨਤੀ ਕੀਤੀ ਜੋਦੜੀ ਕੀਤੀ ਅਤੇ ਕੀ ਕਹਿੰਦਾ ਹੈ ਸਤਿਗੁਰੂ ਜੀ ਨੂੰ ਅਤੇ ਸਤਿਗੁਰੂ ਜੀ ਕੀ ਬਚਨ ਪ੍ਰਮਾਨ ਕਰਦੇ ਨੇ ਆਓ ਭਾਈ ਰਲ ਮਿਲ ਕਰਕੇ ਬਿਰਤੇ ਇਕਾਗਰ ਕਰੀਏ ਅਤੇ ਸਰਵਣ ਕਰਨ ਦਾ ਯਤਨ ਕਰੀਏ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਤਿਗੁਰ ਆਏ ਸਭਾ ਮਹਿ ਸਿੱਖਣ ਸ਼੍ਰੇ ਕਰੰਤ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਜੇ ਹੋਏ ਦੀਵਾਨ ਦੇ ਅੰਦਰ ਆ ਕਰਕੇ ਬਿਰਾਜੇ ਹਨ ਆਪਣੇ ਸਿੱਖਾਂ ਨੂੰ ਖੁਸ਼ੀਆਂ ਦੇਣ ਵਾਸਤੇ ਖਾਲਸੇ ਪੰਥ 'ਤੇ ਕਿਰਪਾ ਕਰਨ ਵਾਸਤੇ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੈ ਅਤੇ ਮਹਾਰਾਜ ਆ ਕਰਕੇ ਬਿਰਾਜੇ ਹਨ ਭਾਈ ਸਿੱਖ ਬਣੀਆਂ ਤਬ ਨਮੋ ਕਰ ਥਿਰਿਓ ਨਿਕਟ ਭਗਵੰਤ ਇੱਕ ਗੁਰੂ ਜੀ ਦਾ ਸਿੱਖ ਜਿਹੜਾ ਕਿਰਤ ਬਿਰਤ ਕਰਦਾ ਹੈ ਵਪਾਰ ਦੀ ਬਣੀਆਂ ਜੇਕਰ ਆਇਆ ਇੱਥੇ ਧਰਮ ਦਾ ਇੱਥੇ ਜਾਤ ਦਾ ਇੱਥੇ ਗੋਤ ਦਾ ਕੋਈ ਲੈਣ ਦੇਣ ਨਹੀਂ ਲੱਕੜੀ ਦਾ ਕੰਮ ਕਰਨ ਵਾਲਾ ਤਰਖਾਣ ਕਹਾਇਆ ਹੈ ਲੋਹੇ ਦਾ ਕੰਮ ਕਰਨ ਵਾਲਾ ਲੁਹਾਰ ਕਿਹਾ ਜਾਂਦਾ ਹੈ ਇਸੇ ਪ੍ਰਕਾਰ ਕਿਰਤ ਕਰਦਿਆਂ ਸੌਦਾ ਵੇਚਣ ਵਾਲਾ ਵਪਾਰੀ ਦੁਕਾਨਦਾਰ ਉਸਨੂੰ ਬਣੀਆਂ ਕਿਹਾ ਭਾਵੇਂ ਕਿ ਸਾਡੀ ਸਮਤ ਬੜੀ ਛੋਟੀ ਹੋ ਗਈ ਹੈ ਹਰ ਲਫ਼ਜ਼ ਨੂੰ ਅਸੀਂ ਕਿ ਦੱਸ ਭਾਈ
ਕਿਸ ਵਾਸਤੇ ਆਇਆ ਹੈ, ਕੀ ਚਾਹੁੰਦਾ ਹੈ। ਹਮ ਪੱਕੋ ਨਿਰਮਲ ਸਿੱਖ ਅਹੈਂ। ਤੇ ਸਤਿਗੁਰੂ ਜੀ ਫਿਰ ਬਚਨ ਕਰਦੇ ਨੇ ਕਿ ਸਾਡੇ ਚਰਨਾਂ ਦਾ ਬੜਾ ਪਿਆਰਾ ਬੜਾ ਨਿਰਮਲ ਸਿੱਖ ਹੈ ਇਹ। ਦਿਸ ਦੱਖਣ ਮੈਂ ਇੱਕ ਤੂੰ ਰਹੈਂ। ਤੇ ਦੱਖਣ ਦੇਸ਼ ਤੋਂ ਆਇਆ ਹੈ ਕਿ ਦੱਖਣ ਦੇਸ਼ ਦੇ ਵੱਲ ਬਹੁਤੀ ਵਸੋਂ ਨਹੀਂ ਸਿੱਖਾਂ ਦੀ, ਬਹੁਤ ਥੋੜੇ ਸਿੱਖ ਵੱਸਦੇ ਨੇ। ਤੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਕਰਨ ਵਾਲਾ ਇਹ ਗੁਰੂ ਦਾ ਨਿਰਮਲ ਸਿੱਖ ਹੈ ਜਿਹੜਾ ਦੱਖਣ ਤੋਂ ਆਇਆ ਹੈ। ਦੱਖਣ ਵਿਖੇ ਸਿੱਖ ਹੈ ਥੋਰੇ, ਤੁਮ ਸੰਸਰ ਤੈ ਕੋਹੇ ਨਾ ਓਰੇ। ਦੱਖਣ ਦੇ ਵਿੱਚ ਬਹੁਤ ਥੋੜੀ ਗਿਣਤੀ ਦੇ ਵਿੱਚ ਸਿੱਖ ਵੱਸਦੇ ਨੇ, ਪਰ ਤੇਰੇ ਵਰਗੇ ਭਾਵਨਾ ਵਾਲੇ ਪ੍ਰੀਤ ਵਾਲੇ ਬਹੁਤ ਥੋੜੇ ਹਨ ਜਿਹੜੇ ਗੁਰੂ ਤੇ ਭਰੋਸਾ ਰੱਖਦੇ ਹਨ। ਤਬ ਕਰ ਜੋਰ ਵਿਸੰਬਰ ਦਾਸ, ਗੁਰੂ ਪਾਸ ਇਮ ਕਰਿਓ ਪ੍ਰਕਾਸ਼। ਫਿਰ ਉਸ ਦਾ ਨਾਮ ਹੈ ਵਿਸੰਬਰ ਦਾਸ, ਹੱਥ ਜੋੜ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਨਮਸਕਾਰ ਕੀਤੀ ਹੈ ਤੇ ਸਤਿਗੁਰੂ ਜੀ ਦੇ ਪਾਸੋਂ ਬਚਨ ਸਰਵਣ ਕਰ ਰਿਹਾ ਹੈ। ਜਰਾ ਇਕਾਗਰ ਹੋ ਕਰਕੇ ਸਰਵਣ ਕਰਨਾ ਭਾਈ, ਬੜੇ ਕੰਮ ਦੇ ਬਚਨ ਨੇ। ਸਾਡੇ ਰੋਜ਼ਾਨਾ ਜੀਵਨ ਦੇ ਅੰਦਰ ਆਉਣ ਵਾਲੀਆਂ ਤੰਗੀਆਂ ਤੋਟੀਆਂ, ਗੁਰੂ ਤੋਂ ਮੰਗਣ ਵਾਲੀਆਂ ਮੰਗਾਂ ਸਾਡੇ ਨਾਲ ਵੀ ਸੰਬੰਧਿਤ ਹੋਣਗੀਆਂ। ਜਰਾ ਇਕਾਗਰ ਹੋ ਕਰਕੇ ਸਰਵਣ ਕਰੋ ਜੀ। ਪ੍ਰਭ ਜੀ ਦਰਦ ਪਾਕਰ ਮੋਰੇ। ਸੱਚੇ ਪਾਤਸ਼ਾਹ ਘਰ ਦੇ ਅੰਦਰ ਧਨ ਦੌਲਤ ਮਾਇਆ ਦਾ ਪਹਿਰਾ ਘਟ ਗਿਆ ਹੈ। ਵਿਸੰਬਰ ਦਾਸ ਬੇਨਤੀ ਕਰਦਾ ਹੈ ਸਤਿਗੁਰੂ ਨੂੰ, ਸਤਿਗੁਰੂ ਜੀ ਮਾਇਆ ਦੌਲਤ ਦਾ ਪਹਿਰਾ ਘਟ ਗਿਆ ਹੈ, ਕੋਈ ਗਰੀਬੀ ਛਾ ਰਹੀ ਹੈ। ਸਕਲ ਪਦਾਰਥ ਹੱਥ ਪਏ ਥੋਰੇ। ਸਾਰੇ ਪਦਾਰਥ ਸਤਿਗੁਰੂ ਜੀ ਪੂਰੇ ਨਹੀਂ ਪੈ ਰਹੇ, ਬੜਾ ਤੰਗੀ ਦੇ ਸਮੇਂ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਸੱਚੇ ਪਾਤਸ਼ਾਹ। ਪੂਰਬ ਕਰੋ ਦਰਦ ਸੰਪਦਾ ਭਾਰੀ। ਸੱਚੇ ਪਾਤਸ਼ਾਹ ਕਿਰਪਾ ਕਰਕੇ ਪਹਿਲਾਂ ਤੇ ਮਾਇਆ ਨੂੰ ਵਧਾਉਣ ਦਾ ਸਾਨੂੰ ਕੋਈ ਕਿਰਪਾ ਕਰਕੇ ਉਪਰਾਲਾ ਦੱਸੋ, ਤੇ ਹੁਣ ਸਾਡੇ ਮਨ ਥੋੜੇ ਸੁਚੇਤ ਹੋਏ ਹੋਣਗੇ ਕਿ ਭਾਈ ਇੱਛਾ ਤੇ ਸਾਡੀ ਵੀ ਇਹੀ ਰਹਿੰਦੀ ਹੈ। ਸਤਿਗੁਰੂ ਜੀ ਨੂੰ ਪੁੱਛ ਰਿਹਾ ਹੈ ਕਿ ਸੱਚੇ ਪਾਤਸ਼ਾਹ ਪਹਿਲਾਂ ਕਿਰਪਾ ਕਰਕੇ ਕੋਈ ਉਪਰਾਲਾ ਦੱਸੋ ਕਿ ਧਨ ਦੌਲਤ ਵੱਧ ਜਾਵੇ, ਮੇਰੀ ਇਨਕਮ ਦੇ ਵਿੱਚ ਵਾਧਾ ਹੋਵੇ। ਪਿੱਛੇ ਪੁੱਛੋ ਮਮਤਾ ਟਾਰੀ। ਤੇ ਸੱਚੇ ਪਾਤਸ਼ਾਹ ਫਿਰ ਬਾਅਦ ਦੇ ਵਿੱਚ ਮੈਂ ਮੁਕਤੀ ਦਾ ਮਾਰਗ ਵੀ ਪੁੱਛਦਾ ਕਿ ਜੀਵਨ ਦੇ ਅੰਦਰ ਨਿਰਵਾਹ ਕਿਵੇਂ ਕੀਤਾ ਜਾਵੇ। ਤੇ ਹੁਣ ਮੰਗ ਵੇਖੋ, ਪਹਿਲਾਂ ਤੇ ਮੰਗ ਹੋਣੀ ਚਾਹੀਦੀ ਸੀ ਕਿ ਸਤਿਗੁਰੂ ਕਿਰਪਾ ਕਰਕੇ ਮਨ ਦੇ ਅੰਦਰ ਵਿਸ਼ਵਾਸ ਭਰੋਸਾ ਬਖਸ਼ੋ, ਪਰ ਮੰਗ ਪਹਿਲਾਂ ਰੱਖੀ ਹੈ ਕਿ ਜੀ ਪਹਿਲਾਂ ਸੰਪਦਾ ਵਧਾਉਣ ਵਾਸਤੇ ਮਾਇਆ ਦੌਲਤ ਘਰ ਦੇ ਵਿੱਚ ਪਹਿਰਾ ਵੱਧ ਜਾਵੇ, ਉਹਦੇ ਵਾਸਤੇ ਉਪਾਅ ਦੱਸੋ, ਤੇ ਨਾਲ ਆਪਣੇ ਸਿੱਖ ਦੇ ਜੀਵਨ ਦੇ ਅੰਦਰ ਖੁਸ਼ੀਆਂ ਵਾਸਤੇ ਵੀ ਕਿਰਪਾ ਕਰੋ ਜੀ। ਸੁਣ ਕਰ ਸ਼੍ਰੀ ਸਤਿਗੁਰ ਮੁਸਕਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ ਹਨ। ਵਧੈ ਸੰਪਦਾ ਤਥਾ ਬਤਾਏ। ਸਤਿਗੁਰੂ ਜੀ ਨੇ ਫਿਰ ਬਚਨ ਕੀਤਾ ਹੈ ਕਿ ਭਾਈ ਸੰਪਦਾ ਕਿਵੇਂ ਵਧੇਗੀ, ਪੂੰਜੀ ਕਿਵੇਂ ਵਧੇਗੀ। ਦਰਸ਼ਨ ਕਰ ਘਰ ਜੈ ਹੂੰ ਜਬ ਹੂੰ। ਤੇ ਸਤਿਗੁਰੂ ਜੀ ਫਿਰ ਬਚਨ ਕਰ ਰਹੇ ਨੇ ਕਿ ਭਾਈ ਜਦੋਂ ਦਰਸ਼ਨ ਕਰਕੇ ਹਾਜ਼ਰੀਆਂ ਭਰ ਕੇ ਵਾਪਸ ਆਪਣੇ ਘਰ ਪਰਿਵਾਰ ਦੇ ਵਿੱਚ ਜਾਵੇਂਗਾ। ਕਰੋ ਕਰੋ ਪ੍ਰਸ਼ਾਦ ਸੋ ਤਬ ਹੂੰ। ਤੇ ਘਰ ਜਾ ਕਰਕੇ ਕੀ ਕਰਨਾ ਹੈ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ। ਤੇ ਸੰਗਤ ਜੀ ਅੱਜ ਤੇ ਭੋਗ ਲਵਾਉਣ ਤੇ ਪ੍ਰਵਾਨ ਕਰਾਉਣ ਤੇ ਵੀ ਬੜੇ ਛੰਕੇ ਜਿਹੇ ਪੈਦਾ ਕਰ ਦਿੱਤੇ ਜਾਂਦੇ ਨੇ। ਤੇ ਸਤਿਗੁਰੂ ਫਿਰ ਆਪ ਬਚਨ ਕਰਕੇ ਦੱਸ ਰਹੇ ਨੇ ਗੁਰਸਿੱਖ ਨੂੰ ਕਿ ਭਾਈ ਧਨ ਦੌਲਤ ਦਾ ਪੈਰ ਵਧਾਉਣਾ ਚਾਹੁੰਦਾ ਹੈ ਤੇ ਕਿਹੜਾ ਉਪਾਅ ਕਰਨਾ ਹੈ, ਆਪਣੇ ਘਰ ਪਰਿਵਾਰ ਦੇ ਵਿੱਚ ਜਾ ਕਰਕੇ ਦੇਗ ਤਿਆਰ ਕਰਨ ਦਾ ਪ੍ਰਬੰਧ ਕਰੋ। ਉਪਰਸ਼ਾਦ ਵਸਤਰ ਕੋ ਦੀਦੈ। ਇੱਕ ਸਾਫ ਸੁੰਦਰ ਸਵੱਛ ਵਸਤਰ ਜਿਹੜਾ ਸਾਫ ਹੋਵੇ ਉਹ ਦੇਗ ਤਿਆਰ ਕਰਕੇ ਉਸ ਦੇਗ ਦੇ ਉੱਪਰ ਦੇਣਾ ਹੈ, ਦੇਗ ਨੂੰ ਢਕਣਾ ਹੈ। ਪਾਠ ਆਨੰਦ ਤੀਨ ਕਰ ਲੀਜੈ। ਤੇ ਨਾਲ ਮਹਾਰਾਜ ਨੇ ਫਿਰ ਮਰਿਆਦਾ ਵੀ ਦੱਸ ਦਿੱਤੀ ਹੈ, ਪਾਠ ਆਨੰਦ ਤੀਨ ਕਰ ਲੀਜੈ। ਸ਼੍ਰੀ ਆਨੰਦ ਸਾਹਿਬ ਜੀ ਦੇ ਪਾਠ ਤਿੰਨ ਕਰਨੇ ਹਨ ਭਾਈ ਦੇਗ ਤਿਆਰ ਕਰਕੇ। ਤੇ ਸਤਿਗੁਰੂ ਕਿਰਪਾ ਕਰਦੇ ਨੇ
ਗਿਆਨੀ ਜੀ ਦਾਸ ਦੇ ਨਾਲ ਵਿਰਾਜਮਾਨ ਨੇ, ਟਕਸਾਲ ਦੇ ਵਿੱਚ ਪੜ੍ਹੇ ਹੋਏ ਵਿਦਿਆਰਥੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਦੇਗ ਤਿਆਰ ਕਰਨ ਵੇਲੇ ਜਿੱਥੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ, ਉਪਰੰਤ ਗੁਰੂ ਕੇ ਹਜ਼ੂਰ ਬਹਿ ਕਰਕੇ ਪਾਠੀ ਸਿੰਘ ਘੱਟ ਤੋਂ ਘੱਟ ਇੱਕ ਆਨੰਦ ਸਾਹਿਬ ਸੰਪੂਰਨ 40 ਪੌੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਨੰਦ ਸਾਹਿਬ ਜੀ ਦੀਆਂ ਪੜ੍ਹ ਕੇ ਫਿਰ ਉਸ ਦੇਗ ਨੂੰ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕੀਤਾ ਜਾਂਦਾ ਹੈ। ਅਰਦਾਸ ਦੇ ਵਿੱਚ ਸਤਿਗੁਰੂ ਜੀ ਤੋਂ ਪ੍ਰਵਾਨਗੀ ਲਈ ਜਾਂਦੀ ਹੈ। ਅੱਜ ਤਾਂ ਸਮਾਂ ਬੜਾ ਛੇਤੀ ਛੇਤੀ ਦਾ ਹੋ ਗਿਆ ਕਿ ਬਾਣੀ ਪੜ੍ਹਨੀ ਛੱਡੀ ਜਾਂਦੇ ਹਾਂ, ਅਤੇ ਸਤਿਗੁਰੂ ਜੀ ਦੀ ਮਰਿਆਦਾ ਨੂੰ ਵੀ ਭਾਈ ਅਸੀਂ ਕੱਟੀ ਵੱਢੀ ਜਾਂਦੇ ਹਾਂ। ਅਤੇ ਯਾਦ ਰੱਖਿਓ ਗੁਰੂ ਪਿਆਰਿਓ, ਨਿੰਦਿਆ ਨਹੀਂ ਜੇ ਕੰਮ ਪੂਰਾ ਨਹੀਂ, ਅਤੇ ਪੂਰੇ ਦੇ ਅੱਗੇ ਕੀਤੀ ਹੋਈ ਅਰਦਾਸ ਤੇਰੀ ਫਲੇ ਕਿਵੇਂ। ਅਤੇ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ ਨਾ ਸੁਖਮਨੀ ਸਾਹਿਬ ਦੇ ਅੰਦਰ, ਪੂਰੇ ਕਾ ਕੀਆ ਸਭ ਕੁਛ ਪੂਰਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਉਸ ਪੂਰੇ ਦਾ ਕੀਤਾ ਤਦ ਹੀ ਪੂਰਾ ਹੋਵੇਗਾ ਜੇ ਉਹਦੀ ਪੂਰਨ ਮਰਿਆਦਾ ਦੇ ਵਿੱਚ ਆਈਏ। ਜੇ ਗੁਰੂ ਦੀ ਮਰਿਆਦਾ ਪੂਰੀ ਨਹੀਂ ਤਾਂ ਗੁਰੂ ਦੀਆਂ ਖੁਸ਼ੀਆਂ ਵੀ ਪੂਰੀਆਂ ਨਹੀਂ ਮਿਲਦੀਆਂ। ਅਤੇ ਉਸ ਸਿੱਖ ਨੂੰ ਫਿਰ ਸਤਿਗੁਰੂ ਦੱਸ ਰਹੇ ਨੇ, ਭਾਈ ਤਿੰਨ ਆਨੰਦ ਸਾਹਿਬ ਜੀ ਦੇ ਪਾਠ ਕਰਨੇ ਹਨ, ਉਪਰੰਤ ਪ੍ਰਥਮ ਪੜੋ ਜਬ ਬੈਠੋ ਪਾਸ, ਬਾਟਾ ਤਿਆਰ ਕਰਕੇ ਸਵੱਛ ਬਸਤਰ ਦੇ ਕਰਕੇ ਭਾਈ ਆਨੰਦ ਸਾਹਿਬ ਜੀ ਦੇ ਤਿੰਨ ਪਾਠ ਕਰਨੇ ਹਨ। ਸਤਿਗੁਰ ਹਿਤ ਦੇਹੋ ਪੰਚ ਗਿਰਾਸ, ਤੇ ਪਹਿਲਾਂ ਜਪਜੀ ਸਾਹਿਬ ਪੜ੍ਹ ਕੇ ਜਦੋਂ ਦੇਗ ਤਿਆਰ ਕੀਤੀ ਆਨੰਦ ਸਾਹਿਬ ਜੀ ਦੇ ਪਾਠ ਕਰਕੇ, ਫਿਰ ਸਤਿਗੁਰੂ ਜੀ ਨੂੰ ਭੇਟਾ ਕਰਨ ਵੇਲੇ ਪੰਜ ਗੱਫੇ ਕੱਢ ਕਰਕੇ ਇੱਕ ਵੱਖਰੇ ਬਰਤਨ ਦੇ ਵਿੱਚ ਸੰਗਤ ਜੀ ਕੱਢੇ ਜਾਂਦੇ ਨੇ ਅਰਦਾਸ ਤੋਂ ਉਪਰੰਤ। ਆਪ ਜੀ ਨੇ ਦੇਖਿਆ ਹੋਵੇਗਾ ਗਿਆਨੀ ਸਿੰਘ ਜੀ ਛਾਂਦਾ ਕੱਢਦੇ ਨੇ ਪੰਜਾਂ ਸਿੰਘਾਂ ਦਾ, ਫਿਰ ਸਤਿਗੁਰੂ ਜੀ ਨੇ ਮਰਿਆਦਾ ਦਿੱਤੀ ਹੈ ਭਾਈ ਪੰਜ ਗੱਫੇ ਕੱਢਣੇ ਹਨ। ਸਤਿਗੁਰ ਹਿਤ ਦੇਹੋ ਪੰਚ ਗਿਰਾਸ, ਤੇ ਸਤਿਗੁਰੂ ਜੀ ਦੇ ਨਿਮਿਤ, ਗੁਰੂ ਕੇ ਪਿਆਰਿਆਂ ਦੇ ਨਿਮਿਤ ਉਹ ਪੰਜ ਛਾਂਦੇ ਕੱਢਣੇ ਹਨ। ਪੰਜ ਸਿੱਖ ਕੋ ਕਰੋ ਅਚਾਵਨ, ਤੇ ਜੇਕਰ ਅੰਮ੍ਰਿਤ ਧਾਰੀ ਪੰਜ ਤਿਆਰ ਬਰਤਿਆਰ ਸਿੰਘ ਹਾਜ਼ਰ ਹੋਣ, ਤੇ ਵਹਿਮ ਨਹੀਂ ਕਰਨਾ ਭਾਵੇਂ ਉਹ ਬੀਬੀਆਂ ਹੋਣ ਤੇ ਭਾਵੇਂ ਉਹ ਭਾਈ ਮਰਦ ਹੋਣ, ਤਿਆਰ ਬਰ ਤਿਆਰ ਅੰਮ੍ਰਿਤ ਧਾਰੀ ਪੰਜ ਸਿੰਘ ਜਾਂ ਪੰਜ ਬੀਬੀਆਂ ਜੇਕਰ ਦੀਵਾਨ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਨੂੰ ਪਹਿਲਾ ਗੱਫਾ ਵਰਤਾਇਆ ਜਾਵੇ। ਤੇ ਤਨ ਮਨ ਪਵਿੱਤਰ ਤੇ ਪਾਵਨ ਕਰਕੇ ਦੇਗ ਤਿਆਰ ਕਰਨ ਵੇਲੇ ਮਨ ਦੇ ਅੰਦਰ ਕੋਈ ਲਾਲਸਾ, ਕੋਈ ਲੋਭ, ਕੋਈ ਲਾਲਚ ਨਹੀਂ ਰੱਖਣਾ, ਕੇਵਲ ਗੁਰੂ ਨੂੰ ਯਾਦ ਕਰਕੇ ਇਹ ਸਾਰਾ ਕਾਰਜ ਕਰਨਾ ਹੈ। ਰਹਿਤ ਅਰਦਾਸ ਭੇਵ ਜੋ ਜਾਣੈ, ਬਦਲ ਹੈ ਤਬ ਮੰਤਰ ਮਹਾਨੈ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਕੋਈ ਮੰਤਰ, ਕੋਈ ਤੰਤਰ, ਕੋਈ ਯੰਤਰ ਕੀ ਕਰਨਗੇ। ਦੋਹਰਾ ਰਹਿਤ ਅਰਦਾਸ ਜੇ ਜਾਣੀਐ ਕਿਆ ਹੈ ਤਬ ਮੰਤ, ਕਿ ਜਿਸ ਦੇ ਜੀਵਨ ਦੇ ਅੰਦਰ ਗੁਰੂ ਕੀ ਅਰਦਾਸ ਦਾ ਮੰਤਰ ਆ ਗਿਆ, ਜਿਹਨੂੰ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਆ ਗਈ, ਜਿਹਨੂੰ ਗੁਰੂ ਤੇ ਭਰੋਸਾ ਕਰਕੇ ਅਰਦਾਸ ਕਰਨ ਦਾ ਵੱਲ ਆ ਗਿਆ, ਉਸ ਦੇ ਅੱਗੇ ਕੋਈ ਤੰਤਰ ਕੋਈ ਮੰਤਰ ਕਦੇ ਠਹਿਰ ਨਹੀਂ ਸਕਦਾ। ਜਪ ਪ੍ਰਯੋਗ ਅਰ ਸਿੱਧਤਾ, ਸਿੱਖ ਅਰਦਾਸ ਸਿੱਧ ਸੰਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦਿਆਂ ਹੋਇਆਂ ਸੁਚਮ ਦੇ ਨਾਲ ਅਤੇ ਸ਼ੁੱਧਤਾ ਦੇ ਨਾਲ, ਜਿਵੇਂ ਬਰਤਨ ਪਹਿਲਾਂ ਮਾਂਜ ਕੇ ਸੁਧਾਈ ਕੀਤੀ ਜਾਂਦੀ ਹੈ, ਉਪਰੰਤ ਦੇਗ ਤਿਆਰ ਕੀਤੀ ਜਾਂਦੀ ਹੈ, ਦੇਗ ਤਿਆਰ ਕਰਨ ਵੇਲੇ ਬਾਣੀ ਪੜ੍ਹੀ ਜਾਂਦੀ ਹੈ, ਸੋ ਸਤਿਗੁਰੂ ਜੀ ਕਿਰਪਾ ਕਰਕੇ ਭਾਈ ਬਖਸ਼ਿਸ਼ ਕਰਦੇ ਹਨ ਕਿ ਸ਼ੁੱਧਤਾ ਦਾ ਤੇ ਸਵੱਛਤਾ ਦਾ ਪਹਿਰਾ ਵਧਾਉਣਾ ਹੈ। ਤੇ ਇੱਕ ਬੇਨਤੀ ਸੰਗਤ ਜੀ ਹੋਰ ਕਰਦਾ ਜਾਵਾਂ, ਅਕਲ ਪਰਸੋਂ ਦੀ ਗੱਲ ਹੈ, ਮੈਂ ਸਰਵਣ ਕਰ ਰਿਹਾ ਸੀ ਕਿ ਗੁਰੂ ਦੀ ਹਜ਼ੂਰ 'ਚ ਬਹਿ ਕੇ ਗੁਰੂ ਦਾ ਦਿੱਤਾ ਖਾਣ ਵਾਲੇ ਇਸੇ ਗੱਲ 'ਤੇ ਰੌਲਾ ਪਾ ਰਹੇ ਨੇ ਜੀ, ਸ਼ੁੱਧਤਾ ਤਾਂ ਹੋ ਹੀ ਨਹੀਂ ਸਕਦੀ, ਸੁੱਚਮ ਤਾਂ ਹੈ ਹੀ ਨਹੀਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ 'ਤੇ ਕਿਰਪਾ ਕਰਕੇ ਬੇਨਤੀ ਕਰ ਰਹੇ ਨੇ ਕਿ ਭਾਈ ਸ਼ੁੱਧਤਾ ਅਤੇ ਸੁੱਚਮਤਾ ਦਾ ਧਿਆਨ ਰੱਖਣਾ ਹੈ। ਅਤੇ ਜਿਹੜੀਆਂ ਦਲੀਲਾਂ ਉਹਨਾਂ ਨੇ ਦਿੱਤੀਆਂ ਨੇ, ਇੱਥੇ ਤੁਹਾਡੇ ਮੁਲਕਾਂ 'ਚ ਵੀ ਆਉਂਦੇ ਨੇ ਪ੍ਰਚਾਰ ਕਰਨ, ਅਤੇ ਦੱਸਦੇ ਨੇ ਕਿ ਜੀ ਫੁੱਲ ਸੁੱਚੇ ਨਹੀਂ ਹੋ ਸਕਦੇ, ਦੁੱਧ ਸੁੱਚਾ ਨਹੀਂ ਹੋ ਸਕਦਾ, ਪਾਣੀ ਸੁੱਚਾ ਨਹੀਂ ਹੋ ਸਕਦਾ,
ਪਿਆਰਿਓ ਸਾਇੰਟੀਫਿਕ ਰੂਪ ਦੇ ਵਿੱਚ ਜਿੱਥੋਂ ਤੱਕ ਉਹਨਾਂ ਦੀ ਸੋਚ ਜਾਂਦੀ ਹੈ ਕਿਸੇ ਇੱਕ ਪੁਆਇੰਟ ਤੱਕ ਆਪਣੇ ਆਪ ਨੂੰ ਸੱਚ ਸਾਬਿਤ ਕਰਨ ਵਾਸਤੇ ਸਹੀ ਹੋ ਸਕਦੇ ਨੇ, ਪਰ ਯਾਦ ਰੱਖਿਓ ਕੋਈ ਵੀ ਪਦਾਰਥ ਓਨੀ ਦੇਰ ਤੱਕ ਸੁੱਚਾ ਨਹੀਂ ਵੀ ਮੰਨਿਆ ਜਾ ਸਕਦਾ ਜਿੰਨੀ ਦੇਰ ਤੱਕ ਗੁਰੂ ਦੇ ਚਰਨਾਂ 'ਚ ਭੇਟਾ ਨਹੀਂ ਹੋਇਆ। ਅਰਦਾਸ ਕਰਕੇ ਜਦੋਂ ਗੁਰੂ ਕੀ ਕਿਰਪਾਨ ਭੇਟ ਕਰ ਦਿੱਤੀ, ਸਭ ਤੰਗੀਆਂ, ਸਭ ਤੋਟੀਆਂ, ਸਭ ਤਰੁੱਟੀਆਂ ਮੇਰਾ ਸਤਿਗੁਰੂ ਆਪ ਦੂਰ ਕਰ ਦਿੰਦਾ ਹੈ। ਅਤੇ ਯਾਦ ਰੱਖਿਓ, ਸਤਿਗੁਰੂ ਜੀ ਨੂੰ ਅਰਦਾਸ ਕਰਨ ਵੇਲੇ ਬੇਨਤੀ ਕੀਤੀ ਜਾਂਦੀ ਹੈ, ਸੱਚੇ ਪਾਤਸ਼ਾਹ ਤਿਆਰ ਕਰਨ ਵੇਲੇ ਹੋਈਆਂ ਬੇਅੰਤ ਗਲਤੀਆਂ, ਬੇਅੰਤ ਭੁੱਲਾਂ ਦਾ ਰਾਖਾ ਤੂੰ ਹੈ, ਕਿਰਪਾ ਕਰ, ਪ੍ਰਵਾਨ ਕਰ ਅਤੇ ਆਪਣੇ ਨਾਮ ਦਾ ਪ੍ਰਕਾਸ਼ ਕਰਕੇ ਸੰਗਤਾਂ ਦੇ ਛਕਣ ਦੇ ਲਾਇਕ ਬਣਾ ਦੇ। ਕਹਿਣ ਤੋਂ ਭਾਵ ਕਿ ਜਦੋਂ ਸਤਿਗੁਰੂ ਜੀ ਨੂੰ ਭੇਟਾ ਕਰ ਦਿੱਤੀ, ਸਤਿਗੁਰੂ ਜੀ ਦੀ ਕਿਰਪਾਨ ਭੇਟ ਹੋ ਗਈ, ਅਤੇ ਫਿਰ ਉਸ ਤੋਂ ਬਾਅਦ ਕੋਈ ਵੀ ਪਦਾਰਥ ਜੂਠਾ ਨਹੀਂ ਜੇ ਰਹਿ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਇਸੇ ਕਰਕੇ ਸਤਿਗੁਰੂ ਜੀ ਦੇ ਵਰਤੇ ਜਾਣ ਵਾਲੇ ਵਰਤਨਾਂ ਨੂੰ, ਵਸਤਰਾਂ ਨੂੰ ਸੁੱਚਮਤਾ ਅਤੇ ਸ਼ੁੱਧਤਾ ਦਾ ਧਿਆਨ ਰੱਖਣਾ ਬਣਦਾ ਹੈ। ਇੱਕ ਬੇਨਤੀ ਹੋ ਕਰਦਿਆਂ ਸੰਗਤ ਜੀ, ਅਤੇ ਜਿਹੜੇ ਇਸ ਗੱਲ ਦੇ ਭੁਲੇਖੇ 'ਚ ਨੇ ਕਿ ਜੀ ਹੱਥਾਂ ਨੂੰ ਵਾਰ ਵਾਰ ਧੋਣ ਦਾ ਕੀ ਫਾਇਦਾ ਹੈ, ਕੀ ਲੱਗ ਗਿਆ ਏਡੀ ਛੇਤੀ ਹੱਥਾਂ ਦੇ ਵਿੱਚ ਕੀ ਆ ਗਿਆ ਹੈ, ਗਿਆਨੀ ਵਾਰ ਵਾਰ ਹਥੂਰੀ ਦੀ ਵਰਤੋਂ ਕਿਉਂ ਕਰਦੇ ਨੇ। ਯਾਦ ਰੱਖਿਓ, ਇਹ ਡਿਵੈਲਪ ਕੰਟਰੀਆਂ, ਇਹ ਡਿਵੈਲਪ ਮੁਲਕ, ਉਹ ਵੀ ਦੱਸਦੇ ਨੇ ਕਿ ਭਾਈ ਜਗ੍ਹਾ ਜਗ੍ਹਾ ਤੇ ਹਸਪਤਾਲ ਦੇ ਵਿੱਚ ਸੈਨੇਟਾਈਜ਼ਰ ਦੀਆਂ ਬੋਤਲਾਂ ਲੱਗੀਆਂ ਹੋਈਆਂ ਨੇ। ਡਾਕਟਰ ਤੁਹਾਨੂੰ ਚੈੱਕ ਕਰਦਾ ਹੈ, ਚੈੱਕ ਕਰਨ ਤੋਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਸਾਫ਼ ਕਰਦਾ ਹੈ। ਪ੍ਰਸ਼ਾਦਾ ਵਰਤਾਉਣ ਵੇਲੇ ਇੱਥੋਂ ਦੇ ਵੱਡੇ ਵੱਡੇ ਹੋਟਲਾਂ 'ਚ ਜਾ ਕੇ ਚੈੱਕ ਕਰ ਲਓ, ਭਾਵੇਂ ਉਹ ਦੂਜੇ ਪਦਾਰਥ ਵਰਤਾਉਂਦੇ ਹੋਣ, ਹੱਥਾਂ 'ਤੇ ਗਲਵ ਦੀ ਵਰਤੋਂ ਕੀਤੀ ਜਾਂਦੀ ਹੈ। ਉਹਦਾ ਕਾਰਨ ਹੈ ਕਿ ਸੂਖਮ ਕੀਟਾਣੂ ਤੁਹਾਡੇ ਹੱਥਾਂ ਤੋਂ ਦੂਜੇ ਹੱਥਾਂ ਤੱਕ ਪਹੁੰਚਦੇ ਨੇ। ਇਸੇ ਕਰਕੇ ਸ਼ੁੱਧਤਾ ਨੂੰ, ਸਫਾਈ ਨੂੰ ਅਤੇ ਸੁੱਚਮਤਾ ਨੂੰ ਇਹ ਲੋਕ ਸਾਇੰਸ ਦੇ ਰੂਪ ਦੇ ਵਿੱਚ ਵੀ ਪ੍ਰਵਾਨਗੀ ਦਿੰਦੇ ਨੇ ਕਿ ਜੇਕਰ ਕਿਸੇ ਨੂੰ ਕੋਈ ਬਿਮਾਰੀ ਹੈ ਤਾਂ ਉਹ ਆਪਣਾ ਮੂੰਹ ਢੱਕ ਕੇ ਰੱਖੇ, ਨੰਗੇ ਹੱਥਾਂ ਦੇ ਨਾਲ ਕਿਸੇ ਨੂੰ ਛੋਏਗਾ ਤਾਂ ਉਹਦੀ ਬਿਮਾਰੀ ਦੇ ਲੱਛਣ ਦੂਜੇ ਦੇ ਵਿੱਚ ਚਲੇ ਜਾਣਗੇ। ਇਹਨਾਂ ਦਾ ਕੀਤਾ ਹੋਇਆ ਮੰਨ ਸਕਦੇ ਹਾਂ, ਪਰ ਗੁਰੂ ਦੇ ਪ੍ਰਤੀ ਸੁੱਚਮਤਾ ਨੂੰ, ਗੁਰੂ ਦੇ ਪ੍ਰਤੀ ਸ਼ੁੱਧਤਾ ਨੂੰ ਅਸੀਂ ਪਖੰਡ ਦਾ ਅਤੇ ਬ੍ਰਾਹਮਣਵਾਦ ਦਾ ਨਾਮ ਦੇ ਦਿੰਦੇ ਹਾਂ। ਯਾਦ ਰੱਖਿਓ, ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਸ਼ੁੱਧਤਾ ਦਾ ਅਤੇ ਸੁੱਚਮਤਾ ਦਾ ਪਹਿਰਾ ਉਹ ਪੂਰਾ ਰੱਖਣਾ ਹੈ। ਸਿੱਖ ਬਣਜ ਗੁਰ ਧਰਮ ਕੋ ਸਤਿਗੁਰ ਦੇਵੇ ਲਾਭ। ਸਤਿਗੁਰੂ ਜੀ ਦੇ ਬਣਜ ਨੂੰ, ਗੁਰੂ ਦੇ ਦੱਸੇ ਰਸਤੇ ਨੂੰ ਪਾਲਣਾ ਕਰੋਗੇ ਤੇ ਸਤਿਗੁਰੂ ਹਰ ਪ੍ਰਕਾਰ ਦੇ ਲਾਭ ਤੁਹਾਡੀ ਝੋਲੀ ਦੇ ਵਿੱਚ ਪਾ ਦੇਣਗੇ। ਭਾਈ ਬੋਲ ਬੁਲਾਵੇ ਸੰਗਤੀ ਦੇ ਕਰਾਹ ਕੀ ਸਾਂਭ, ਤੇ ਸੰਗਤ ਨੂੰ ਬੁਲਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦੇਗ ਨੂੰ ਵਰਤਾਉਣਾ ਕਰੇ, ਸੰਗਤ ਦੀ ਸੇਵਾ ਕਰਨੀ ਕਰੇ। ਭਾਈ ਸੁਣ ਬੋਲੋ ਸਿੱਖ ਗੁਰੂ ਜੀ ਦੇਸ਼ ਹਮਾਰਾ ਕਠਨ। ਫਿਰ ਉਸ ਗੁਰੂ ਕੇ ਸਿੱਖ ਨੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਮੇਰਾ ਦੇਸ਼ ਬੜਾ ਦੂਰ ਹੈ, ਬਾਰੰਬਾਰ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਨਹੀਂ ਜਾਂਦਾ। ਅੱਜ ਦੀ ਤਰ੍ਹਾਂ ਸੰਗਤ ਜੀ ਸੁੱਖ ਸਾਧਨ 'ਤੇ ਆਏ ਨਹੀਂ ਸੀ ਕਿ ਗੱਡੀ 'ਚ ਬੈਠੇ ਅਤੇ ਆ ਗਏ, ਬੜਾ ਲੰਮਾ ਸਮਾਂ ਲੱਗਦਾ ਸੀ, ਦੂਰ ਦੁਰਾਡੇ ਤੋਂ ਮਹਾਰਾਜ ਦੇ ਦਰਸ਼ਨ ਨਹੀਂ ਸਨ ਹੁੰਦੇ। ਅਤੇ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਬੜੀ ਦੂਰੋਂ ਆਇਆ ਹਾਂ, ਬਾਰੰਬਾਰ ਆਇਆ ਨਹੀਂ ਜਾਂਦਾ। ਸਭ ਅਰਦਾਸ ਕੋ ਭੇਵ ਕਹੋ ਜੋ ਸਿੱਖਣ ਸੁੱਖ ਸਾਧਨ। ਸੱਚੇ ਪਾਤਸ਼ਾਹ ਅਰਦਾਸ ਦੇ ਸਾਰੇ ਭੇਦ ਕਿਰਪਾ ਕਰਕੇ ਸਮਝਾ ਦਿਓ, ਜੇਕਰ ਆਪ ਜੀ ਦੱਸਣ ਲੱਗੇ ਹੋ ਤੇ ਕਿਰਪਾ ਕਰਕੇ ਹੁਣ ਸਾਰੇ ਹੀ ਭੇਦ ਸਮਝਾ ਦਿਓ, ਬਾਰੰਬਾਰ ਮੇਰੇ ਤੋਂ ਆਇਆ ਨਹੀਂ ਜਾਣਾ। ਜਿੱਥੇ ਆਪ ਜੀ ਨੇ ਦੇਗ ਤਿਆਰ ਕਰਨ ਵਾਸਤੇ ਹੁਕਮ ਕੀਤਾ ਹੈ, ਸਿੱਖ ਦੇ ਜੀਵਨ ਦੇ ਵਿੱਚ ਅਨੇਕਾਂ ਕਾਰਜ ਆਉਂਦੇ ਨੇ, ਅਨੇਕਾਂ ਮੰਗਾਂ ਆਉਂਦੀਆਂ ਨੇ, ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਵੀ ਅਰਦਾਸ ਦੇ ਸੰਪੂਰਨ ਭੇਦ ਕਿਰਪਾ ਕਰਕੇ ਦੱਸਣਾ ਕਰੋ ਜੀ। ਸਤਿਗੁਰ ਬੋਲੇ ਸਿੱਖ ਸੁਣ ਕਰੋ ਕੜਾ ਪ੍ਰਸ਼ਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਭਾਈ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ। ਹੋਏ ਨਾ ਆਏ ਜੇ ਸਿੱਖ ਤੇ ਗੁਰਦਾਣਾ ਫਲ ਆਦ। ਜੇਕਰ ਸਮੱਗਰੀ ਨਾ ਮਿਲੇ, ਜੇਕਰ ਦੇਗ ਤਿਆਰ ਕਰਨ ਵਾਸਤੇ
ਕੋਈ ਪ੍ਰਬੰਧ ਨਾ ਹੋਵੇ, ਆਪਣੇ ਕੋਲ ਸਮੱਗਰੀ ਪੂਰੀ ਨਾ ਹੋਵੇ, ਫਲ ਦਾਣਾ ਆਦਿ ਜੋ ਵੀ ਕੋਈ ਫਲ ਮਿਲ ਸਕੇ, ਕੋਈ ਦਾਣਾ ਵਸਤੂ ਆਦਿਕ ਮਿਲ ਸਕੇ ਸਮੇਂ ਦੇ ਅਨੁਸਾਰ, ਕਿ ਕਈ ਵਾਰ ਆਪਾਂ ਉਸ ਸਥਾਨ 'ਤੇ ਖਲੋਤੇ ਹਾਂ, ਉਸ ਜਗ੍ਹਾ ਦੇ ਉੱਪਰ ਹਾਂ ਕਿ ਜਿੱਥੇ ਦੇਗ ਤਿਆਰ ਕਰਨ ਵਾਸਤੇ ਸਾਡੇ ਕੋਲ ਸਮੱਗਰੀ ਨਹੀਂ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਸਿੱਖ ਨੇ ਗੁਰੂ ਦਾ ਆਸਰਾ ਛੱਡ ਦੇਣਾ ਹੈ। ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਦੇਗ ਤਿਆਰ ਕਰਨੀ ਹੁਕਮ ਹੈ, ਪਰ ਜੇ ਸਮੱਗਰੀ ਦਾ ਪ੍ਰਬੰਧ ਨਾ ਹੋ ਸਕਦਾ ਹੋਵੇ, ਫਲ ਆਦਿਕ ਦਾਣਾ ਆਦਿਕ ਵੀ ਦਾਨ ਕੀਤਾ ਜਾ ਸਕਦਾ ਹੈ। ਸੱਚ ਪਵਿੱਤਰ ਸਭ ਦਿਵਸ ਮੈਂ ਸੰਤ ਸਾਧ ਮੁਖ ਜਾਪ, ਕਿ ਸਭ ਦਿਵਸ ਮੈਂ ਹਰ ਘੜੀ ਹਰ ਪਲ ਸੰਤ ਸਾਧ ਮੁਖ ਜਾਪ, ਸੰਗਤਾਂ ਦੀ ਸੇਵਾ ਕਰਨੀ, ਸੰਗਤ ਕਰਨੀ ਤੇ ਮੁਖ ਤੇ ਪ੍ਰਭੂ ਦਾ ਨਾਮ ਜਪਣਾ, ਉਸ ਜਪੇ ਹੋਏ ਨਾਮ ਦੇ ਦੁਆਰਾ ਹੱਥੋਂ ਫਲ ਆਦਿਕ ਵੀ ਦਾਨ ਕੀਤਾ ਜਾ ਸਕਦਾ ਹੈ। ਨਾਮ ਪ੍ਰਤਾਪ ਤੇ ਕਾਰਜ ਸਰ ਸੁਣ ਅਰਦਾਸ ਕਲਾਪ, ਨਾਮ ਦੀ ਤਾਕਤ ਦੇ ਨਾਲ ਸਭ ਦੁੱਖ ਦਲਿੱਦਰ ਕੱਟੇ ਜਾਂਦੇ ਹਨ, ਤੇ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਫਿਰ ਵੀ ਭਾਈ ਅਰਦਾਸ ਕਰਨੀ ਹੈ। ਇੱਕ ਵਾਰ ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ, ਕਿ ਸਤਿਗੁਰੂ ਕਿਰਪਾ ਕਰਦੇ ਨੇ, ਅਰਦਾਸ ਨਹੀਂ ਛੱਡਣੀ, ਸਮੱਗਰੀ ਦਾ ਵਹਿਮ ਨਹੀਂ ਕਰਨਾ, ਪਰ ਸਤਿਗੁਰੂ ਜੀ ਦੀ ਆਗਿਆ ਦੀ ਪਾਲਣਾ ਵੀ ਕਰਨੀ ਹੈ। ਧਰਮ ਬੀਜ ਅਖੰਡ ਬ੍ਰਿਧ ਸਬਲਪੁਰ ਇਹ ਤੀਨਾ, ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਪਹਿਲੀਆਂ ਤਿੰਨ ਅਰਦਾਸਾਂ ਸਤਿਗੁਰੂ ਜੀ ਨੇ ਦੱਸੀਆਂ ਨੇ, ਧਰਮ ਬੀਜ, ਕਿ ਸਿੱਖ ਦਾ ਇਹ ਧਰਮ ਬਣਦਾ ਹੈ ਜਦੋਂ ਸਿੱਖ ਦਾ ਆਨੰਦ ਕਾਰਜ ਹੋ ਜਾਵੇ, ਆਪਣੀ ਸਿੰਘਣੀ ਦੇ ਨਾਲ, ਆਪਣੀ ਬੀਬੀ ਦੇ ਨਾਲ ਗ੍ਰਸਤ ਜੀਵਨ ਸ਼ੁਰੂ ਕਰਨ ਤੋਂ ਪਹਿਲਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨੀ ਹੈ। ਸਤਿਗੁਰੂ ਤੇਰੀ ਕਿਰਪਾ ਦੇ ਦੁਆਰਾ ਸੰਬੰਧ ਜੁੜਿਆ ਹੈ, ਸਾਡਾ ਜਿੱਥੇ ਸਰੀਰਕ ਰੂਪ ਦੇ ਵਿੱਚ ਮਿਲਣ ਹੈ, ਉੱਥੇ ਆਤਮਾ ਦੇ ਰੂਪ ਦੇ ਵਿੱਚ ਵੀ ਮਿਲਣ ਹੈ। ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ, ਉਹ ਬੇਨਤੀ ਕਰਨੀ ਹੈ ਕਿ ਪਰਿਵਾਰ ਅੱਗੇ ਵਧਣਾ ਹੈ, ਕੁੱਲ ਅੱਗੇ ਚੱਲਣੀ ਹੈ, ਸੋ ਕਿਰਪਾ ਕਰੋ, ਰਹਿਮਤ ਕਰੋ ਜੀ। ਕਸ਼ਟ ਹਰੇ ਬੇਲੀ ਫਲੈ ਗੁਰ ਪੂਜਕ ਸਿਸ ਸੀਨ, ਸਭ ਦੁੱਖ ਪੂਰੇ ਹੋ ਜਾਣਗੇ, ਕਸ਼ਟ ਦੂਰ ਕੀਤੇ ਜਾਣਗੇ, ਬੇਲੀ ਫਲੇ ਜਿਵੇਂ ਬੇਲਾਂ ਨੂੰ ਫਲ ਲੱਗਦਾ ਹੈ, ਇਸੇ ਪ੍ਰਕਾਰ ਜੀਵਨ ਦੀ ਅੱਗੇ ਆਰੰਭਤਾ ਹੋਣੀ ਹੈ। ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਭਾਈ। ਅਬੈ ਕਹੋ ਅਰਦਾਸ ਮੈਂ ਜਿਮ ਸ਼੍ਰੀ ਭੁੱਖ ਕਹਿ ਦੀਨ, ਤੇ ਹੁਣ ਅੱਗੇ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਰਦਾਸਾਂ ਦੇ ਵਿੱਚ ਜੋ ਬੇਨਤੀਆਂ ਕੀਤੀਆਂ ਹਨ ਉਹ ਸਿੱਖ ਨੂੰ ਦੱਸੀਆਂ ਹਨ ਜੀ। ਛੰਦ ਬੰਦ ਕੁਛ ਗਿਣਤ ਨਹਿ ਸਪਤ ਪ੍ਰਥਮ ਕੀ ਚੀਨ, ਤੇ ਕਵੀ ਜੀ ਇੱਥੇ ਲਿਖਦੇ ਨੇ ਕਿ ਛੰਦਾਬੰਦੀ ਦੇ ਗੇੜ ਦੇ ਵਿੱਚ ਨਹੀਂ ਪੈਣਾ ਭਾਈ, ਕਿ ਅਸੀਂ ਆਪਣੀ ਮਤ ਦੇ ਅਨੁਸਾਰ ਸਤਿਗੁਰੂ ਜੀ ਦੇ ਬਚਨਾਂ ਨੂੰ ਲਿਖ ਰਹੇ ਹਾਂ, ਪਰ ਜੇਕਰ ਛੰਦਾਂ ਦੀ ਕੋਈ ਹੇਰ ਬਦਲ ਹੋ ਜਾਂਦੀ ਹੈ, ਕੋਈ ਅੱਖਰ ਵਾਧਾ ਘਾਟਾ ਹੋ ਜਾਂਦਾ ਹੈ, ਗਿਣਤੀ ਮਿਣਤੀ ਦੇ ਚੱਕਰ ਦੇ ਵਿੱਚ ਨਹੀਂ ਪੈਣਾ, ਗੁਰੂ ਦੇ ਬਚਨਾਂ ਨੂੰ ਸਰਵਣ ਕਰਨਾ ਹੈ, ਤੇ ਜਿਹੜੇ ਪਹਿਲੇ ਬਚਨ ਸਤਿਗੁਰ ਨੇ ਕੀਤੇ ਨੇ ਸੱਤ ਅਰਦਾਸਾਂ ਭਾਈ ਇਹਦੇ ਵਿੱਚ ਆ ਜਾਂਦੀਆਂ ਨੇ। ਪਹਿਲੀ ਅਰਦਾਸ ਹੈ ਜਦੋਂ ਬੀਬੀ ਦਾ ਅਤੇ ਸਿੰਘ ਦਾ ਸੰਬੰਧ ਹੁੰਦਾ ਹੈ, ਆਪਸ ਵਿੱਚ ਆਨੰਦ ਕਾਰਜ ਹੋ ਜਾਂਦਾ ਹੈ। ਦੂਸਰੀ ਅਰਦਾਸ ਉਦੋਂ ਕਰਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਜਦੋਂ ਜੀਵਨ ਦੀ ਪ੍ਰਾਰੰਭਤਾ ਹੋ ਜਾਂਦੀ ਹੈ, ਸਾਨੂੰ ਪਤਾ ਹੈ ਕਿ ਪਰਿਵਾਰ ਦਾ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ, ਸਤਿਗੁਰ ਨੇ ਕਿਰਪਾ ਕਰ ਦਿੱਤੀ ਹੈ। ਤੀਸਰੀ ਅਰਦਾਸ ਉਸ ਵੇਲੇ ਕੀਤੀ ਜਾਂਦੀ ਹੈ ਸੱਚੇ ਪਾਤਸ਼ਾਹ ਜਿਹੜਾ ਜੀਵ ਘਰ ਦੇ ਅੰਦਰ ਆਉਣਾ ਹੈ, ਦੋਵਾਂ ਜੀਆਂ ਦੇ ਸੰਬੰਧ ਤੋਂ ਆਪਣੇ ਜੋ ਕਿਰਪਾ ਕੀਤੀ ਹੈ ਨਿਰਵਿਘਨਤਾ ਸਹਿਤ ਸੰਪੂਰਨ ਕਰੋ, ਕਿਰਪਾ ਕਰਕੇ 9 ਮਹੀਨੇ ਦਾ ਸਮਾਂ ਤੁਹਾਡੀ ਕਿਰਪਾ ਤੁਹਾਡੀ ਰਹਿਤ ਦੇ ਦੁਆਰਾ ਪੂਰਨ ਹੋਵੇ। ਚੌਥੀ ਅਰਦਾਸ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ 'ਚ ਉਦੋਂ ਕੀਤੀ ਜਾਂਦੀ ਹੈ ਜਦੋਂ ਬੱਚੇ ਬੱਚੀ ਦਾ ਜਨਮ ਹੋਣ ਵਾਲਾ ਹੋਵੇ, ਤਾਂ ਜੋ ਸਤਿਗੁਰੂ ਕਿਰਪਾ ਕਰਕੇ ਉਸ ਜਨਮ ਦੇਣ ਵਾਲੀ ਪੀੜਾ ਦੇ ਦੁੱਖ ਨੂੰ ਹਰ ਲਵੇ।
ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਹੈ, ਸਤਿਗੁਰੂ ਕਿਰਪਾ ਕਰੋ, ਮਿਹਰ ਕਰੋ, ਆਉਣ ਵਾਲੇ ਜੀਵ ਦੇ ਨਾਲ ਜੋ ਸਰੀਰਕ ਦੁੱਖ ਕਸ਼ਟ ਝੱਲਣਾ ਪੈ ਰਿਹਾ ਹੈ, ਖਾਸ ਕਰਕੇ ਬੀਬੀ ਨੂੰ, ਉਸ ਵਕਤ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ। ਪੰਜਵੀਂ ਅਰਦਾਸ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੱਚੇ ਦੇ ਪੈਦਾ ਹੋਣ ਤੋਂ ਉਪਰੰਤ ਕਰਨੀ ਹੈ ਕਿ ਸਤਿਗੁਰੂ ਆਪ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਘਰ ਦੇ ਅੰਦਰ ਜੀ ਦਾ ਵਾਧਾ ਕੀਤਾ ਹੈ। ਛੇਵੀਂ ਅਰਦਾਸ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਉਸ ਵਕਤ ਕਰਨੀ ਹੈ ਜਦੋਂ ਦਾਈ ਜਾਂ ਇੱਥੋਂ ਦੇ ਸਮੇਂ ਅਨੁਸਾਰ ਬੱਚੇ ਨੂੰ ਸਾਫ਼ ਸੁਥਰਾ ਕਰਕੇ ਤੁਹਾਨੂੰ ਸੌਂਪਿਆ ਜਾਂਦਾ ਹੈ, ਉਸ ਅਰਦਾਸ ਦੇ ਵਿੱਚ ਬੱਚੇ ਦੇ ਕੰਨ ਦੇ ਅੰਦਰ ਮੂਲ ਮੰਤਰ ਦਾ ਜਾਪ ਕਰਨਾ ਹੈ। ਇੱਕ ਵਾਰ ਗੱਜ ਕੇ ਕਹਿ ਦਿਓ, ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਕਿੰਨੇ ਕੁ ਸਰੀਰ ਆਪਾਂ ਇੱਥੇ ਬੈਠੇ ਹਾਂ ਜਿਹੜੇ ਇਸ ਮਰਿਆਦਾ ਨੂੰ ਆਪਾਂ ਪਾਈ ਨਿਭਾਇਆ। ਸਤਿਗੁਰੂ ਕਿਰਪਾ ਕਰਦੇ ਨੇ ਕਿ ਪਹਿਲੇ ਸ਼ਬਦ, ਪਹਿਲੇ ਬਚਨ ਮੂਲ ਮੰਤਰ ਦੇ ਹੋਣੇ ਚਾਹੀਦੇ ਨੇ, ਸਤਨੂੰ ਵਾਹਿਗੁਰੂ ਦੇ ਹੋਣੇ ਚਾਹੀਦੇ ਨੇ ਉਸ ਬੱਚੇ ਦੇ ਕੰਨਾਂ ਦੇ ਅੰਦਰ। ਅਤੇ ਸੱਤਵੀਂ ਅਰਦਾਸ, ਸੰਗਤ ਜੀ, ਮਾਤਾ ਦੇ ਦੁੱਧ ਪਿਲਾਉਣ ਵੇਲੇ ਕਰਨੀ ਹੈ ਕਿ ਸੱਚੇ ਪਾਤਸ਼ਾਹ ਪਹਿਲਾ ਭੋਜਨ, ਪਹਿਲਾ ਪਦਾਰਥ ਤੇਰੀ ਬਖਸ਼ੀ ਹੋਈ ਰੂਹ ਦੇ ਸਰੀਰ ਰੂਪ ਦੇ ਅੰਦਰ ਜਾ ਰਿਹਾ ਹੈ, ਅਤੇ ਕਿਰਪਾ ਕਰੀ ਜਿੱਥੇ ਕੰਨਾਂ ਦੇ ਰਾਹੀਂ ਤੇਰਾ ਨਾਮ ਉਸ ਬੱਚੇ ਦੇ ਜੀਵਨ ਦੇ ਵਿੱਚ ਆਇਆ ਹੈ, ਇਸ ਮਾਤਾ ਦੇ ਸਰੀਰ 'ਚੋਂ ਪੈਦਾ ਹੋਏ ਦੁੱਧ ਦੇ ਦੁਆਰਾ ਵੀ ਤੇਰੇ ਨਾਮ ਦੀ, ਤੇਰੇ ਭਜਨ ਦੀ, ਤੇਰੇ ਸ਼ਬਦ ਦੀ ਗੁੜਤੀ ਉਸ ਬੱਚੇ ਨੂੰ ਜਾਵੇ। ਇਸ ਪ੍ਰਕਾਰ ਪਹਿਲੀਆਂ ਇਹ ਸੱਤ ਅਰਦਾਸਾਂ ਹਨ ਜਿਹੜੀਆਂ ਸਤਿਗੁਰੂ ਜੀ ਨੇ ਦੱਸੀਆਂ ਨੇ। ਉਸ ਤੋਂ ਅੱਗੇ ਸਤਿਗੁਰੂ ਜੀ ਕੀ ਕਿਰਪਾ ਕਰਦੇ ਹਨ, ਆਓ ਸਰਵਣ ਕਰੀਏ ਜੀ। ਅੱਠ ਭੋਜੇ ਪੀਣ ਭੁੱਗ ਬਸਤਰਨ ਮੈਂ ਗੁਰ ਸੇਸ ਦੀਨ। ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਅੱਠਵੀਂ ਅਰਦਾਸ ਉਸ ਵਕਤ ਕਰਨੀ ਹੈ ਜਦੋਂ ਬਰਚਾ ਪ੍ਰਸ਼ਾਦਾ ਛਕਣ ਦੇ ਲਾਇਕ ਹੋ ਜਾਵੇ, ਜਦੋਂ ਪਹਿਲੀ ਵਾਰ ਅੰਨ ਦੀ ਬੁਰਕੀ ਆਪਾਂ ਭਾਈ ਦੇਣ ਵਾਸਤੇ, ਗ੍ਰਹਿਣ ਕਰਨ ਵਾਸਤੇ ਦਿੰਦੇ ਹਾਂ, ਉਸ ਵਕਤ ਅਰਦਾਸ ਕਰਨੀ ਹੈ, ਸਤਿਗੁਰੂ ਕਿਰਪਾ ਕਰੀ, ਆਪਣੀ ਮਿਹਰ ਕਰੀ, ਤੰਦਰੁਸਤੀਆਂ ਬਖਸ਼ਿਸ਼ ਕਰੀ, ਜੀਵਨ ਦਾ ਵਾਧਾ ਹੋਵੇ। ਖੁਲਾਵੇ ਬਾਲਕ ਤੁਸ਼ਟ ਪੁਸ਼ਟ ਦਸਮੀ ਕਰ ਅਰਦਾਸ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਬੱਚੇ ਨੂੰ ਪ੍ਰਸ਼ਾਦਾ ਛਕਾਉਣ ਵੇਲੇ ਜੀਵਨ ਦੇ ਅੰਦਰ ਜਿਵੇਂ ਅਰਦਾਸ ਕਰਨੀ ਹੈ, ਤੇ ਦਸਵੀਂ ਅਰਦਾਸ ਪਹਿਲੀਆਂ ਨੌ ਅਰਦਾਸਾਂ ਨੂੰ ਜਾਣ ਕਰਕੇ ਉਸ ਵਕਤ ਕਰਨੀ ਹੈ ਕਿ ਸਤਿਗੁਰੂ ਰਿਸ਼ਟ ਪੁਸ਼ਟ ਤੰਦਰੁਸਤੀ ਦਾ ਦਾਨ ਬਖਸ਼ ਕਰਕੇ ਇਸ ਆਏ ਹੋਏ ਜੀਵ ਨੂੰ ਚੜ੍ਹਦੀਆਂ ਕਲਾ ਦਾ ਜੀਵਨ ਬਖਸ਼ਿਸ਼ ਕਰੇ ਜੀ। ਤੀਨ ਗਰਭ ਪ੍ਰਸੂਤ ਕੀ ਦਰਸ਼ਨ ਗੁਰ ਕਰਗਾਸ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਭਾਈ, ਪਹਿਲੇ ਸਮੇਂ ਤੋਂ ਲੈ ਕਰਕੇ ਅੰਤਲੇ ਸਮੇਂ ਤੱਕ, ਭਾਵ ਬੱਚੇ ਦੇ ਇਸ ਸੰਸਾਰ 'ਤੇ ਆਉਣ ਤੋਂ ਲੈ ਕੇ ਪੈਦਾ ਹੋਣ ਤੋਂ ਪਹਿਲਾਂ ਦਾ ਸਮਾਂ ਅਤੇ ਪੈਦਾ ਹੋਣ ਤੱਕ ਦੀ ਸਾਰੀ ਕਿਰਪਾ ਜੋ ਪਹਿਲਾਂ ਸਤਿਗੁਰ ਨੇ ਅਰਦਾਸਾਂ ਦੇ ਵਿੱਚ ਦੱਸੀ ਹੈ। ਬੈਠਣ ਮੈਂ ਪ੍ਰਸ਼ਾਦ ਮੈਂ, ਪਹਿਰਨ ਮੈਂ ਹੋਏ ਰੋਗ। ਇਸੇ ਪ੍ਰਕਾਰ ਬੈਠਣ ਮੈਂ ਪ੍ਰਸ਼ਾਦ ਮੈਂ, ਪਹਿਰਨ ਮੈਂ ਹੋਏ ਰੋਗ। ਬਹਿੰਦਿਆਂ, ਉੱਠਦਿਆਂ, ਪ੍ਰਸ਼ਾਦਾ ਛਕਦਿਆਂ, ਕੱਪੜਾ ਲੱਤਾ ਪਹਿਨਦਿਆਂ ਜੀਵਨ ਦੇ ਅੰਦਰ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਭਾਈ ਇਹ ਅਰਦਾਸਾਂ ਕਰਨੀਆਂ ਹਨ। ਖੇਲਣ ਮੈਂ ਜੀਵ ਮੇਲ ਕਰ, ਅਸਰ ਮੈਂ ਕਹੋ ਅਰੋਗ। ਸੱਚੇ ਪਾਤਸ਼ਾਹ ਖੇਲਦਿਆਂ, ਮਲਦਿਆਂ, ਬਾਹਰ ਵਿਚਰਦਿਆਂ ਬੱਚੇ ਨੂੰ ਅਰੋਗਤਾ ਦਾ ਦਾਨ ਬਖਸ਼ਿਸ਼ ਕਰੋ, ਇਹ ਵੀ ਅਰਦਾਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਕਰਨੀ ਹੈ ਭਾਈ। ਪੜਦੇ ਰਸਨਾ ਚੇਤ ਗੁਰ ਪਾਹਲ ਗੁਰ ਕਰ ਮੇਲਾ। ਇੱਕ ਅਰਦਾਸ ਉਸ ਵਕਤ ਕਰਨੀ ਹੈ ਜਦੋਂ ਰਸਨਾ ਤੋਂ ਜਾਪ ਕਰਕੇ ਬੱਚੇ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਆਪਾਂ ਤੇ ਭਾਈ ਬਹੁਤ ਢਲਿਆਈ ਕਰ ਦਿੰਦੇ ਹਾਂ। ਇੱਕ ਬਚਨ ਆਪ ਜੀ ਦੇ ਕੰਮ ਦਾ ਹੋਰ ਮੈਂ ਸਾਂਝਾ ਕਰਦਾ ਜਾਵਾਂ। ਛੋਟਾ ਜੀਵਨ ਜਾਣ ਕਰਕੇ, ਬੱਚਾ ਨਿਆਣਾ ਜਾਣ ਕਰਕੇ ਆਪਾਂ ਖੰਡੇ ਦੀ ਪੌਲ ਨਹੀਂ ਜੇ ਛਕਾਉਂਦੇ ਕਿ ਸ਼ਾਇਦ ਬੱਚੇ ਤੋਂ ਰਹਿਤ ਪੂਰੀ ਨਾ ਹੋਵੇ। ਇਸ ਦਾ ਆਪਾਂ ਭਾਈ ਕਈ ਵਾਰ ਮਨ ਦੇ ਅੰਦਰ ਵਹਿਮ ਕਰ ਲੈਂਦੇ ਹਾਂ, ਪਰ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋ ਕਰਕੇ ਪਹਿਲਾਂ ਧਰਮ ਬਣਦਾ ਹੈ ਕਿ ਸਿੱਖ ਅਤੇ ਸਿੰਘਣੀ ਦੋਵੇਂ ਅੰਮ੍ਰਿਤਧਾਰੀ ਹੋਣ। ਅਤੇ ਜਦੋਂ ਆਪ ਅੰਮ੍ਰਿਤਧਾਰੀ ਹਾਂ, ਅਤੇ ਜੇਕਰ ਬੱਚੇ ਨੂੰ ਅਜੇ ਖੰਡੇ ਦੀ ਪੌਲ ਨਹੀਂ ਛਕਾਈ ਜਾ ਰਹੀ, ਭਾਵੇਂ ਜੀਵਨ ਛੋਟਾ ਹੈ, ਪੰਜ ਪਿਆਰਿਆਂ ਦੇ ਸਨਮੁਖ ਹੋ ਕਰਕੇ ਚੂਲਾ ਜ਼ਰੂਰ ਦਵਾਇਆ ਜਾਵੇ, ਪੰਜ ਪਿਆਰਿਆਂ ਤੋਂ ਆਗਿਆ ਲਈ ਜਾਵੇ।
ਕਿ ਕਿਰਪਾ ਕਰੋ, ਬੱਚੇ ਨੂੰ ਰਹਿਤ ਰੱਖਣ ਦੀ ਆਗਿਆ ਬਖਸ਼ਿਸ਼ ਕਰੋ, ਤਾਂ ਜੋ ਅੱਗੇ ਚੱਲ ਕੇ ਜੀਵਨ ਦੇ ਅੰਦਰ ਜਦੋਂ ਸਮਾਂ ਬਣੇ ਤੇ ਬੱਚੇ ਨੂੰ ਖੰਡੇ ਦੀ ਪੌਲ ਛਕਾਈ ਜਾ ਸਕੇ ਤੇ ਚੂੜਾ ਭਾਈ ਪਹਿਲਾਂ ਛਕਾਇਆ ਜਾ ਸਕਦਾ ਹੈ। ਤੇ ਆਪਾਂ ਕਈ ਵਾਰ ਵਹਿਮ ਕਰਦੇ ਹਾਂ ਜੀ, ਅਜੇ ਛੋਟਾ ਹੈ ਬੱਚਾ ਬੱਚੀ ਤੇ ਅਸੀਂ ਅਜੇ ਨਹੀਂ ਸਤਿਗੁਰੂ ਦੇ ਲੜ ਲਾਉਣਾ। ਸਿੱਖ ਨੂੰ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਦੋਂ ਖੰਡੇ ਦੀ ਪੌਲ ਛਕਾਉਣੀ ਹੈ, ਭਾਵ ਬਚਪਨ ਦੇ ਵਿੱਚ ਵੀ ਜਦੋਂ ਚੂੜਾ ਛਕਾਉਣਾ ਹੈ, ਉਸ ਵਕਤ ਸਤਿਗੁਰ ਦੇ ਚਰਨਾਂ ਦੇ ਅੰਦਰ ਅਰਦਾਸ ਕਰਨੀ ਹੈ ਜੀ। ਭਈ ਚਤੁਰਦਸ਼ ਪ੍ਰਥਮ ਕੀ ਕਰ ਕਰ ਅਰਦਾਸ। ਇਸ ਪ੍ਰਕਾਰ ਪਹਿਲੀਆਂ ਸਭ ਅਰਦਾਸਾਂ ਨੂੰ ਜਾਣਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਅੰਦਰ ਇਹ ਸਭ ਅਰਦਾਸਾਂ ਬੇਨਤੀਆਂ ਕਰਨੀਆਂ ਹਨ। ਸ੍ਰੀ ਮੁਖ ਵਾਕ ਪੰਦਰਵੇਂ ਸ਼ਸਤਰ ਧਾਰ ਸੇਲ ਬਾਜੀ ਪੀਠ ਸਿੰਘ ਅਚਲ ਮੇਲ। ਇਸ ਤੋਂ ਪਹਿਲਾਂ ਸਤਿਗੁਰੂ ਜੀ ਨੇ 14 ਅਰਦਾਸਾਂ ਆਪਾਂ ਨੂੰ ਦੱਸੀਆਂ ਨੇ ਕਿ ਭਾਈ ਕਿਹੜੇ ਕਿਹੜੇ ਸਮੇਂ ਦੇ ਉੱਪਰ ਕਿਵੇਂ ਕਿਵੇਂ ਸਤਿਗੁਰੂ ਜੀ ਨੂੰ ਯਾਦ ਕਰਕੇ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਦੇ ਅੰਦਰ ਕਰਨੀ ਹੈ। ਤੇ ਹੁਣ ਸਤਿਗੁਰੂ ਜੀ ਕਿਰਪਾ ਕਰਦੇ ਹਨ, 15ਵੀਂ ਅਰਦਾਸ ਬਾਰੇ ਦੱਸ ਰਹੇ ਨੇ ਕਿ ਜਦੋਂ ਬੱਚਾ ਜਾਂ ਬੱਚੀ, ਇਹ ਦੋਵਾਂ 'ਤੇ ਲਾਗੂ ਹੁੰਦਾ ਹੈ, ਜੀਵਨ ਦੇ ਅੰਦਰ ਨੌਜਵਾਨੀ ਦੀ ਅਵਸਥਾ ਤੱਕ ਪਹੁੰਚ ਜਾਵੇ, ਸ਼ਸਤਰ ਧਾਰਨ ਕਰਨ ਵੇਲੇ ਜਦੋਂ ਸ਼ਸਤਰ ਵਿੱਦਿਆ ਸਿੱਖਣੀ ਸ਼ੁਰੂ ਕਰੇ, ਸਿੱਖ ਨੂੰ ਗੁਰਮਤ ਦਾ, ਸ਼ਸਤਰਾਂ ਦਾ ਅਭਿਆਸ ਸਤਿਗੁਰੂ ਜੀ ਦਾ ਹੁਕਮ ਹੈ ਭਾਈ। ਜਿੱਥੇ ਜੀਵਨ ਦੇ ਅੰਦਰ ਸਕੂਲੇ ਪੜ੍ਹਨੇ ਪਾਉਣਾ ਹੈ, ਦੁਨਿਆਵੀ ਵਿੱਦਿਆ ਦੇਣੀ ਹੈ, ਉੱਥੇ ਇਹ ਵੀ ਕਾਰਜ ਸਿੱਖ ਨੇ ਸਿਖਾਉਣੇ ਹਨ। 15ਵੀਂ ਅਰਦਾਸ ਉਸ ਵਕਤ ਕਰਨੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਕੇ ਸ਼ਸਤਰਾਂ ਦਾ ਗਿਆਨ ਬਖਸ਼ਿਸ਼ ਕਰੋ। 16ਵੀਂ ਮ੍ਰਿਗ ਦੁਸ਼ਟ ਮੇਲ ਹੋਏ ਸ਼ਸਤਰ ਪੇਲ। 16ਵੀਂ ਅਰਦਾਸ ਉਸ ਵਕਤ ਕਰਨੀ ਹੈ ਜਦੋਂ ਸ਼ਿਕਾਰ ਤੇ ਚੜ੍ਹੇ। ਅੱਜ ਦਾ ਸਮਾਂ ਤੇ ਚਲੋ ਸ਼ਿਕਾਰ ਖੇਡਣ ਦਾ ਆਪਣਾ ਨਹੀਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਸ਼ਸਤਰਧਾਰੀ ਹੋ ਕਰਕੇ ਜਦੋਂ ਪਹਿਲੀ ਵਾਰ ਸ਼ਿਕਾਰ ਤੇ ਚੜ੍ਹਿਆ ਜਾਂਦਾ ਹੈ, ਉਸ ਵਕਤ 16ਵੀਂ ਅਰਦਾਸ ਗੁਰੂ ਦੇ ਚਰਨਾਂ ਦੇ ਵਿੱਚ ਕਰਨੀ ਹੈ, ਭਾਵ ਸ਼ਸਤਰਾਂ ਦਾ ਅਭਿਆਸ ਕਰਨਾ। ਉਸ ਵਕਤ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੋ। 17ਵੀਂ ਤਾਂ ਪ੍ਰਸਾਦ ਦੁੱਖ ਦੂਰ ਸੁੱਖ ਆਦਿ। 17ਵੀਂ ਅਰਦਾਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਤੁਆ ਪ੍ਰਸਾਦ ਉਸ ਵਾਹਿਗੁਰੂ ਦੀ ਕਿਰਪਾ ਦੇ ਵਾਸਤੇ ਕਰਨੀ ਹੈ ਕਿ ਸੱਚੇ ਪਾਤਸ਼ਾਹ ਦੁੱਖ ਦੂਰ ਰਹਿਣ, ਸੁਮਤ ਦੇ ਵਿੱਚ ਵਾਧਾ ਹੋਵੇ, ਗੁਰੂ ਦਾ ਜੀ ਦਿੱਤਾ ਹੋਇਆ ਉਪਦੇਸ਼ ਮੇਰੇ ਜੀਵਨ ਦੇ ਵਿੱਚ ਆ ਜਾਵੇ। 17ਵੀਂ ਅਰਦਾਸ ਉਸ ਵਕਤ ਕਰਨੀ ਹੈ ਭਾਈ। 18ਵੀਂ ਆਗਿਆ ਕਾ ਸੰਜੋਗ ਵਧੇ ਕਾਇਆ ਘਟੇ ਰੋਗ। 18ਵੀਂ ਅਰਦਾਸ ਉਸ ਵਕਤ ਕਰਨੀ ਹੈ ਜਦੋਂ ਬੱਚੇ ਬੱਚੀ ਦੇ ਆਨੰਦ ਕਾਰਜ ਵਾਸਤੇ ਰਿਸ਼ਤਾ ਲੱਭਣਾ ਸ਼ੁਰੂ ਕਰੀਦਾ ਹੈ, ਕਿ ਜਦੋਂ ਇਹ ਮਹਿਸੂਸ ਹੁੰਦਾ ਹੈ ਕਿ ਭਾਈ ਹੁਣ ਬੱਚਾ ਤੇ ਬੱਚੀ ਵਿਆਹੁਣ ਦੇ ਲਾਇਕ ਹੋ ਗਿਆ ਹੈ, ਉਸ ਵਕਤ ਸਤਿਗੁਰ ਦੇ ਚਰਨਾਂ ਦੇ ਵਿੱਚ ਪਹਿਲੋਂ ਅਰਦਾਸ ਕਰਨੀ ਹੈ, ਫਿਰ ਕਦਮ ਅੱਗੇ ਵਧਾਉਣੇ ਨੇ ਕਿ ਸਤਿਗੁਰੂ ਸੰਜੋਗ ਵਾਸਤੇ ਕਿਰਪਾ ਕਰੋ ਅਤੇ ਕਾਇਆ ਅਰੋਗ ਰਹੇ ਜੀ। 19ਵੀਂ ਮਿਲੇ ਮੰਤ ਸਤਿਗੁਰ ਮਹੰਤ। 19ਵੀਂ ਅਰਦਾਸ ਸਤਿਗੁਰ ਦੇ ਚਰਨਾਂ ਦੇ ਵਿੱਚ ਇਹ ਕਰਨੀ ਹੈ ਭਾਈ ਕਿ ਸਤਿਗੁਰੂ ਜੀ ਤੇਰੇ ਨਾਮ ਦਾ ਮੰਤਰ, ਤੇਰੇ ਨਾਮ ਦਾ ਸਾਨੂੰ ਫਲ ਮਿਲੇ, ਤੇਰੇ ਨਾਮ ਦੀ ਸੇਵਾ, ਤੇਰੇ ਨਾਮ ਦੀ ਕਮਾਈ ਕਰਨ ਦੇ ਯੋਗ ਹੋ ਜਾਈਏ, ਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਨੀ ਹੈ ਭਾਈ। 20ਵੀਂ ਹੋਏ ਕਾਰਜ ਪੂਰ ਸਤਿਗੁਰ ਹਜੂਰ। ਜੀਵਨ ਦੇ ਅੰਦਰ ਕੋਈ ਵੀ ਕਾਰਜ ਹੋਵੇ, ਉਸ ਕਾਰਜ ਨੂੰ ਕਰਨ ਤੋਂ ਪਹਿਲਾਂ ਇਹ ਅਰਦਾਸ ਸਤਿਗੁਰ ਦੇ ਚਰਨਾਂ ਦੇ ਵਿੱਚ ਕਰਨੀ ਹੈ ਕਿ ਸਤਿਗੁਰੂ ਜਿਸ ਕਾਰਜ ਵਾਸਤੇ ਜਾ ਰਿਹਾ ਹਾਂ, ਜਿਸ ਕਾਰਜ ਵਾਸਤੇ ਤੁਰ ਰਹੇ ਹਾਂ, ਉਸ ਕਾਰਜ ਦੀ ਸੰਪੂਰਨਤਾ ਬਖਸ਼ਿਸ਼ ਕਰੋ। ਪ੍ਰਗਾਸੇ 21ਵੀਂ ਅਰਦਾਸ ਉਸ ਵਕਤ ਹੈ ਜਦੋਂ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਲਿਆ ਜਾਂਦਾ ਹੈ, ਭਾਵ ਦੇਖ ਦਿਖਾਲਾ ਕਰਨ ਵੇਲੇ ਆਪਾਂ ਜਾਈਦਾ ਹੈ ਕਿ ਭਾਈ ਬੱਚੀ ਨੂੰ ਵੇਖਣਾ ਹੈ ਜਾਂ ਬੱਚੇ ਨੂੰ ਵੇਖਣਾ ਹੈ ਜੀਵਨ ਵਾਸਤੇ, ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਤੇ ਫਿਰ ਜਾ ਕਰਕੇ ਆਪਣੇ ਦੁਨਿਆਵੀ ਫਰਜ਼ ਨਿਭਾਉਣੇ ਨੇ।
ਤੇ ਸੰਗਤ ਜੀ ਇੱਥੇ ਪਹਿਲਾਂ ਕਵੀ ਜੀ ਨੇ ਦੱਸਿਆ ਕਿ ਗਿਣਤੀਆਂ ਮਿਣਤੀਆਂ ਦੇ ਵਿੱਚ ਆਪਾਂ ਨਹੀਂ ਪੈਣਾ। ਕਹਿਣ ਤੋਂ ਭਾਵ ਜੀਵਨ ਦੇ ਹਰ ਕਾਰਜ ਦੀ ਆਰੰਭਤਾ ਵੇਲੇ ਸਤਿਗੁਰ ਤੋਂ ਆਗਿਆ ਲੈ ਕੇ ਫਿਰ ਸਿੱਖ ਨੇ ਕਦਮ ਚੁੱਕਣਾ ਹੈ, ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਫਿਰ ਕਾਰਜ ਵਾਸਤੇ ਵਧਣਾ ਹੈ। ਤੇ ਫਿਰ ਜੇ ਜੀਵਨ ਦੇ ਵਿੱਚ ਹਰ ਕੰਮ ਹਰ ਕਾਰਜ ਅਰਦਾਸ ਤੋਂ ਸ਼ੁਰੂ ਹੁੰਦਾ ਹੈ ਤੇ ਫਿਰ ਅਰਦਾਸ ਤੋਂ ਸੰਗਤ ਜੀ ਭੱਜੀਏ ਕਿਉਂ? ਆਪ ਜੀ ਨੇ ਦੇਖਿਆ ਹੋਵੇਗਾ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਨਾ, ਸਾਰਾ ਦੀਵਾਨ ਸੁਣ ਲਈਦਾ ਹੈ ਤੇ ਅਰਦਾਸ ਵੇਲੇ ਮਨ ਕਾਲਾ ਪੈ ਜਾਂਦਾ ਹੈ ਕਿ ਚਲੋ ਉੱਠ ਕੇ ਚੱਲੀਏ, ਹੁਣ ਅਰਦਾਸ ਹੋਣ ਲੱਗੀ ਹੈ। ਤੇ ਸਤਿਗੁਰੂ ਫਿਰ ਕਿਰਪਾ ਕਰਦੇ ਨੇ ਕਿ ਭਾਈ ਜੀਵਨ ਦਾ ਤੇਰਾ ਸੰਬੰਧ ਹੀ ਅਰਦਾਸ ਦੇ ਨਾਲ ਹੈ, ਜੇ ਅਰਦਾਸ ਤੇਰੇ ਪੱਲੇ ਨਹੀਂ ਤੇ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਵੀ ਤੇਰੀ ਝੋਲੀ ਦੇ ਵਿੱਚ ਨਹੀਂ ਪੈਣੀ। 20ਵੀਂ ਅਰਦਾਸ ਉਸ ਵਕਤ ਕਰਨੀ ਹੈ ਜਦੋਂ ਸੰਜੋਗ ਬਣ ਜਾਵੇ। 22ਵੀਂ ਰੱਖ ਮੇਰਾ ਸਿੱਧਕ ਪੂਰੀ ਗੁਰ ਭਗਤ। ਤੇ ਸਤਿਗੁਰੂ ਕਿਰਪਾ ਕਰਦੇ ਨੇ 22ਵੀਂ ਅਰਦਾਸ ਉਸ ਵਕਤ ਕਰਨੀ ਹੈ ਕਿ ਸਤਿਗੁਰੂ ਮੇਰਾ ਸਿੱਧਕ ਤੇ ਮੇਰਾ ਭਰੋਸਾ ਡੋਲੇ ਨਾ, ਆਪਣੇ ਸੇਵਕ ਨੂੰ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੇਰੇ ਨਾਮ ਦੀ ਸੋਝੀ ਬਖਸ਼ੀ। ਤੇ ਮੈਂ ਕੱਲ੍ਹ ਜ਼ਿਕਰ ਕੀਤਾ ਸੀ ਨਾ ਕਿ ਸਤਿਗੁਰੂ ਕਿਰਪਾ ਕਰਕੇ ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਜਿਵੇਂ ਭਾਈ ਜੋਗਾ ਸਤਿਗੁਰੂ ਜੀ ਦੇ ਨਾਲ ਬਚਨ ਕੀਤੇ ਸਨ ਪਰ ਜੀਵਨ ਦੇ ਅੰਦਰ ਥੋੜ੍ਹੀ ਢਲਿਆਈ ਆ ਗਈ, ਵੇਸਵਾ ਦੇ ਬੂਹੇ ਤੱਕ ਚਲਾ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਵਰਛਾ ਲੈ ਕੇ ਅੱਗੇ ਖਲੋ ਗਏ ਨੇ ਕਿ ਭਾਈ ਮੇਰਾ ਸਿੱਖ ਹੈ, ਮੇਰੇ ਨਾਲ ਬਚਨ ਹੋਇਆ ਹੈ। ਗੁਰੂ ਨੇ ਬਚਨ ਕੀਤਾ ਸੀ ਕਿ ਜੋਗਿਆ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ, ਅੱਜ ਤੇਰੇ ਜੀਵਨ ਦੇ ਵਿੱਚ ਜੇਕਰ ਥੋੜ੍ਹੀ ਬਹੁਤ ਕੋਈ ਢਲਿਆਈ ਆ ਗਈ ਹੈ ਪਰ ਮੈਂ ਤੈਨੂੰ ਥਿੜਕਣ ਨਹੀਂ ਦੇਣਾ, ਮੈਂ ਤੈਨੂੰ ਡੋਲਣ ਨਹੀਂ ਦੇਣਾ। ਉਸ ਬੂਹੇ ਤੋਂ ਮੋੜ ਕੇ ਵਾਪਸ ਲੈ ਆਏ ਨੇ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਇਹ ਅਰਦਾਸ ਕਰਨੀ ਹੈ ਕਿ ਸਤਿਗੁਰੂ ਮੇਰੇ ਸਿੱਧਕ ਤੇ ਮੇਰੇ ਭਰੋਸੇ ਦੀ ਰਾਖੀ ਤੁਸੀਂ ਆਪ ਕਰਨੀ ਹੈ ਜੀ। 21ਵੀਂ ਗੁਰਮੇਲੀ ਦਾਸੀ ਪਾਈਐ ਸੁਖ ਪ੍ਰਗਾਸੀ। 21ਵੀਂ ਅਰਦਾਸ ਸਤਿਗੁਰੂ ਜੀ ਨੇ ਜਦੋਂ ਸੰਜੋਗ ਮੇਲ ਦਿੱਤਾ ਹੈ ਉਸ ਵਕਤ ਕਰਨੀ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ। 23ਵੀਂ ਚੋਰੀ ਕਾ ਧੰਦਾ ਗੁਰੂ ਰਾਖੈ ਕਰ ਧੰਦਾ। ਤੇ 23ਵੀਂ ਅਰਦਾਸ ਉਸ ਵਕਤ ਕਰਨੀ ਹੈ ਜਦੋਂ ਕੋਈ ਝੂਠਾ ਚੋਰੀ ਦਾ ਇਲਜ਼ਾਮ ਲੱਗ ਜਾਵੇ, ਭਾਵ ਤੁਹਾਡਾ ਕਸੂਰ ਕੋਈ ਨਹੀਂ ਪਰ ਤੁਹਾਡੇ ਤੇ ਕੋਈ ਇਲਜ਼ਾਮ ਲੱਗ ਗਿਆ ਹੈ ਕਿ ਤੁਹਾਨੂੰ ਚੋਰ ਠਹਿਰਾਇਆ ਜਾ ਰਿਹਾ ਹੈ, ਤੁਹਾਡੇ ਤੇ ਠੱਗੀ ਦਾ ਇਲਜ਼ਾਮ ਲੱਗ ਰਿਹਾ ਹੈ, ਉਸ ਵਕਤ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਮੈਂ ਸੱਚਾ ਹਾਂ, ਮੈਂ ਜੀਵਨ ਦੇ ਅੰਦਰ ਕੋਈ ਭੁੱਲ ਨਹੀਂ ਕੀਤੀ ਪਰ ਇਹ ਵਿਖੜਾ ਸਮਾਂ ਆ ਗਿਆ ਹੈ, ਇਸ ਵਕਤ ਤੁਸੀਂ ਮੇਰੀ ਰਾਖੀ ਕਰਨੀ ਹੈ ਜੀ। 24ਵੀਂ ਰਾਜਾ ਕਾ ਮਿਲਾਪ ਸਹਾਈ ਗੁਰ ਆਪ। ਰਾਜਾ ਕਾ ਮਿਲਾਪ, ਕਿਸੇ ਸਰਕਾਰੀ ਕੰਮ ਵਾਸਤੇ ਚੜ੍ਹਨਾ ਹੋਵੇ, ਕਿਸੇ ਅਹਿਲਕਾਰ ਨੂੰ ਮਿਲਣਾ ਹੋਵੇ, ਕਿਤੇ ਸਰਕਾਰੀ ਦਰਬਾਰੇ ਕੋਈ ਕਾਰਜ ਕਰਨਾ ਹੋਵੇ, ਉਸ ਤੋਂ ਪਹਿਲਾਂ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਰਕੇ ਤੁਰਨਾ ਹੈ ਕਿ ਸੱਚੇ ਪਾਤਸ਼ਾਹ ਸਰਕਾਰੀ ਦਰਬਾਰੇ ਦਾ ਇਹ ਕੰਮ ਹੈ, ਉੱਥੇ ਜਾ ਕਰਕੇ ਸਾਨੂੰ ਇਸ ਗੱਲ ਦੀ ਲੋੜ ਹੈ ਕਿ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਤੁਰੀ, ਕਦੇ ਵੀ ਤੇਰਾ ਕੰਮ ਦੇ ਵਿੱਚ ਖੜੋਤ ਨਹੀਂ ਆਵੇਗੀ। 25ਵੀਂ ਸਤਿਗੁਰ ਪਾਵੇ ਮੇਘ ਦੁਰਭਿੱਖ ਵੇ ਮੁਖ ਗਹੀ ਨਮੇਖ। ਜੇਕਰ ਪੁਰਾਤਨ ਸਮੇਂ ਅਨੁਸਾਰ ਬਾਰਿਸ਼ ਨਹੀਂ ਹੋ ਰਹੀ, ਸਤਿਗੁਰੂ ਨੇ ਕਿਰਪਾ ਨਹੀਂ ਕੀਤੀ, ਸੋ ਮੇਘ ਕਿਹਾ ਜਾਂਦਾ ਹੈ ਮੀਂਹ ਨੂੰ, ਬਾਰਿਸ਼ ਨੂੰ, ਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਖੇਤੀ ਸੁੱਕਦੀ ਸੜਦੀ ਜਾਂਦੀ ਹੈ, ਪਾਣੀ ਦੀ ਜ਼ਰੂਰਤ ਹੈ, ਜਲ ਦੀ ਲੋੜ ਹੈ, ਤਦ ਵੀ ਗੁਰੂ ਦੇ ਚਰਨਾਂ ਦੇ ਵਿੱਚ ਭਾਈ ਅਰਦਾਸ ਕਰਨੀ ਹੈ। 26ਵੀਂ ਧਰਮ ਕਾ ਡੰਡ ਤਨਖੀ ਬਖਸ਼ਿਆ ਦੁਖਨ ਬਿਹੰਡ। 26ਵੀਂ ਅਰਦਾਸ ਉਸ ਵਕਤ ਕਰਨੀ ਹੈ ਜਦੋਂ ਧਰਮ ਕਾ ਦੰਡ, ਜੇਕਰ ਜੀਵਨ ਦੇ ਵਿੱਚ ਰਹਿਤ ਦੇ ਵਿੱਚ ਰਹਿੰਦਿਆਂ ਹੋਇਆਂ ਕੋਈ ਭੁੱਲ ਹੋ ਗਈ ਹੈ, ਜੇਕਰ ਜੀਵਨ ਦੇ ਵਿੱਚ ਗੁਰਸਿੱਖੀ ਦਾ ਜੀਵਨ ਨਿਭਾਉਂਦਿਆਂ ਹੋਇਆਂ ਅੰਮ੍ਰਿਤਧਾਰੀ ਖਾਸ ਕਰਕੇ ਭਾਵੇਂ ਉਹ ਕੋਈ ਬੀਬੀ ਹੈ ਭਾਵੇਂ ਕੋਈ ਸਿੰਘ ਹੈ,
ਦੁਨੀਆਂ ਨੂੰ ਤੇ ਨਾ ਪਤਾ ਹੋਵੇ, ਪਰਮਾਤਮਾ ਸਭ ਕੁਝ ਜਾਣਦਾ ਏ ਤੇ ਜਾਣਦੇ ਸੰਗਤ ਜੀ ਅਸੀਂ ਵੀ ਹਾਂ ਕਿ ਮੈਂ ਕਿਹੜੇ ਵੇਲੇ ਆਪਣੀ ਰਹਿਤ ਤੋਂ ਪਾਸਾ ਵਟਿਆ ਹੈ, ਕਿਹੜੇ ਵੇਲੇ ਸਤਿਗੁਰ ਤੋਂ ਬੇਮੁੱਖ ਹੋਇਆ ਹਾਂ। ਜੇਕਰ ਜੀਵਨ ਦੇ ਅੰਦਰ ਐਸੀ ਕੋਈ ਘਟਨਾ ਵਾਪਰ ਜਾਵੇ, ਜੀਵਨ ਦੇ ਅੰਦਰ ਕੋਈ ਐਸਾ ਕਰਮ ਜਾਣੇ ਅਣਜਾਣੇ ਦੇ ਵਿੱਚ ਹੋ ਜਾਵੇ ਤੇ ਇਹ ਅਰਦਾਸ ਗੁਰੂ ਦੇ ਚਰਨਾਂ ਦੇ ਵਿੱਚ ਧਰਮ ਦਾ ਦੰਡ ਲੈਣ ਵਾਸਤੇ ਭਾਵ ਪੰਜਾਂ ਪਿਆਰਿਆਂ ਦੇ ਸਨਮੁਖ ਪੇਸ਼ ਹੋ ਕਰਕੇ ਆਪਣੀ ਭੁੱਲ ਨੂੰ ਬਖਸ਼ਾਉਣ ਵਾਸਤੇ ਕਰਨੀ ਹੈ ਜੀ। ਸਤਿਗੁਰੂ ਕਿਰਪਾ ਕਰਦੇ ਹਨ ਕਿਤੇ ਰਸਤਾ ਭੁੱਲ ਜਾਈਏ, ਦੱਸੇ ਹੋਏ ਸਤਿਗੁਰੂ ਜੀ ਦੇ ਸਥਾਨ ਤੋਂ, ਵਾਹਿਗੁਰੂ ਜੀ ਦਿੱਤੇ ਹੋਏ ਹੁਕਮ ਤੋਂ ਕਿਤੇ ਥਿੜਕ ਜਾਈਏ। ਮਾਰਗ ਦੀ ਭੁੱਲ ਨੂੰ ਬਖਸ਼ਾਉਂਦਿਆਂ ਹੋਇਆਂ ਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ, ਸਤਿਗੁਰੂ ਮੈਂ ਭੁੱਲ ਗਿਆ ਸੀ, ਅਣਜਾਣ ਵਸ ਹੋ ਕਰਕੇ ਮੇਰੇ ਤੋਂ ਗਲਤੀ ਹੋ ਗਈ ਹੈ, ਤੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਆਪਣੀ ਭੁੱਲ ਉਹ ਬਖਸ਼ਾਉਣਾ ਕਰੇ ਜੀ। 28ਵੀਂ ਚੂਕ ਸਭ ਜਾਏ ਪਿੱਤਰਨ ਸੁਖ ਪਾਏ, 28ਵੀਂ ਅਰਦਾਸ ਚੂਕ ਸਭ ਜਾਏ ਆਪਣੇ ਤੋਂ ਵਿਛੜੇ ਹੋਏ ਆਪਣੇ ਵੱਡੇ ਵਡੇਰਿਆਂ ਦੇ ਨਿਮਿਤ ਸਤਿਗੁਰ ਦੇ ਚਰਨਾਂ ਦੇ ਅੰਦਰ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਤੇਰਾ ਹੁਕਮ ਸਤ ਹੋਇਆ ਹੈ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਚਾ ਕੇ ਰੱਖੀ। ਗਿਆਨੀ ਜੀ ਅਰਦਾਸ ਕਰਦੇ ਨੇ ਨਾ ਕਿ ਭਾਈ ਪੜ੍ਹੀ ਸੁਣੀ ਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਨਾ, ਜਦੋਂ ਆਪਾਂ ਅੰਤਿਮ ਅਰਦਾਸ ਦੇ ਰੂਪ ਦੇ ਵਿੱਚ ਸ਼ਾਮਲ ਹੁੰਦੇ ਹਾਂ। ਇਹ ਅਰਦਾਸ ਉਸ ਵਕਤ ਆਪਣੇ ਤੋਂ ਵਿਛੜਿਆ ਹੋਇਆਂ ਵਾਸਤੇ ਕਰਨੀ ਹੈ ਜੀ। 29ਵੀਂ ਮਰ ਸ਼ੇਰ ਵਸ ਸਤਿਗੁਰ ਬਾਕਸ਼। ਮਨ ਸ਼ੇਰ ਵਸ, ਸ਼ੇਰ ਕਿਹਾ ਜਾਂਦਾ ਹੈ, ਬੜਾ ਤਕੜਾ ਜਾਨਵਰ ਹੈ ਜਿਹੜਾ ਜੰਗਲ ਦਾ ਰਾਜਾ ਹੈ, ਤੇ ਮਨ ਸ਼ੇਰ ਵਸ ਕਿ ਭਾਵ ਮਨ ਦੇ ਅੰਦਰ ਜਿਹੜੇ ਵਿਕਾਰ ਹਨ, ਜੇ ਸਾਡੇ ਮਨ ਦੀ ਮਤ ਉਹਨਾਂ ਵਿਕਾਰਾਂ ਦੇ ਅਧੀਨ ਹੋ ਚੁੱਕੀ ਹੈ, ਭਾਵ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਗੁਰੂ ਕੀ ਬਾਣੀ ਪੜ੍ਹਨ ਤੋਂ ਕਤਰਾਈ ਕਰਦੇ ਹਾਂ, ਗੁਰੂ ਦੇ ਦਿੱਤੇ ਹੋਏ ਬਚਨਾਂ ਤੋਂ ਥਿੜਕ ਰਹੇ ਹਾਂ, ਭਾਵ ਕਿ ਮੇਰਾ ਮਨ ਮੇਰੇ ਵਸ ਦੇ ਵਿੱਚ ਨਹੀਂ ਰਿਹਾ, ਉਹ ਜਿਹੜਾ ਸ਼ੇਰ ਰੂਪੀ ਵਿਕਾਰ ਹਨ ਉਹਨਾਂ ਦੇ ਅਧੀਨ ਚਲਾ ਗਿਆ ਹੈ, ਤੇ ਸਤਿਗੁਰ ਦੇ ਚਰਨਾਂ ਦੇ ਵਿੱਚ ਉਸੇ ਵਕਤ ਤੁਰੰਤ ਅਰਦਾਸ ਕਰੇ, ਸੱਚੇ ਪਾਤਸ਼ਾਹ ਮੈਂ ਥਿੜਕ ਰਿਹਾ, ਕਿਰਪਾ ਕਰਕੇ ਡੋਲਣ ਤੋਂ ਬਚਾ ਲਓ। ਇਹ ਅਰਦਾਸ ਮੇਰੇ ਗੁਰੂ ਦੇ ਚਰਨਾਂ ਦੇ ਵਿੱਚ ਭਾਈ ਉਸ ਵਕਤ ਕਰਨੀ ਹੈ ਤੇ ਸਤਿਗੁਰੂ ਕਿਰਪਾ ਕਰਕੇ ਮੋੜ ਕੇ ਲੈ ਆਉਂਦੇ ਨੇ। ਜਿਹੜੇ ਕਹਿੰਦੇ ਨੇ ਨਾ ਭਾਈ ਮਨ ਨਹੀਂ ਲੱਗਦਾ, ਬਾਣੀ ਸੁਣਨ ਨੂੰ ਜੀ ਨਹੀਂ ਕਰਦਾ, ਦੀਵਾਨ 'ਚ ਬਹਿਣ ਨੂੰ ਜੀ ਨਹੀਂ ਕਰਦਾ, ਸੱਚ ਜਾਣਿਆ ਜੇ ਮਨ ਸ਼ੇਰ ਵਸ ਹੋਇਆ ਹੈ, ਭਾਵ ਮਨ ਟਿਕਦਾ ਨਹੀਂ, ਤੇ ਸਤਿਗੁਰ ਦੇ ਚਰਨਾਂ ਦੇ ਅੰਦਰ ਭਾਈ ਇਹ ਅਰਦਾਸ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਬੁਰੇ ਭਲੇ ਹਮ ਥਾਰੇ, ਚਾਹੇ ਚੰਗੇ ਹਾਂ ਚਾਹੇ ਮੰਦੇ ਹਾਂ, ਸਤਿਗੁਰੂ ਅਸੀਂ ਤੇਰੇ ਹਾਂ, ਕਿਰਪਾ ਕਰ ਮਨ ਮੇਰੀ ਬਿਰਤੀ, ਇਹ ਵਿਕਾਰ ਮੈਂ ਕੋਈ ਬਾਹਰੋਂ ਤੇ ਇਕੱਠੇ ਨਹੀਂ ਕੀਤੇ, ਸਰੀਰ ਮੈਨੂੰ ਤੂੰ ਦਿੱਤਾ ਹੈ, ਇਹ ਪੰਜ ਵਿਕਾਰ ਵੀ ਸਰੀਰ ਦੇ ਵਿੱਚ ਤੂੰ ਪਾਏ ਨੇ, ਤੇ ਕਿਰਪਾ ਕਰਕੇ ਹੁਣ ਇਹਨਾਂ ਨੂੰ ਵਸ ਕਰਨ ਦਾ ਉਪਰਾਲਾ ਵੀ ਮੇਰੇ ਸਤਿਗੁਰੂ ਤੂੰ ਕਰਨਾ ਹੈ। ਇਹ ਅਰਦਾਸ ਉਸ ਵਕਤ ਕਰਨੀ ਹੈ ਜੀ। ਦੋਹਰਾ ਭੁੱਖ ਪਿਆਸ ਅਗਰੀ ਟਰੀ ਸਤਿਗੁਰ ਪੂਰੀ ਪਾਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰੂ ਜੀਵਨ ਦੇ ਅੰਦਰ ਵੀ ਦੁੱਖਾਂ ਸੁੱਖਾਂ ਵੇਲੇ, ਭੁੱਖ ਪਿਆਸ ਵੇਲੇ ਵੀ ਆਪਣੇ ਨਾਮ ਦੀ ਕਿਰਪਾ ਕਰਕੇ ਆਪਣੇ ਸਿੱਖ ਨੂੰ ਰੱਖ ਲਈ। ਪੀਸ ਕਹੀ ਅਰਦਾਸ ਗੁਰ ਸੁਣੇ ਸਿੱਖ ਚਿੱਤ ਲਾਏ, ਤੇ ਇਹ ਅਰਦਾਸਾਂ ਜੋ ਸਤਿਗੁਰੂ ਜੀ ਨੇ ਪਹਿਲਾਂ ਦੱਸੀਆਂ ਹਨ ਇਹਨਾਂ ਨੂੰ ਮਨ ਕਰਕੇ ਚਿੱਤ ਕਰਕੇ ਆਪਣੇ ਹਿਰਦੇ ਦੇ ਵਿੱਚ ਵਸਾ ਲਓ ਭਾਈ। ਤੇ ਹੁਣ ਮੈਂ ਆਪ ਜੀ ਦਾ ਧਿਆਨ ਇੱਕ ਵਾਰ ਫਿਰ ਉੱਥੇ ਲੈ ਕੇ ਜਾਵਾਂ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ। ਅੱਜ ਸ਼ੰਕਾ ਕੀਤਾ ਜਾਂਦਾ ਹੈ ਨਾ ਜੀ, ਅਰਦਾਸ ਦੀ ਲੋੜ ਹੀ ਨਹੀਂ,
ਅਰਦਾਸ ਇੰਨੀ ਕੁ ਕਰ ਲਈਏ। ਗਿਆਨੀ ਜੀ ਤਾਂ ਹਟਦੇ ਹੀ ਨਹੀਂ ਭਾਈ, ਅਰਦਾਸ ਕਰੀ ਜਾਂਦੇ ਨੇ ਜੀ, ਸੂਖਮ ਹੀ ਅਰਦਾਸ ਕਰ ਦਿਓ। ਅਤੇ ਸਤਿਗੁਰੂ ਤਾਂ 101 ਅਰਦਾਸ ਦੱਸ ਰਹੇ ਨੇ ਸਿੱਖ ਨੂੰ, ਅਤੇ ਹੁਣ ਕਿਹਦੀ ਮੰਨੀਏ, ਗੁਰੂ ਜੀ ਦੀ ਜਾਂ ਮੇਰੇ ਵਰਗੇ ਝੁੰਝ ਗਿਆਨੀਆਂ ਦੀ? ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਭਾਈ ਅਰਦਾਸ ਤੋਂ ਬਗੈਰ ਤਾਂ ਛੁਟਕਾਰਾ ਹੀ ਨਹੀਂ ਤੇਰਾ। ਤੇਰੀ ਸੰਗਤ ਨੇ ਕੱਲ੍ਹ ਹਾਜ਼ਰੀ ਨਹੀਂ ਭਰੀ, ਉਹਨਾਂ ਦੇ ਧਿਆਨ ਗੋਚਰੇ ਬੇਨਤੀ ਕਰਦੇ ਹਾਂ। ਅਤੇ ਸਤਿਗੁਰੂ ਦੇ ਕੱਲ੍ਹ ਆਪਾਂ ਰਹਿਣ ਜਾ ਰਿਹਾ ਕਿ ਮਾਤਾ ਦੇ ਗਰਭ ਦੇ ਅੰਦਰ ਵੀ ਜਦੋਂ ਤੂੰ ਪ੍ਰਵੇਸ਼ ਕੀਤਾ, ਉਸ ਵਕਤ ਉਰਦ ਧਿਆਨ ਤਪ ਕਰੇ ਅੰਤਰ ਖਸਮ ਸੇਤੀ ਅਰਦਾਸ। ਉਸ ਵਕਤ ਅਰਦਾਸ ਹੀ ਸੀ ਜਿਹੜੀ ਤੈਨੂੰ ਤੇਰੇ ਮਾਤਾ ਦੇ ਗਰਭ ਦੇ ਅੰਦਰ ਰੱਖਿਆ ਕਰਦੀ ਰਹੀ। ਸਤਿਗੁਰੂ ਕਿਰਪਾ ਕਰਕੇ ਚੌਪਾਈ ਸਾਹਿਬ ਦੇ ਅੰਦਰ ਵੀ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਾ, ਮਾਤ ਅਗਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਜਿਸ ਗੁਰੂ ਨੇ ਆਪਣਾ ਹੱਥ ਦੇ ਕਰਕੇ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਕਿ ਉਸ ਵਾਹਿਗੁਰੂ ਨੂੰ ਕਿਉਂ ਵਿਸਾਰਦਾ ਹੈ। ਅਤੇ ਹੋਇਆ ਕਿ ਜਦੋਂ ਇਸ ਸੰਸਾਰ ਦੇ ਅੰਦਰ ਪੈਦਾ ਹੋ ਗਿਆ, ਹੁਣ ਮੇਰੇ ਬਚਨਾਂ ਨੂੰ ਜ਼ਰਾ ਗੰਭੀਰਤਾ ਦੇ ਨਾਲ ਸੰਗਤ ਜੀ ਮਨ ਦੇ ਅੰਦਰ ਸਰਵਣ ਕਰਨ ਦਾ ਯਤਨ ਕਰਿਓ, ਕਿਉਂਕਿ ਗੱਲਾਂ ਦੀਆਂ ਡਾਰਾਂ ਕਈ ਵਾਰ ਬਹੁਤ ਬਣ ਜਾਂਦੀਆਂ ਨੇ, ਪਰ ਦੁਨੀਆਂ ਦੀ ਸੱਚਾਈ ਇਹ ਹੈ, ਜਿੰਨੀ ਦੇਰ ਤੱਕ ਮਾਤਾ ਦੇ ਨਾਲ ਸੰਬੰਧ ਜੁੜਿਆ ਰਿਹਾ, ਅਤੇ ਜਦੋਂ ਨਾੜੂਆ ਕੱਟ ਦਿੱਤਾ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਸੇ ਵਕਤ ਇਸ ਸੰਸਾਰ ਦੀ ਮਾਇਆ ਦੇ ਨਾਲ ਸੰਬੰਧ ਜੁੜ ਗਿਆ, ਮਾਂ ਤੋਂ ਟੁੱਟ ਗਿਆ, ਸੰਸਾਰ ਦੇ ਨਾਲ ਜੁੜ ਗਿਆ। ਅਤੇ ਹੋਇਆ ਕਿ ਲਿਵ ਛੁਟਕ ਗਈ, ਲਿਵ ਟੁੱਟ ਗਈ। ਅਤੇ ਸਤਿਗੁਰੂ ਫਿਰ ਕਿਰਪਾ ਕਰਦੇ ਨੇ ਕਿ ਭਾਈ ਇਸ ਗੱਲ ਦਾ ਧਿਆਨ ਰੱਖੀ, ਉੱਥੇ ਵੀ ਅਰਦਾਸ ਨੇ ਰੱਖਿਆ ਏ, ਇੱਥੇ ਵੀ ਅਰਦਾਸ ਰੱਖੇਗੀ, ਅਤੇ ਅੱਗੇ ਵੀ ਅਰਦਾਸ ਤੇਰੇ ਜੀਵਨ ਦੇ ਵਿੱਚ ਉਹ ਸਹਾਈ ਹੋਵੇਗੀ। ਸੁਣੈ ਸਿੱਖ ਚਰਨੀ ਲੱਗਾ ਗੁਰੂ ਕਹਿ ਹੁਲਸਾਏ। ਤੇ ਸੁਣ ਕਰਕੇ ਭਾਈ ਜਿਹੜਾ ਸਤਿਗੁਰ ਦੇ ਚਰਨਾਂ ਚ ਆ ਕੇ ਬੇਨਤੀ ਕਰਦਾ ਸੀ ਕਿ ਸਤਿਗੁਰੂ ਕਿਰਪਾ ਕਰਕੇ ਦੱਸੋ, ਅਰਦਾਸ ਦਾ ਭੇਦ ਸਮਝਾਓ, ਮਹਾਰਾਜ ਦੇ ਚਰਨ ਫੜ ਲਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾਏ ਹਨ। ਜੋੜੀ ਅਚਲ ਬਰਨਾਰ ਕੀ ਕਹੋ ਸਿੱਖ ਸਮਝਾਏ। ਤੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਹਨ ਕਿ ਜੋੜੀ ਭਾਵ ਬੀਬੀ ਅਤੇ ਸਿੰਘ ਸਤਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕਰਨੀ ਹੈ ਕਿ ਇੱਕ ਮਤ ਹੋ ਕਰਕੇ ਹਮੇਸ਼ਾ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦਿਆਂ ਹੋਇਆ ਆਪਣੇ ਜੀਵਨ ਦਾ ਉਹ ਨਿਰਵਾਹ ਕਰਨ, ਜੋੜੀ ਬਣੀ ਰਹੇ। ਹੀਲਾ ਨਸ ਹੈ ਬਹਲ ਬਨ ਹੈ ਅਨਪੰਤ ਪਚ ਜਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਹੀਲਾ ਬਣੇ, ਸਭ ਦੁੱਖ ਕਲੇਸ਼ ਛੁੱਟ ਜਾਣਗੇ, ਦੁੱਖਾਂ ਦਾ ਪਹਿਰਾ ਘਟ ਜਾਵੇਗਾ, ਤੇ ਸਤਿਗੁਰੂ ਦੀ ਨਜ਼ਰ ਸਬੱਲੀ ਹੋ ਜਾਵੇਗੀ। ਦੁਸ਼ਟ ਖਪੇ ਸਾਇਆ ਭਗੇ ਪਰੇ ਚਹੀ ਦੀਤਾਏ। ਤੇ ਹੁਣ ਇਹ ਅਰਦਾਸਾਂ ਅੱਗੇ ਦੀ ਅੱਗੇ ਚੱਲਦੀਆਂ ਜਾ ਰਹੀਆਂ ਨੇ, ਜੇ ਆਪਾਂ ਗਿਣਤੀ ਮਿਣਤੀ ਚ ਪਵਾਂਗੇ ਤੇ ਮੇਰਾ ਖਿਆਲ ਹੈ ਕਿ ਤਕਰੀਬਨ 27-28 ਦੇ ਲਾਗੇ ਆਪਾਂ ਪਹੁੰਚ ਗਏ ਹਾਂ। ਤੋ ਸਤਿਗੁਰੂ ਜੀ ਕਿਰਪਾ ਕਰਦੇ ਨੇ, ਦੁਸ਼ਟ ਹਟੇ ਸਾਇਆ ਭਗੇ, ਕਿ ਜੇਕਰ ਕੋਈ ਮਨ ਦੇ ਅੰਦਰ ਵਹਿਮ ਪਾ ਦਿੰਦਾ ਹੈ ਕਿ ਜੀ ਤੈਨੂੰ ਤੇ ਕਿਸੇ ਨੇ ਕੁਛ ਕੀਤਾ ਹੋਇਆ ਹੈ, ਤੇਰੇ ਉੱਪਰ ਭੂਤ ਪ੍ਰੇਤ ਦਾ ਸਾਇਆ ਹੈ, ਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਅਰਦਾਸ ਤੋਂ ਵੱਡਾ ਮੰਤਰ ਕੋਈ ਨਹੀਂ। ਦੁਸ਼ਟ ਕਿਹਾ ਜਾਂਦਾ ਹੈ ਦੁਸ਼ਮਣ ਨੂੰ, ਦੁਸ਼ਮਣ ਚੜ੍ਹ ਕੇ ਆ ਗਿਆ ਹੈ ਤੇ ਕੀ ਕਰਨਾ ਹੈ ਜੀ, ਅਰਦਾਸ। ਜੇਕਰ ਕੋਈ ਵਹਿਮ ਪਾ ਰਿਹਾ ਹੈ, ਕੋਈ ਮਨ ਦੇ ਅੰਦਰ ਭੁਲੇਖਾ ਆ ਰਿਹਾ ਹੈ ਕਿ ਜੀ ਕਿਸੇ ਨੇ ਕੁਝ ਕਰ ਦਿੱਤਾ, ਕੋਈ ਸਾਇਆ ਪੈ ਗਿਆ ਹੈ, ਉਸ ਵਕਤ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਕਰ। ਕਿਸੇ ਵੀ ਜਮ ਦੀ ਐਡੀ ਜ਼ਰੂਰਤ ਨਹੀਂ ਕਿ ਤੇਰੇ ਲਾਗੇ ਵੀ ਆ ਜਾਏ, ਕਿਉਂਕਿ ਤੇਰੇ ਪੱਲੇ ਗੁਰੂ ਦੀ ਅਰਦਾਸ ਹੈ। 3400 ਵੈ ਸੁਖਾ 30 ਇਹ ਅਰਦਾਸ ਕਰ ਲੇ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ 34ਵੀਂ ਅਰਦਾਸ ਇਹ ਕਰਨੀ ਹੈ ਜਦੋਂ ਮੰਜੇ ਤੇ ਬਿਰਾਜਦੇ ਹਾਂ ਰਾਤ ਨੂੰ ਸੌਣ ਵੇਲੇ, ਕਿ ਸਤਿਗੁਰੂ ਜੀ ਦਿਨ ਚੰਗਾ ਬਤੀਤ ਹੋਇਆ ਹੈ, ਰਹਿਣ ਆਈ ਹੈ,
ਕਿਰਪਾ ਕਰਕੇ ਸੁੱਖਾ ਸੀਧ ਸੁੱਖਾਂ ਦੇ ਨਾਲ ਬਤੀਤ ਹੋਵੇ ਤੇ ਸੁੱਤਿਆਂ ਹੋਇਆਂ ਵੀ ਤੇਰੇ ਚਰਨਾਂ ਦੇ ਨਾਲ ਜੁੜੀ ਰਹੇ। 35 ਗੁਰ ਪਸਾਰਾ ਕਰੇ ਵਧੂ ਪਸ਼ੂ ਕੀ ਵੇਹੇ, ਘਰ ਬਾਰ ਦੇ ਅੰਦਰ ਪਸ਼ੂ ਪਾ ਦੇ ਵਾਧੇ ਵਾਸਤੇ, ਦੁੱਧ ਵਾਸਤੇ, ਪਸ਼ੂਆਂ ਦੀ ਚੰਗੀ ਸਿਹਤ ਵਾਸਤੇ, ਇਹ ਵੀ ਅਰਦਾਸ ਸਤਿਗੁਰ ਦੇ ਚਰਨਾਂ ਦੇ ਵਿੱਚ ਕਰਨੀ ਹੈ। 36 ਅਰਦਾਸ ਹੋਏ ਭਾਵਨਾ ਅੰਤਰ ਭਾਵ ਫਲ ਦੇਸ਼, ਸੱਚੇ ਪਾਤਸ਼ਾਹ 36ਵੀਂ ਅਰਦਾਸ ਇਹ ਕਰਨੀ ਹੈ ਕਿ ਮਨ ਦੇ ਅੰਦਰ ਭਾਵਨਾ ਬਣੀ ਰਹੇ, ਤੇਰਾ ਸਤਿਕਾਰ ਤੇ ਮਨ ਦੇ ਅੰਦਰ ਤੇਰੀ ਸ਼ਰਧਾ ਬਣੀ ਰਹੇ। ਤੇ ਅੱਜ ਤੇ ਸ਼ਰਧਾ ਦੇ ਉੱਪਰ ਵੀ ਸਵਾਲ ਖੜੇ ਕਰ ਦਿੱਤੇ ਕਿ ਜੀ ਇਹ ਨਹੀਂ ਤੇ ਉਹ ਨਹੀਂ, ਇਉਂ ਨਹੀਂ ਤੇ ਉਹ ਨਹੀਂ। ਤੇ ਹੁਣ ਯਾਦ ਰੱਖਿਓ, ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਭਾਈ ਅਰਦਾਸਾਂ ਕਰਨੀਆਂ ਨੇ। ਅੱਛਾ, ਤੇ ਜੇ ਆਪਾਂ ਪੁੱਛੀਏ ਵੀ ਭਾਈ ਜਿਹਨੂੰ ਪੜ੍ਹਨਾ ਨਹੀਂ ਆਉਂਦਾ, ਜਿਹਨੂੰ ਲਿਖਣਾ ਨਹੀਂ ਆਉਂਦਾ, ਜਿਹਨੂੰ ਅੱਖਰਾਂ ਦਾ ਗਿਆਨ ਨਹੀਂ, ਤੇ ਫਿਰ ਉਹ ਕੀ ਕਰੇ? ਉਹਨੂੰ ਤੇ ਅਰਦਾਸ ਕਰਨੀ ਨਹੀਂ ਆਏਗੀ, ਫਿਰ ਉਹ ਕਿੱਥੇ ਜਾਵੇ? ਪਰ ਸਤਿਗੁਰੂ ਜੀ ਫਿਰ ਇੱਥੇ ਸਮਝਾ ਰਹੇ ਨੇ ਕਿ ਸਤਿਗੁਰੂ ਅਰਦਾਸ ਕਰਨੀ ਹੈ ਕਿ ਮੇਰੀ ਭਾਵਨਾ ਬਣੀ ਰਹੇ। ਸ਼ਬਦਾਂ ਦੀ ਚੋਣ ਤੇਰੇ ਕੋਲ ਹੋ ਜਾਏ ਤੇ ਬੜਾ ਚੰਗਾ ਹੈ, ਜਿਹੜੀ ਪੰਥ ਦੀ ਅਰਦਾਸ ਹੈ ਤੈਨੂੰ ਕਰਨੀ ਆਉਣੀ ਚਾਹੀਦੀ ਹੈ, ਤੇਰੇ ਨਿਤਨੇਮ ਦਾ ਇੱਕ ਹਿੱਸਾ ਹੈ। ਪਰ ਜੇਕਰ ਕਿਸੇ ਕਾਰਨ ਅਰਦਾਸ ਕਰ ਨਹੀਂ ਸਕਦਾ ਤੇ ਇਹ ਜ਼ਰੂਰ ਮੰਗ ਲਈ ਕਿ ਸਤਿਗੁਰੂ ਮੇਰੀ ਭਾਵਨਾ ਬਣੀ ਰਹੇ, ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਵਨਾ ਕਰਕੇ ਗੁਰੂ ਦੇ ਚਰਨਾਂ 'ਚ ਜੋ ਵੀ ਬੇਨਤੀ ਕਰੇਗਾ ਅਰਦਾਸ ਰੂਪ ਸਤਿਗੁਰੂ ਸਵੀਕਾਰ ਕਰ ਲੈਣਗੇ। ਤੇ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਗਿਆਨੀ ਸਿੰਘ ਸ਼ਬਦ ਪੜ੍ਹਦੇ ਨੇ ਨਾ ਕਿ ਭਾਵਨਾ ਕਰਕੇ ਕਦੀ ਵੀ ਭੇਟ ਕਰ ਦੇਗਾ ਤੇ ਸਤਿਗੁਰੂ ਉਹਨੂੰ ਵੀ ਫਲੀਭੂਤ ਕਰ ਦਿੰਦੇ ਹਨ। 37 ਵੇਲ ਬਾਗ ਫਲੇ ਅਫਲ ਸਫਲ ਵਹਿ ਸ਼ੇਸ਼, ਤੇ 37ਵੀਂ ਅਰਦਾਸ ਫਸਲ ਦੇ ਵਾਧੇ ਵਾਸਤੇ ਕਰਨੀ ਹੈ। ਤੇ ਹੁਣ ਸੰਗਤ ਜੀ ਜਰਾ ਵਿਚਾਰਿਓ, ਕਿੰਨੇ ਕੁ ਗੁਰਮੁਖ ਨੇ, ਕਿੰਨੇ ਕੁ ਮੇਰੇ ਪਿਆਰੇ ਨੇ, ਜਿਹੜੇ ਬੀਜ ਪਾਉਣ ਵੇਲੇ ਅਰਦਾਸ ਕਰਕੇ ਪਾਉਂਦੇ ਨੇ ਕਿ ਸਤਿਗੁਰੂ ਧਰਤੀ ਦੇ ਅੰਦਰ ਕੋਈ ਕਣਕ ਮੱਕੀ ਬੀਜਣ ਲੱਗੇ ਆ, ਕੋਈ ਝੋਨਾ ਦਾ ਸੀਜ਼ਨ ਆਉਣ ਲੱਗਾ ਹੈ, ਦਵਾਈਆਂ ਤੇ ਬਹੁਤ ਮਹਿੰਗੀਆਂ ਪਾਈਆਂ, ਖਾਦਾਂ ਵੀ ਬਹੁਤ ਮਹਿੰਗੀਆਂ ਲਿਆਂਦੀਆਂ, ਪਰ ਕਿਸੇ ਨੇ ਇਹ ਯਤਨ ਨਹੀਂ ਕੀਤਾ ਕਿ ਕੱਦੂ 'ਚ ਟਰੈਕਟਰ ਵਾੜਨ ਤੋਂ ਪਹਿਲਾਂ ਮੈਂ ਅਰਦਾਸ ਕਰਾਂ ਵਾਂ, ਸੱਚੇ ਪਾਤਸ਼ਾਹ ਫਸਲ ਬੀਜਣ ਲੱਗਾ, ਕਿਰਪਾ ਕਰਕੇ ਕੀੜੇ ਤੋਂ ਬਚਾ ਰੱਖੀ, ਮੇਰੀ ਫਸਲ ਨੂੰ ਫਲੀਭੂਤ ਕਰੀ। ਕਰਦਾ ਹੈ ਜੀ ਕੋਈ? ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਇਹ ਅਰਦਾਸ ਕਰ ਤੇ ਤੈਨੂੰ ਮਹਿੰਗੀਆਂ ਦਵਾਈਆਂ ਦੀ ਲੋੜ ਨਾ ਪਵੇ, ਤੇਰੀ ਫਸਲ ਨੂੰ ਕੀੜਿਆਂ ਦੀ ਮਾਰ ਨਾ ਪਵੇ। ਕਿਉਂ? ਕਿਉਂਕਿ ਤੇਰਾ ਗੁਰੂ ਰਾਖਾ ਹੋਏ, ਤੇਰਾ ਵੀ ਤੇ ਤੇਰੇ ਕਾਰਜਾਂ ਦਾ ਵੀ। ਤੇ ਸੰਗਤ ਜੀ, ਜੇਕਰ ਕਿਸੇ ਦੇ ਮਨ ਦੇ ਅੰਦਰ ਵਹਿਮ ਹੋਵੇ, ਕਿਉਂਕਿ ਕਟਾਕਸ਼ ਕਰਨ ਵਾਲੇ ਬੜਾ ਕੁਝ ਬੋਲਦੇ ਨੇ, ਕਦੇ ਉਪਰਾਲਾ ਕਰਕੇ ਵੇਖ ਲਓ, ਪਰਖ ਕੇ ਵੇਖ ਲਓ ਕਿ ਇਹ ਕਿਰਪਾ ਹੁੰਦੀ ਹੈ ਕਿ ਨਹੀਂ। ਇੰਗਲੈਂਡ ਤੋਂ ਮੈਂ ਆਇਆ, ਲੈਸਟਰ ਸ਼ਹਿਰ ਦੇ ਰਹਿਣ ਵਾਲੇ ਇੱਕ ਗੁਰਸਿੱਖ ਨੇ, ਮੈਨੂੰ ਨਾਂ ਵਿਸਰ ਗਿਆ ਉਹਨਾਂ ਦਾ, ਘਰ ਦੇ ਅੰਦਰ ਉਹਨਾਂ ਨੇ ਸਬਜ਼ੀ ਭਾਜੀ ਲਾਈ ਸੀ, ਕਦੂਆਂ ਦੀ ਵੇਲ ਲਾਈ ਸੀ, ਤੇ ਉਸ ਗੁਰਮੁਖ ਨੇ ਸਵਾਏ ਪਾਣੀ ਤੋਂ ਕੋਈ ਦਵਾਈ ਕੋਈ ਬੂਟੀ ਉਹਨੂੰ ਨਹੀਂ ਪਾਈ। ਰੋਜ਼ਾਨਾ ਨਿਤਨੇਮ ਕਰਨ ਵੇਲੇ ਉਹ ਉੱਥੇ ਗਮਲੇ ਦੇ ਕੋਲ ਬਹਿ ਜਾਇਆ ਕਰਦਾ ਸੀ, ਸ਼ਾਮੀ ਸੰਧਿਆ ਵੇਲੇ ਰਹਿ ਰਾਸ ਕਰਨ ਵੇਲੇ ਉੱਥੇ ਲਾਗੇ ਬਹਿ ਕੇ ਪਾਠ ਕਰਦਾ ਸੀ। ਤੇ ਵਰਲਡ ਦਾ ਰਿਕਾਰਡ ਬਣਿਆ ਇੰਗਲੈਂਡ ਦੇ ਵਿੱਚ ਸਭ ਤੋਂ ਵੱਡੇ ਕੱਦੂਆਂ ਦਾ ਜਿਹੜਾ ਹੈ ਉਸਨੂੰ ਅਵਾਰਡ ਵੀ ਮਿਲਿਆ। ਤੇ ਉਸ ਗੁਰਸਿੱਖ ਨੇ ਇਹ ਦੱਸਿਆ ਹੈ ਕਿ ਭਾਈ ਮੈਂ ਕੋਈ ਦਵਾਈ ਨਹੀਂ ਪਾਈ, ਮੈਂ ਕੋਈ ਖਾਦ ਨਹੀਂ ਪਾਈ, ਕੀਤਾ ਕੀ ਮੈਂ ਆਪਣਾ ਨਿਤਨੇਮ ਕਰਨ ਵੇਲੇ ਇੱਥੇ ਗਮਲੇ ਦੇ ਲਾਗੇ ਬਹਿੰਦਾ ਰਿਹਾ, ਜਿੱਥੇ ਮੇਰੇ 'ਤੇ ਕਿਰਪਾ ਹੋਈ ਹੈ ਸਤਿਗੁਰੂ ਨੇ, ਕਿਰਪਾ ਕਰਕੇ ਇਹਨਾਂ ਸਬਜ਼ੀਆਂ 'ਚ ਵੀ ਕਿਰਪਾ ਵਰਤਾ ਦਿੱਤੀ ਹੈ। ਤੇ ਹੁਣ ਸ਼ੰਕਾ ਕਰਨ ਵਾਲੇ ਤੇ ਕਹਿਣਗੇ ਜੀ ਇਹ ਤੇ ਭੁਲੇਖਾ ਹੈ, ਤੇ ਹੁਣ ਇਹ ਤੇ ਕਹਿ ਨਹੀਂ ਸਕਣਗੇ ਜੀ ਇਹ ਬਾਹਮਣ ਬਾਦ ਹੈ, ਕਿਉਂਕਿ ਸਬਜ਼ੀ ਤੇ ਸਾਰੇ ਖਾਂਦੇ ਨੇ, ਸਿੱਖਾਂ ਨੇ ਵੀ ਛਕਣੀ ਹੈ ਤੇ ਉਹਨਾਂ ਨੇ ਵੀ ਛਕਣੀ ਹੈ। ਪਰ ਬੇਨਤੀ ਹੈ ਕਿ ਕਦੇ ਕਰਕੇ ਤਾਂ ਦੇਖੋ, ਕਦੇ ਪਰਖ ਕੇ ਤਾਂ ਦੇਖੋ ਕਿਹੜੀ ਕੋਈ ਮਾਇਆ ਲੱਗਦੀ ਹੈ। ਪਰ ਸਤਿਗੁਰੂ ਜੀ ਇੱਥੇ ਵੀ ਇਹ ਬੇਨਤੀ ਕਰਦੇ ਨੇ ਕਿ ਬੀਜ ਪਾਉਣ ਵੇਲੇ, ਫਸਲ ਬੀਜਣ ਵੇਲੇ ਵੀ ਗੁਰੂ ਦੇ ਚਰਨਾਂ ਦਾ ਧਿਆਨ ਧਰੀ, ਸਤਿਗੁਰੂ ਤੇਰੀ ਖੇਤੀ ਨੂੰ ਉੱਨਤ ਕਰ ਦੇਵੇਗਾ। 38ਵੀਂ ਮਨਮੁਖ ਉੱਠੇ ਸਨਮੁਖ ਝੁਕੇ ਨਵੇਂ ਗ੍ਰਹਿ ਆਰੰਭ, ਸਤਿਗੁਰੂ ਜੀ ਕਿਤੇ ਜਾਣਾ ਹੋਵੇ, ਮਨਮੁਖਾਂ ਦਾ ਵਾਸਾ ਹੈ, ਕਿਤੇ ਚੁੰਝ ਗਿਆਨੀਆਂ ਨਾਲ ਪਾਲਾ ਪੈਣਾ ਹੈ, ਤੇ ਅਰਦਾਸ ਕਰਕੇ ਜਾਈ
ਮਨਮੁਖ ਉੱਠੇ, ਮਨ ਦੇ ਪਰਦੇ ਚੁੱਕੇ ਜਾਣ ਤੇ ਗੁਰਮੁਖਾਂ ਦੇ ਨਾਲ ਮੇਲ ਹੋ ਜਾਵੇ। ਤੇਰੀ ਕਿਰਪਾ ਦੇ ਸਦਕਾ ਮਨਮੁਖਾਂ ਦੀ ਸੰਗਤ ਤੋਂ ਛੁੱਟ ਜਾਈਏ ਤੇ ਗੁਰਮੁਖਾਂ ਦੀ ਸੰਗਤ ਮਿਲ ਜਾਵੇ। ਪ੍ਰਵੇਸ਼ 39 ਅਚਲ ਬਸ ਸਿੰਘ ਵਸਤ ਅਸੰਭ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਇਹ ਬੇਨਤੀ ਕਰਨੀ ਹੈ। ਇੱਕ ਵਾਰ ਦੁਬਾਰਾ ਪੰਕਤੀ ਪੜਿਓ ਜੀ। ਪ੍ਰਵੇਸ਼ 39 ਅਚਲ ਬਸ ਸਿੰਘ ਵਸਤ ਅਸੰਭ। ਸਤਿਗੁਰੂ ਜੀ, ਜੇਕਰ ਕੋਈ ਨਵੀਂ ਇਮਾਰਤ ਖਰੀਦੀ ਹੈ, ਕੋਈ ਘਰ ਬਣਾਉਣਾ ਸ਼ੁਰੂ ਕੀਤਾ ਹੈ ਤੇ ਸਤਿਗੁਰ ਦੇ ਚਰਨਾਂ ਦੇ ਵਿੱਚ ਪਹਿਲਾਂ ਅਰਦਾਸ ਕਰਨੀ ਹੈ ਭਾਈ। ਚਾਲੀਸਵੀਂ ਖੇਤੀ ਪਰ ਮਾਤਾ ਕੋ ਅਮਾਨ। 40ਵੀਂ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਖੇਤੀ ਵਾਸਤੇ ਕਰਨੀ ਹੈ ਭਾਈ। ਵਾਧੇ ਕਾ ਆਸਾਨ, ਤੇ ਵਾਧਾ ਹੋਵੇ, ਫਲੀਭੂਤ ਹੋਵੇ, ਕੀਤੇ ਹੋਏ ਕਾਰਜਾਂ ਨੂੰ ਫਲ ਮਿਲੇ। 41 ਕੂਆ ਅਖੰਡ ਗੁਰ ਪੂਰਨ ਬ੍ਰਹਿਮੰਡ। ਕੂਆ ਅਖੰਡ ਪੁਰਾਤਨ ਸਮੇਂ ਦੇ ਅੰਦਰ ਭਾਈ ਜਲ ਦੀ ਪੂਰਤੀ ਵਾਸਤੇ ਖੂਹ ਲਾਏ ਜਾਂਦੇ ਸਨ ਤੇ ਸਮਾਂ ਬੜਾ ਕਰੜਾ ਹੋਇਆ ਕਰਦਾ ਸੀ। ਕਈ ਵਾਰ ਖੂਹ ਵੀ ਕੱਢੇ ਜਾਂਦੇ ਸਨ ਪਰ ਪਾਣੀ ਨਹੀਂ ਸੀ ਮਿਲਦਾ, ਜਲ ਨਹੀਂ ਸੀ ਮਿਲਦਾ। ਤੇ ਹਾਲਾਤ ਸੰਗਤ ਜੀ ਆਉਣ ਵਾਲੇ 10 ਕੁ ਸਾਲਾਂ ਚ ਪੰਜਾਬ ਦੇ ਫਿਰ ਉਹੀ ਹੋਣ ਵਾਲੇ ਨੇ। 200-250 ਫੁੱਟ ਤੇ ਬੋਰ ਚਲੇ ਗਏ ਨੇ ਤੇ ਯਾਦ ਰੱਖਿਓ ਤੇ ਹੁਣ ਹਾਲਾਤ ਫਿਰ ਉਹ ਆ ਜਾਣੇ ਕਿ ਪਾਣੀ ਥਿਆਇਆ ਨਹੀਂ, ਲੱਭਣਾ ਨਹੀਂ। ਤੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਟੱਕ ਲਾਉਣ ਤੋਂ ਪਹਿਲਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰੀ ਕਿ ਸਤਿਗੁਰੂ ਜਲ ਦੀ ਪ੍ਰਾਪਤੀ ਕਰਨੀ ਹੈ ਤੇ ਸਤਿਗੁਰੂ ਕਿਰਪਾ ਕਰਕੇ ਮਿੱਠੇ ਪਾਣੀ ਦੇ ਸੋਮੇ ਤੈਨੂੰ ਬਖਸ਼ਿਸ਼ ਕਰੇ। 42 ਵੰਡੇ ਰਿੱਧ ਬ੍ਰਿਧ ਸਤਿਗੁਰੂ ਸਭ ਸਿੱਧ। ਤੇ 42ਵੀਂ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨੀ ਹੈ ਕਿ ਸਤਿਗੁਰੂ ਰਿੱਧੀਆਂ ਸਿੱਧੀਆਂ, ਤੇਰੇ ਨਾਮ ਦੀ ਤਾਕਤ, ਤੇਰੇ ਨਾਮ ਦੀ ਭਗਤੀ, ਤੇਰੇ ਨਾਮ ਦੀ ਬੰਦਗੀ ਮੈਨੂੰ ਪ੍ਰਾਪਤ ਹੋਵੇ। ਐਸੇ ਗੁਰਸਿੱਖਾਂ ਦਾ ਮੇਲ ਕਰੋ ਜਿਹਦੇ ਨਾਲ ਸਿੱਖੀ ਦੇ ਵਿੱਚ ਵਾਧਾ ਹੋਵੇ। 43 ਸਤਿਗੁਰੂ ਟੇਕ ਰੱਖ ਦਿਖਾਵੇ ਸਿਦਕ ਸਾਖ। ਤੇ ਸਤਿਗੁਰੂ ਜੀ ਤੇ ਟੇਕ ਰੱਖ ਕਰਕੇ ਅਰਦਾਸ ਕਰਨੀ ਹੈ ਕਿ ਮੇਰਾ ਸਿਦਕ ਤੇ ਮੇਰਾ ਭਰੋਸਾ ਨਿਭ ਜਾਵੇ। ਤੇ ਅਰਦਾਸ ਜਿਹੜੀ ਪੰਥ ਦੀ ਆਪਾਂ ਰੋਜ਼ਾਨਾ ਕਰਦੇ ਸੰਗਤ ਜੀ, ਉਹਦੇ 'ਚ ਵੀ ਆਪਾਂ ਬਚਨ ਪੜ੍ਹਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਆਖੋ ਜੀ ਵਾਹਿਗੁਰੂ। ਕਿਉਂ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਦੀ ਨਿਭ ਗਈ ਤੇ ਕਿਰਪਾ ਕਰੀ ਮੇਰੀ ਸੇਵਾ, ਮੇਰੀ ਭਾਵਨਾ ਸ਼ਾਇਦ ਏਡੀ ਨਾ ਹੋਵੇ ਪਰ ਮੈਂ ਤੈਨੂੰ ਵਾਸਤਾ ਪਾਉਣਾ, ਉਹਨਾਂ ਦੀ ਕਮਾਈ ਸਦਕਾ ਮੇਰੀ ਵੀ ਨਿਭ ਜਾਵੇ। ਕਿਉਂਕਿ ਜੇਕਰ ਕਿਸੇ ਕੋਲ ਕੁਝ ਮੰਗਣ ਜਾਈਏ ਨਾ ਤੇ ਸਾਨੂੰ ਇਹ ਆਸ ਹੋਵੇ ਕਿ ਭਾਈ ਉਹਦੇ ਕੋਲ ਹੈ, ਉਹ ਮੇਰੀ ਮਦਦ ਕਰ ਦੇਗਾ, ਪਰ ਨਾਲ ਦੀ ਨਾਲ ਇਹ ਵੀ ਸ਼ੰਕਾ ਹੁੰਦੀ ਹੈ ਕਿ ਸ਼ਾਇਦ ਉਹਦੀ ਬੋਲਚਾਲ ਮੇਰੇ ਨਾਲ ਨਹੀਂ, ਜੇ ਮੈਂ ਮੰਗਣ ਜਾਵਾਂ ਤੇ ਉਹ ਮੈਨੂੰ ਦੇਵੇ ਨਾ ਦੇਵੇ। ਤੇ ਦੂਜਾ ਕੰਮ ਫਿਰ ਅਸੀਂ ਇਹ ਕਰਦੇ ਹਾਂ ਵੀ ਉਹ ਬੰਦਾ ਭਾਲੀਏ ਜਿਹਦੇ ਉਹ ਆਖੇ ਲੱਗਦਾ, ਉਹਨੂੰ ਨਾਲ ਲੈ ਕੇ ਜਾਂਦੇ ਹਾਂ ਕਿ ਭਾਈ ਤੂੰ ਮੇਰੇ ਨਾਲ ਚੱਲ, ਜੇ ਮੇਰੀ ਨਾ ਸੁਣੇਗਾ ਤੇ ਘੱਟ ਤੋਂ ਘੱਟ ਤੇਰੇ ਚੱਲ ਕੇ ਗਏ ਦੀ ਲਾਜ ਰੱਖ ਲਏਗਾ ਕਿ ਭਾਈ ਤੂੰ ਇਹਨੂੰ ਨਾਲ ਲੈ ਕੇ ਆਇਆ ਹੈ ਤੇ ਇਹਦੇ ਮੂੰਹ ਨੂੰ ਮੈਂ ਤੇਰਾ ਕੰਮ ਕਰ ਦੇਣਾ। ਇਸੇ ਪ੍ਰਕਾਰ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਦਿਹਾੜਾ ਆਪਾਂ ਮਨਾ ਰਹੇ ਹਾਂ ਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਬੰਧ ਬੰਧ ਕਟਵਾਏ, ਚਰਖੜੀਆਂ ਦੇ ਕੜੇ ਤਨ ਆਰਿਆਂ ਨਾਲ ਚਰਾਏ, ਸਤਿਗੁਰੂ ਉਹਨਾਂ ਦੀ ਪਵਿੱਤਰ ਕਮਾਈ ਦੇ ਸਦਕਾ ਆਪਣੇ ਦਾਸ ਦੀ ਅਰਦਾਸ ਵੀ ਪ੍ਰਵਾਨ ਕਰ ਲਈ। ਤੇ ਮਤਾ ਖਿਆਲ ਕਰਿਓ ਕਿ ਗੁਰੂ ਨੇ ਮੇਰੇ ਕਰਕੇ ਕਰ ਦਿੱਤੀ ਹੈ। ਉਹ ਜਿਹਨਾਂ ਸਿੰਘਾਂ ਸ਼ਹੀਦਾਂ ਤੇ ਸ਼ੰਕਾ ਕਰਦੇ ਹੋ, ਬੋਲ ਕਬੋਲ ਬੋਲਦੇ ਹੋ, ਜੀਵਨ ਦੇ ਸੁੱਖ ਸਾਧਨ ਵੀ ਉਹਨਾਂ ਦਾ ਨਾਂ ਲੈ ਕੇ ਹੀ ਪੂਰੇ ਹੁੰਦੇ ਨੇ। ਅੱਜ ਵੱਡੀਆਂ ਗੱਡੀਆਂ, ਵੱਡੇ ਘਰ ਬਾਹਰਲੇ ਮੁਲਕਾਂ 'ਚ ਬੈਠੇ ਹਾਂ, ਮਤਾ ਖਿਆਲ ਕਰੀ ਮੈਂ ਬੜੇ ਘੰਟੇ ਲਾਏ ਨੇ, ਮੈਂ ਬੜੀ ਸੇਵਾ ਕੀਤੀ ਹੈ, ਉਹਨਾਂ ਸ਼ਹੀਦਾਂ ਦੀ ਕਮਾਈ ਦਾ ਵਾਸਤਾ ਪਾ ਕੇ ਵਾਹਿਗੁਰੂ ਤੋਂ ਮੰਗਿਆ ਹੈ ਤੇ ਤਾਂ ਸਤਿਗੁਰੂ ਨੇ ਦਿੱਤਾ ਹੈ ਭਾਈ। 44 ਗੁਪਤ ਕਾਮ ਅੰਤਰਜਾਮੀ ਸਫਲ ਜਾਨ। ਜੀਵਨ ਦੇ ਅੰਦਰ ਕਈ ਕਾਰਜ ਐਸੇ ਹੁੰਦੇ ਨੇ ਜਿਹੜੇ ਸੰਗਤ ਦੇ ਵਿੱਚ ਆ ਕਰਕੇ ਨਹੀਂ ਆਪਾਂ ਦੱਸ ਸਕਦੇ, ਗੁਪਤ ਕਾਰਜ ਕਿਹਾ ਜਾਂਦਾ ਹੈ। ਉਸ ਵਕਤ ਵੀ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਸਿੱਖ ਨੇ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਮੈਨੂੰ ਬੋਲਿਆ ਸਭ
ਜਾਣਦਾ ਤੁਸੀਂ ਆਖਿਆ ਕੀਚਾ ਅਰਦਾਸ ਸਤਿਗੁਰੂ ਸਭ ਦੇ ਸਾਹਮਣੇ ਮੈਂ ਦੱਸ ਨਹੀਂ ਸਕਦਾ, ਪਰ ਤੇਰੇ ਸਿੱਖ ਦੀ ਭਾਵਨਾ ਤੂੰ ਆਪ ਜਾਣਦਾ ਹੈ। ਗੁਪਤ ਕਾਰਨ ਵਾਸਤੇ ਵੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ। 45 ਬਾਹਰ ਈਤ ਉਤ ਧਾਵੇ ਜਹਰ ਪ੍ਰਦੇਸ਼ ਜਾਵੇ, ਤੇ ਅੱਗੇ ਅਰਦਾਸ ਦੇਸ਼ ਜਾਣ ਵਾਸਤੇ ਘਰ ਤੋਂ ਪੈਰ ਬਾਹਰ ਕੱਢਣ ਵਾਸਤੇ ਕਰਨੀ ਹੈ ਕਿ ਜਦੋਂ ਘਰ ਬਾਰ ਛੱਡ ਕੇ ਕਿਤੇ ਜਾਈਏ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਪ੍ਰਸੰਗ ਤੇ ਸੰਗਤ ਜੀ ਬੜੇ ਲੰਮੇ ਨੇ, ਟੂਕ ਮਾਤਰੀ ਸਾਂਝੇ ਕਰਦਾ ਜਾ ਰਿਹਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਵਕਤ ਘੋੜੇ ਦੇ ਪੈਰ ਰੱਖਣ ਤੋਂ ਪਹਿਲਾਂ, ਕਾਠੀ ਤੇ ਬਹਿਣ ਤੋਂ ਪਹਿਲਾਂ ਅਰਦਾਸ ਕਰਕੇ ਤੁਰਿਆ ਕਰਦੇ ਸਨ, ਸਤਿਗੁਰੂ ਕਿਰਪਾ ਕਰਿਓ ਚੜ੍ਹਨ ਲੱਗਿਆਂ ਦੀ ਲਾਜ ਰੱਖਿਓ। ਜੇਕਰ ਸੰਪੂਰਨ ਅਰਦਾਸ ਨਹੀਂ ਨਾ ਕਰ ਸਕਦੇ ਤੇ ਇੰਨੇ ਸ਼ਬਦ ਜੀਵਨ ਦੇ ਵਿੱਚ ਪੱਲੇ ਬੰਨ੍ਹ ਲਓ, ਗੰਢ ਬੰਨ੍ਹ ਲਓ, ਤੁਰਨ ਲੱਗਿਆਂ ਜੁੱਤੀ ਪਾਉਣ ਤੋਂ ਪਹਿਲਾਂ ਇੰਨਾ ਬਚਨ ਜ਼ਰੂਰ ਕਰ ਦਿਓ, ਸਤਿਗੁਰੂ ਚੜ੍ਹਦਿਆਂ ਦੀ ਲਾਜ ਰੱਖੀ। ਮੇਰਾ ਸਤਿਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰ ਦਿੰਦਾ ਹੈ, ਜਿਸ ਕਾਰਜ ਵਾਸਤੇ ਜਾਓਗੇ ਉਸ ਕਾਰਜ ਦੇ ਵਿੱਚ ਮੇਰਾ ਸਤਿਗੁਰੂ ਬਰਕਤ ਪਾ ਦਿੰਦਾ ਹੈ। 46 ਕਰ ਫੁੱਟ ਮੈਂ ਕਰ ਸਭ ਬਿਹਾਲ ਭਗਤ ਪ੍ਰਤਪਾਲ, ਤੇ 46ਵੀਂ ਅਰਦਾਸ ਉਦੋਂ ਕਰਨੀ ਹੈ ਜਦੋਂ ਘਰ ਦੇ ਵਿੱਚ ਕਲੇਸ਼ ਹੋਵੇ, ਕੰਗ ਹੋਵੇ, ਇੱਕ ਦੂਜੇ ਨਾਲ ਬਣਦੀ ਨਾ ਹੋਵੇ, ਕਿ ਸਤਿਗੁਰੂ ਘਰ ਪਰਿਵਾਰ ਦੇ ਵਿੱਚ ਸ਼ਾਂਤੀ ਦਾ ਵਾਸਾ ਨਹੀਂ, ਕਿਰਪਾ ਕਰੋ, ਮਿਹਰ ਕਰੋ, ਪਰਿਵਾਰ ਦੇ ਜੀਆਂ ਨੂੰ ਸੁਮਤ ਬਖਸ਼ੇ, ਏਕਤਾ ਤੇ ਇਤਫਾਕ ਦੀ ਦਾਤ ਬਖਸ਼ਿਸ਼ ਕਰੋ। ਉਸ ਵਕਤ ਵੀ ਸਹਾਰਾ ਕਿਹਦਾ ਲੈਣਾ ਹੈ ਜੀ? ਅਰਦਾਸ ਦਾ। 47 ਖਜ਼ਾਨਿਆਂ ਘਰ ਖਟੇਕ ਰੱਖ ਤੂੰ ਏਕ, 47ਵੀਂ ਅਰਦਾਸ ਸਤਿਗੁਰ ਦੇ ਚਰਨਾਂ 'ਚ ਉਦੋਂ ਕਰਨੀ ਹੈ ਜਦੋਂ ਖਜ਼ਾਨਾ ਰੱਖੀ ਦਾ ਹੈ ਤੇ ਖਜ਼ਾਨਾ ਕੱਢੀ ਦਾ ਹੈ, ਭਾਵ ਮਾਇਆ ਬੈਂਕ 'ਚ ਜਮ੍ਹਾਂ ਕਰਾਉਣ ਵੇਲੇ ਤੇ ਮਾਇਆ ਕੱਢਣ ਵੇਲੇ ਵੀ, ਕਿ ਸਤਿਗੁਰੂ ਤੇਰੇ ਬਖਸ਼ੇ ਹੋਏ ਖਜ਼ਾਨੇ ਨੇ, ਕਿਰਪਾ ਕਰੀ ਆਪਣੇ ਹੱਕ ਦੀ ਕਮਾਈ ਦਸਾਂ ਨੋਹਾਂ ਦੀ ਕਿਰਤ ਉਹ ਮੈਂ ਰੱਖਣ ਲੱਗਾ, ਇਹਦੇ ਉੱਤੇ ਕਿਰਪਾ ਦੀ ਨਜ਼ਰ ਬਣਾਈ ਰੱਖੀ, ਤੇ ਜਦੋਂ ਚੱਕਣੀ ਹੈ, ਖਰਚ ਕਰਨੀ ਹੈ, ਉਦੋਂ ਵੀ ਅਰਦਾਸ ਕਰਨੀ ਹੈ, ਸਤਿਗੁਰੂ ਤੇਰੇ ਭੰਡਾਰਿਆਂ 'ਚੋਂ ਦਾਤਾਂ ਮਿਲੀਆਂ ਨੇ, ਕਿਰਪਾ ਕਰੀ ਸੱਚੇ ਪਾਤਸ਼ਾਹ ਚੰਗੇ ਪਾਸੇ ਵਰਤੀ ਜਾਵੇ, ਇਸ ਮਾਇਆ ਦੇ ਨਾਲ ਵੀ ਮੈਂ ਕੋਈ ਪੁੱਠਾ ਕੰਮ ਨਾ ਕਰ ਲਵਾਂ। ਕਈ ਵਾਰ ਬੈਂਕਾਂ ਭੱਜ ਜਾਂਦੀਆਂ ਨੇ ਨਾ, ਦਿੱਤੇ ਹੋਏ ਮਾਇਆ ਦੇ ਗੱਫੇ ਚਲੇ ਜਾਂਦੇ ਨੇ, ਕੀਤੇ ਹੋਏ ਬੌਂਡ, ਕੀਤੀਆਂ ਹੋਈਆਂ ਕਮੇਟੀਆਂ, ਕਈ ਮੇਰੇ ਵਰਗੇ ਇਕੱਠੀਆਂ ਕਰਕੇ ਤੇ ਦੋ ਤਿੰਨ ਹਫ਼ਤਿਆਂ ਬਾਅਦ ਫਿਰ ਤੁਰਦੇ ਬਣਦੇ ਨੇ ਕਿ ਕਮੇਟੀ ਵਾਲਾ ਆਪ ਹੀ ਨਹੀਂ ਲੱਭਦਾ ਜਿਹਦੇ ਕੋਲ ਕਮੇਟੀ ਪਾਈ ਸੀ। ਫਿਰ ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਖਜ਼ਾਨੇ ਦੇ ਵਾਸਤੇ ਜਦੋਂ ਰੱਖਣਾ ਵੀ ਹੈ ਤੇ ਕੱਢਣਾ ਵੀ ਹੈ, ਉਦੋਂ ਵੀ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਜੀ। 48 ਰੋਗ ਜੁਰੇ ਸਤਿਗੁਰ ਸ਼ਾਂਤ ਸਿੱਖ ਕੋ ਅਨਾਗਤ, ਸਤਿਗੁਰੂ ਰੋਗਾਂ ਦੀ ਨਿਵਿਰਤੀ ਵਾਸਤੇ ਜੇਕਰ ਸਰੀਰ ਨੂੰ ਕੋਈ ਦੁੱਖ ਆ ਗਿਆ ਹੈ, ਫਿਰ ਵੀ ਅਰਦਾਸ ਬੇਨਤੀ ਕਰਨੀ ਹੈ ਕਿ ਨਿਰੋਗ ਕਰ ਦਿਓ, ਰੋਗਾਂ ਨੂੰ ਦੂਰ ਕਰੋ ਜੀ। 49 ਮਿਲੇ ਪਿਛੜਕੋ ਆਵੇ ਗੁਰ ਜਾਲਮ ਜਾਣੇ ਸਭ ਆਲਮ, ਤੇ ਸਤਿਗੁਰੂ ਜੀ ਜੇਕਰ ਕਿਸੇ ਕਿਰਪਾ ਕਰਕੇ ਕੋਈ ਐਸਾ ਕੰਮ ਬਣ ਗਿਆ ਹੈ ਕਿ ਕਿਸੇ ਜਾਲਮ ਨੇ ਸਾਡੇ ਪਿਆਰੇ ਨੂੰ ਬੰਦ ਕਰ ਲਿਆ ਹੈ, ਤੇ ਸੌਖਾ ਕਰਦੇ ਹਾਂ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਰੋਜ਼ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜ਼ਾਲਮਾਂ ਨੇ ਬੰਧਨ ਪਾ ਲਏ ਨੇ, ਸਾਡੇ ਪਿਆਰਿਆਂ ਨੂੰ ਜ਼ਾਲਮ ਨੇ ਕੈਦ ਕੀਤਾ ਹੋਇਆ ਹੈ, ਉਹਨਾਂ ਦੇ ਛੁਟਕਾਰੇ ਵਾਸਤੇ ਵੀ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਕਿ ਸਤਿਗੁਰੂ ਵਿਛੜਿਆਂ ਨੂੰ ਮੇਲ ਦੇਵੋ, ਜਿਹੜੇ ਸਾਡੇ ਤੋਂ ਦੂਰ ਨੇ ਉਹਨਾਂ ਦੀਆਂ ਰਿਹਾਈਆਂ ਬਖਸ਼ਿਸ਼ ਕਰੋ, ਅਤੇ ਸਤਿਗੁਰ ਦੀ ਬੜੀ ਕਿਰਪਾ ਹੈ, ਇੱਥੋਂ ਦਾ ਤਾਂ ਚਲੋ ਮੈਨੂੰ ਤੁਹਾਡੇ ਮੁਲਕਾਂ ਦਾ ਬਹੁਤਾ ਗਿਆਤ ਨਹੀਂ, ਪਰ ਇੰਗਲੈਂਡ ਦੇ ਵਿੱਚ ਤਕਰੀਬਨ ਹਰ ਗੁਰੂ ਘਰ ਦੇ ਅੰਦਰ ਪਾਠੀ ਸਿੰਘਾਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਅਰਦਾਸ ਵੇਲੇ ਜਦੋਂ ਦੋ ਵੇਲੇ ਆਪਾਂ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਤਾਂ ਇਹ ਬਚਨ ਜ਼ਰੂਰ ਕਰਨਾ ਹੈ ਕਿ ਸਤਿਗੁਰੂ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰੋ, ਅਤੇ ਉਹ ਅਰਦਾਸ ਰੋਜ਼ਾਨਾ ਕੀਤੀ ਜਾਂਦੀ ਹੈ। ਆਪਣੇ ਨਿਤਨੇਮ ਤੋਂ ਉਪਰੰਤ ਸੰਗਤ ਜੀ ਜਦੋਂ ਆਪਣੇ ਲਈ ਸਭ ਕੁਝ ਮੰਗਦੇ ਹਾਂ, ਇਹਨਾਂ ਬਚਨ ਆਪਾਂ ਜ਼ਰੂਰ ਸ਼ਾਮਿਲ ਕਰੀਏ ਕਿ ਸਤਿਗੁਰੂ ਫੜੇ ਹੋਏ ਸਿੰਘਾਂ ਦੀਆਂ ਰਿਹਾਈਆਂ ਉਹ ਬਖਸ਼ਿਸ਼ ਕਰੋ ਜੀ।
ਪੰਚਾਸ ਸ਼ਾਦੀ ਕੀ ਖੁੱਲਾ ਗੁਰਦਰਬਾਰ ਇੱਛਾ ਬਿਹਾਰ। ਸ਼ਾਦੀ ਦੇ ਵਾਸਤੇ ਜਦੋਂ ਆਨੰਦ ਕਾਰਜ ਕਰੀਦਾ ਹੈ ਗੁਰੂ ਕੇ ਦਰਬਾਰ ਦੇ ਅੰਦਰ, ਪੰਜਾਵੀਂ ਅਰਦਾਸ ਉਸ ਵਕਤ ਦੀ ਅਰਦਾਸ ਹੈ ਜੀ। ਇੱਕ ਪੰਚਾਸ ਬਾਜ ਜੰਗ ਗੁਰ ਬਖਸ਼ੀ ਅਸੰਗ। ਇੱਕ ਪਚਾਸ ਇਕਵੰਜਵੀਂ ਅਰਦਾਸ ਉਸ ਵਕਤ ਕਰਨੀ ਹੈ ਜਦੋਂ ਘੋੜਾ ਖਰੀਦੀਦਾ ਹੈ, ਜਦੋਂ ਸਾਧਨ ਖਰੀਦੀਦਾ ਹੈ, ਜਦੋਂ ਵਾਹਨ ਖਰੀਦੀਦਾ ਹੈ। ਹੁਣ ਤੇ ਘੋੜਿਆਂ ਤੇ ਆਪਾਂ ਸਵਾਰੀਆਂ ਨਹੀਂ ਕਰਦੇ, ਹੁਣ ਤੇ ਗੱਡੀਆਂ ਹੀ ਨੇ, ਤੇ ਗੱਡੀਆਂ ਨੂੰ ਘੋੜਾ ਸਮਝ ਵੀ ਅਰਦਾਸ ਬੜੀ ਹੈ। ਪਰ ਕਿਰਪਾ ਕਰੀ ਤੇਰੇ ਹੁਕਮ ਦੇ ਅਨੁਸਾਰ ਮੇਰੇ ਅਧੀਨ ਹੋ ਕੇ ਚੱਲੇ, ਮੇਰਾ ਬਚਨ ਮੰਨੇ, ਜਿਹੜੇ ਕਾਰਜ ਮੈਂ ਕਰਾਉਣਾ ਚਾਹੁੰਦਾ ਸਾਡੇ ਆਖੇ ਲੱਗ ਕਰਕੇ ਇਹ ਸਾਰੇ ਕਾਰਜ ਕਰਦਾ ਰਹੇ, ਉਸ ਵਕਤ ਸਤਿਗੁਰ ਦੇ ਚਰਨਾਂ 'ਚ ਕਰਨੀ ਹੈ। 53 ਚਿੱਤ ਥੰਮਨ ਮੈਂ ਦਰਿਆਓ ਥੰਬ ਪ੍ਰਵਾਹੋ ਮਨ ਅਸਾਹੋ। ਤੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਦਰਿਆ ਦੀ ਨਿਆਈ ਜਿਵੇਂ ਸਮੁੰਦਰ ਦੀਆਂ ਛੱਲਾਂ ਆਉਂਦੀਆਂ ਨੇ, ਮਨ ਦੇ ਅੰਦਰ ਬਹੁਤ ਵੱਟਾਂ ਪੈ ਗਈਆਂ ਨੇ, ਬੜੇ ਛੰਕੇ ਪੈਦਾ ਹੋ ਗਏ ਨੇ। ਬਹੁਤ ਗੁਰਮੁਖ ਐਸੇ ਹੋਣਗੇ ਕਿ ਜਦੋਂ ਤੇ ਦੀਵਾਨ ਦੇ ਅੰਦਰ ਆਉਂਦੇ ਨੇ, ਕਥਾ ਪ੍ਰਚਾਰ ਸੁਣਦੇ ਨੇ, ਤੇ ਉਦੋਂ ਗੁਰੂ ਵਾਲੇ ਬਣ ਜਾਂਦੇ ਨੇ, ਤੇ ਜਦੋਂ ਬਾਹਰ ਪੈਰ ਰੱਖਦੇ ਨੇ ਕਿਸੇ ਦੇ ਬਚਨ ਸੁਣ ਲੈਂਦੇ ਨੇ, ਤੇ ਉਸੇ ਵਕਤ ਮਨ ਦੇ ਅੰਦਰ ਛੰਕੇ ਹੋ ਜਾਂਦੇ ਨੇ। ਤੇ ਕਈ ਮੇਰੇ ਵਰਗੇ ਐਸੇ ਵੀ ਹੁੰਦੇ ਨੇ ਕਿ ਜਿਹੜੇ ਗਲਤੀ ਫੜਨੀ ਆਉਂਦੇ ਨੇ ਕਿ ਜੀ ਗਿਆਨੀ ਜੀ ਨੇ ਪਰਸੋਂ ਕੀ ਸੁਣਾਇਆ ਸੀ ਤੇ ਅੱਜ ਕੀ ਦੱਸਿਆ ਹੈ। ਕਥਾ ਤੇ ਭਾਵੇਂ ਸੁਣੀ ਨਾ ਹੋਵੇ, ਉਹ ਬਚਨ ਜ਼ਰੂਰ ਯਾਦ ਰੱਖਣਾ ਹੈ ਕਿ ਜੀ ਉਦਣ ਆਹ ਕਿਹਾ ਸੀ ਤੇ ਅੱਜ ਤੁਸੀਂ ਆਹ ਕਹਿ ਦਿੱਤਾ। ਕਹਿਣ ਤੋਂ ਭਾਵ ਕਿ ਜਿਵੇਂ ਖੇਤ ਦੇ ਵਿੱਚ ਵੱਟਾਂ ਨਹੀਂ ਪਾਈ ਜਾਂਦੀਆਂ ਕਿ ਪੱਧਰਾ ਜ਼ਮੀਨ ਨਹੀਂ, ਵੱਟਾਂ ਪੈ ਗਈਆਂ ਨੇ, ਇਸੇ ਪ੍ਰਕਾਰ ਜੇਕਰ ਮਨ ਦੇ ਅੰਦਰ ਵਲੇਵੇਂ ਪੈ ਗਏ ਹੋਣ, ਮਨ ਦੇ ਅੰਦਰ ਕੋਈ ਛੰਕੇ ਆ ਗਏ ਹੋਣ, ਤੇ ਗੁਰੂ ਦੇ ਚਰਨਾਂ ਦੇ ਵਿੱਚ ਭਾਈ ਅਰਦਾਸ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰਕੇ ਮਨ ਨੂੰ ਸ਼ੀਤਲ ਅਤੇ ਸ਼ਾਂਤ ਕਰੋ ਜੀ। 55 ਵਿਆਹ ਕੀ ਕ੍ਰਿਤ ਮੈਂ ਆਰੰਭ ਤਬ ਕਿਰਪਾਲ ਸਿੱਖ ਕੋ ਨਿਹਾਲ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਕਿ ਜਦੋਂ ਜੀਵਨ ਆਰੰਭ ਕਰੀਦਾ ਹੈ ਆਨੰਦ ਕਾਰਜ ਕਰਕੇ। 56 ਬੰਧਨ ਮੈਂ ਅੰਧਾ ਹੂਆ ਵਿਰੋਧ ਸਿੱਖ ਕੋ ਸੋਧ। ਤੇ ਜੇਕਰ ਕੋਈ ਵਿਰੋਧੀ ਹੋਵੇ, ਜੇ ਕਿਸੇ ਦੇ ਕੋਲ ਜਾਣਾ ਹੋਵੇ, ਉਸ ਵਕਤ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਕਿ ਸਤਿਗੁਰੂ ਜਾਣ ਲੱਗਾ ਚੜ੍ਹਦਿਆਂ ਦੀ ਲਾਜ ਰੱਖੀ ਤੇ ਮੇਰੇ ਵਿਰੋਧੀ ਦਾ ਮਨ ਸ਼ਾਂਤ ਰਹੇ। ਅੰਧਾ ਵਿਰੋਧ ਭਾਵ ਕਿ ਵਿਰੋਧੀ ਅੱਖਾਂ ਤੋਂ ਅੰਨਾ ਹੋ ਜਾਵੇ, ਮੈਂ ਨਜ਼ਰੀ ਨਾ ਪਵਾਂ, ਕਿ ਜੇਕਰ ਮੈਂ ਜਾਵਾਂ ਵੀ ਸਨਮੁੱਖ ਤੇ ਤੇਰੀ ਕਿਰਪਾ ਦੇ ਦੁਆਰਾ ਐਸੀ ਖੇਡ ਵਰਤਾਏ ਕਿ ਭਾਈ ਕੋਈ ਐਸੀ ਘਟਨਾ ਨਾ ਵਾਪਰੇ, ਤੇ ਗੁਰਸਿੱਖ ਇੱਥੇ ਬੈਠੇ ਨੇ ਉਹ ਦੱਸਣਗੇ ਕਿ ਜਦੋਂ ਆਪਾਂ ਜਾਂਦੇ ਹਾਂ ਨਾ, ਕਈ ਵਾਰ ਪਤਾ ਹੁੰਦਾ ਕਿ ਜੀ ਫਲਾਣੇ ਸਥਾਨ ਤੇ ਮੈਂ ਜਾਣਾ ਹੈ ਤੇ ਫਲਾਣਾ ਬੰਦਾ ਜਿਹਦੇ ਨਾਲ ਮੇਰੀ ਬਣਦੀ ਨਹੀਂ ਉਹਨੇ ਵੀ ਉੱਥੇ ਆਉਣਾ, ਤੇ ਮਨ ਦੇ ਅੰਦਰ ਇਹ ਡਰ ਲੱਗਾ ਰਹਿੰਦਾ ਹੈ ਕਿ ਜੀ ਜੇ ਮੈਂ ਗਿਆ ਤੇ ਕਿਤੇ ਕੋਈ ਪੰਗਾ ਨਾ ਪੈ ਜਾਏ, ਤੇ ਜੇ ਮੈਂ ਨਾ ਗਿਆ ਤੇ ਤਾਂ ਵੀ ਨਹੀਂ ਸਰਦਾ। ਪਰ ਫਿਰ ਹੌਸਲਾ ਕਰਕੇ ਚਲੇ ਜਾਈਦਾ ਤੇ ਆ ਕੇ ਦੱਸੀਦਾ ਕਿ ਬੈਠਾ ਤਾਂ ਸਾਹਮਣੇ ਸੀ ਪਰ ਬੋਲਿਆ ਕੁਝ ਨਹੀਂ, ਅੱਜ ਕਿਹਾ ਕੁਝ ਨਹੀਂ, ਸਤਿਗੁਰੂ ਨੇ ਲਾਜ ਰੱਖ ਲਈ। ਫਿਰ ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਅਰਦਾਸ ਕਰਨੀ ਹੈ, ਸਤਿਗੁਰੂ ਵਿਰੋਧੀ ਜਿਹੜਾ ਨਦਰੀ ਨਾ ਪਵੇ, ਵਿਰੋਧ ਤੋਂ, ਕੰਗ ਤੋਂ, ਕਲੇਸ਼ ਤੋਂ ਬਚਾ ਰਹੇ ਜੀ। 57 ਮੋਹਨੀ ਮੈਂ ਦੇਖਤ ਕੁਸ਼ਾਲ ਸਿੱਖ ਕਾਰਜ ਸੰਭਾਲ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇਕਰ ਮਨ ਮੋਹਿਤ ਹੋ ਜਾਵੇ ਦੁਨੀਆਂ ਦੇ ਆਚਾਰਾਂ ਵਿਹਾਰਾਂ ਦੇ ਵਿੱਚ, ਉਸ ਵਕਤ ਵੀ ਕਿਰਪਾ ਕਰਕੇ ਆਪਣੇ ਸਿੱਖ ਦਾ ਪਰਦਾ ਆਪ ਕੱਜੋ ਜੀ। 58 ਕੀਰਤਨ ਕੀ ਗੁਰੂ ਕਾ ਉਚਾਰ ਨਾਮ ਫਲ ਸੁਣ ਉਧਾਰ। ਆਹ ਬਚਨ ਹੁਣ ਤੁਹਾਡੇ ਬੜੇ ਕੰਮ ਦਾ ਹੈ ਕਿ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰਕੇ ਕੀਰਤਨ ਦੀ ਦਾਤ ਬਖਸ਼ਿਸ਼ ਕਰੋ। ਤੇ ਬਹੁਤੇ ਸਿਆਣੇ ਨੇ ਪਿਛਲੇ ਦਿਨ ਇਹ ਵੀ ਗੱਲ ਕਹੀ ਸੀ ਜੀ, ਕੀਰਤਨ ਸਤਿਗੁਰੂ ਨਹੀਂ ਬਖਸ਼ਦਾ, ਇਹ ਤੇ ਕੋਈ ਵੀ ਬਾਜਾ ਲੈ ਕੇ ਬਹਿ ਜਾਏ ਤੇ ਕੀਰਤਨ ਕਰ ਸਕਦਾ ਹੈ, ਕਿ ਜੀ ਮਹਾਂਪੁਰਖ ਭਾਰੀ ਜੀ ਆਵਾਜ਼ ਕਰਕੇ ਕਹਿੰਦੇ ਨੇ ਜੀ ਕੀਰਤਨ ਦੀ ਦਾਤ ਪੂਰਬਲੇ ਕਰਮਾਂ ਨਾਲ ਮਿਲਦੀ ਹੈ। ਇਸ਼ਾਰਾ ਤੁਸੀਂ ਸਮਝ ਹੀ ਗਏ ਹੋਵੋਗੇ। ਤੇ ਹੁਣ ਭਾਈ ਤੁਹਾਡੀ ਮੰਨੀਏ ਜਾਂ ਗੁਰੂ ਦੀ ਮੰਨੀਏ, ਗੁਰੂ ਕਹਿੰਦਾ ਹੈ ਕਿ ਭਾਈ ਕੀਰਤਨ ਕਰਨ ਦੀ ਦਾਤ ਗੁਰੂ ਤੋਂ ਮਿਲਣੀ ਹੈ, ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ। ਤੈਨੂੰ ਸਾਰੇ ਗਾਵਾਂ ਜਿੰਨਾ ਮਰਜ਼ੀ ਆਉਂਦਾ ਹੋਵੇ,
ਪਰ ਬਾਣੀ ਨੂੰ ਉਸ ਸਾਰੇ ਗਾਵਾਂ ਦੇ ਵਿੱਚ ਢਾਲਣ ਵਾਸਤੇ ਉਸ ਸਤਿਗੁਰੂ ਜੀ ਦੀ ਕਿਰਪਾ ਦੀ ਜ਼ਰੂਰਤ ਹੈ। ਦੁਨੀਆਂ ਦੇ ਅੱਖਰਾਂ ਦਾ ਜੋੜ ਤੋੜ ਜਿੰਨਾ ਮਰਜ਼ੀ ਕਰ ਲੈ, ਪਰ ਇਹ ਬ੍ਰਹਮ ਦੀ ਵਿਚਾਰ ਹੈ, ਉਸ ਅਕਾਲ ਪੁਰਖ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਗੁਰਬਾਣੀ ਹੈ, ਜਿਸ ਨੂੰ ਉਚਾਰਨ ਕਰਨ ਦਾ ਢੰਗ ਕੇਵਲ ਮੇਰਾ ਸੱਚੇ ਪਾਤਸ਼ਾਹ ਹੀ ਦੱਸ ਸਕਦਾ ਹੈ। ਤੇ ਕੀਰਤਨ ਦੀ ਦਾਤ ਵੀ ਭਾਈ ਸਤਿਗੁਰੂ ਪਾਸੋਂ ਮੰਗਣੀ ਹੈ। ਮਾਹਠ ਬਿਗਨ ਹਟਾਵਨ ਮੈਂ ਸ਼ਹੀਦ ਸਿੰਘ, ਉਮੰਡ ਵਿਰੋਧੀ ਰੁਕੈ ਬਿਹੰਡ। ਤੇ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਜਦੋਂ ਵਿਰੋਧੀ ਚੜ ਕੇ ਆ ਜਾਵੇ, ਕੋਈ ਹਮਲਾਵਰ ਆ ਜਾਵੇ, ਤੇ ਇਹ ਮਹਿਸੂਸ ਹੋਵੇ ਕਿ ਭਾਈ ਹੁਣ ਤਾਕਤ, ਹੁਣ ਬਲ ਥੋੜਾ ਹੈ, ਫੌਜਾਂ ਥੋੜੀਆਂ ਨੇ, ਤੇ ਉਸ ਵਕਤ ਅਰਦਾਸ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰਕੇ ਹੁਣ ਸ਼ਹੀਦੀ ਫੌਜਾਂ ਨੂੰ ਸਹਾਈ ਕਰੋ, ਸ਼ਹੀਦ ਸਿੰਘ ਕਿਰਪਾ ਕਰਨ, ਸ਼ਹੀਦੀ ਫੌਜਾਂ ਸਾਥ ਦੇਣ। ਤੇ ਸੰਗਤ ਜੀ, ਇਹਦਾ ਪ੍ਰਤੱਖ ਪ੍ਰਮਾਣ ਤੁਹਾਨੂੰ ਮਿਲੇਗਾ ਕਿ ਸਵਾ ਲੱਖ ਸਤਿਗੁਰੂ ਜੀ ਤੇ ਇਹੀ ਨੇ ਕਿ ਜਦੋਂ ਸਿੰਘ ਇਕੱਲਾ ਵੀ ਹੈ, ਉਸ ਵਕਤ ਅਰਦਾਸ ਕਰ ਦੇਵੇ ਤੇ ਸ਼ਹੀਦੀ ਫੌਜਾਂ ਦੇ ਪਹਿਰੇ ਲੱਗ ਜਾਂਦੇ ਨੇ, ਦੁਸ਼ਮਣ ਦਾ ਸਫਾਇਆ ਹੋ ਜਾਂਦਾ ਹੈ। ਇੱਕ ਬਚਨ ਆਪਣੇ ਸੰਗਤਾਂ ਦੇ ਚਰਨਾਂ 'ਚ ਹੋਰ ਕਰਦਾ ਜਾਵਾਂ। ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਉਹਨਾਂ ਨੇ ਬਚਨ ਸਰਵਣ ਕਰਾਇਆ ਸੀ ਕਿ ਸਤਿਗੁਰੂ ਨੇ ਕਿਰਪਾ ਕੀਤੀ, 47 ਦੀ ਵੰਡ ਹੋਈ ਹੈ, ਵੰਡ ਤੋਂ ਬਾਅਦ ਅਨੇਕਾਂ ਪਰਿਵਾਰਾਂ ਦਾ ਉਜਾੜਾ ਹੋਇਆ ਹੈ। ਇੱਕ ਬੀਬੀ ਜਿਹਦਾ ਪਤੀ ਤੇ ਉਹਦਾ ਪੁੱਤਰ ਉਹਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ, ਮੁਸਲਮਾਨ ਬੀਬੀ ਸੀ, ਜਦੋਂ ਵੰਡ ਹੋਈ ਹੈ 47 ਦੀ ਪੰਜਾਬ ਦੀ। ਉਸ ਬੀਬੀ ਨੇ ਸਬਰ ਕਰ ਲਿਆ ਹੈ ਕਿ ਚਲੋ ਹੁਣ ਮੇਰੀ ਜਵਾਨ ਧੀ ਹੈ, ਇਹਨੂੰ ਲੈ ਕਰਕੇ ਕਿਸੇ ਤਰ੍ਹਾਂ ਆਪਣਾ ਬੱਚਾ ਕਰ ਲਵਾਂ, ਪਰ ਜਾਣ ਲੱਗਿਆਂ ਉਹਨੂੰ ਵੀ ਘੇਰਾ ਪਾ ਲਿਆ ਗਿਆ ਹੈ। ਬੀਬੀ ਨੂੰ ਧੱਕੇ ਮਾਰੇ ਗਏ ਨੇ, ਦੂਰ ਸੁੱਟ ਦਿੱਤਾ ਗਿਆ ਹੈ, ਉਹਦੇ ਸਾਹਮਣੇ ਉਹਦੀ ਬੱਚੀ ਦੀ ਬੇਪਤੀ ਕਰਨ ਦੀ ਗੱਲ ਹੋ ਰਹੀ ਹੈ। ਉਸ ਮੁਸਲਮਾਨ ਬੀਬੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ ਹੁਣ ਕੋਈ ਹੋਰ ਰਾਖਾ ਨਹੀਂ, ਕੋਈ ਪੀਰ ਸਹਾਈ ਨਹੀਂ, ਕੋਈ ਫਕੀਰ ਸਹਾਈ ਨਹੀਂ, ਮੈਂ ਸੁਣਿਆ ਹੈ ਕਿ ਤੂੰ ਆਪਣੇ ਪਿਆਰਿਆਂ ਦੀ ਰਾਖੀ ਕਰਨ ਲਈ ਬੋੜਦਾ ਹੈ, ਅੱਜ ਆਪਣੀ ਕਿਰਪਾ ਕਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸ਼ਰੀਰ ਕਰਕੇ ਦਰਸ਼ਨ ਨਹੀਂ ਹੋਏ, ਘੋੜੇ ਤੇ ਅਸਵਾਰ ਕਲਗੀ ਦੇ ਸਮੇਤ ਇੱਕ ਰੂਹਾਨੀ ਨੂਰ ਦੀ ਤਰ੍ਹਾਂ ਪ੍ਰਗਟ ਹੋਏ ਨੇ, ਤੇ ਜਿਹਨੇ ਘੇਰਾ ਪਾ ਕੇ ਖੜੇ ਸਨ, ਇੱਕੋ ਵਾਰ ਦੇ ਨਾਲ ਸਭ ਦੇ ਸਿਰ ਕਲਮ ਕਰ ਦਿੱਤੇ। ਬਚਨ ਸਤਿਗੁਰ ਨੇ ਕੋਈ ਨਹੀਂ ਕੀਤਾ, ਬੀਬੀ ਨੂੰ ਹੱਥ ਦਾ ਇਸ਼ਾਰਾ ਕੀਤਾ ਹੈ ਕਿ ਜਿੱਧਰ ਨੂੰ ਅਸੀਂ ਚੱਲ ਰਹੇ ਹਾਂ ਸਾਡੇ ਮਗਰ ਤੁਰੀ ਆ, ਉਸ ਘੇਰੇ ਚੋਂ ਕੱਢ ਕਰਕੇ ਸੁਰੱਖਿਅਤ ਸਥਾਨ ਤੱਕ ਉਸ ਬੀਬੀ ਨੂੰ ਕੋਈ ਹੱਥ ਨਹੀਂ ਲਾ ਸਕਿਆ। ਤੇ ਉਸ ਬੀਬੀ ਨੇ ਬਚਨ ਦੱਸੇ ਨੇ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਦਰਸ਼ਨ ਕੀਤੇ ਨੇ, ਮੇਰੀ ਕੀਤੀ ਅਰਦਾਸ ਦੀ ਰਾਖੀ ਗੁਰੂ ਨੇ ਕੀਤੀ ਹੈ। ਤੇ ਸੰਗਤ ਜੀ, ਹਜੇ ਵੀ ਭਰੋਸਾ ਨਾ ਆਵੇ, ਹਜੇ ਵੀ ਵਿਸ਼ਵਾਸ ਨਾ ਆਵੇ, ਤੇ ਮਾੜੇ ਕਰਮ ਸਾਡੇ ਨੇ, ਸੋ ਸਤਿਗੁਰੂ ਕਿਰਪਾ ਕਰਦੇ ਨੇ, ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰਕੇ ਸ਼ਹੀਦ ਸਿੰਘ ਤਾਕਤ ਬਖਸ਼ਿਸ਼ ਕਰੋ, ਫੌਜਾਂ ਦਾ ਘੇਰਾ ਬਣ ਗਿਆ ਹੈ, ਤੇ ਸ਼ਹੀਦ ਸਿੰਘ ਸਹਾਈ ਹੋ ਕਰਕੇ ਆਪਣੇ ਸਿੱਖਾਂ ਨੂੰ 125,000 ਨਾਲ ਮੁਕਾਬਲਾ ਕਰਨ ਦੀ ਤਾਕਤ ਉਹ ਬਖਸ਼ ਦਿੰਦੇ ਹਨ ਜੀ। 8ਵੀਂ ਸਾਧ ਮਿਲਨ ਮੈਂ ਮਨ ਹੋਵੇ ਅਧੀਨ, ਸਾਧ ਮਿਲੇ ਫਲ ਪੀਣ। 60ਵੀਂ ਅਰਦਾਸ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰਕੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਸਾਧੂ ਤੇ ਸੰਤਾਂ ਦੀ ਸੰਗਤ ਬਖਸ਼ਿਸ਼ ਕਰੀ, ਮਨ ਮੁਖਾਂ ਤੋਂ ਤੋੜੀ ਸਤਿਗੁਰੂ।
ਦੋਹਰਾ ਸਾਠ ਅਰਦਾਸਾਂ ਮੰਗਲੀ ਦੀਨ ਬਿਸਮ ਪ੍ਰਸਿੱਖ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਇਹ ਅਰਦਾਸਾਂ ਜਿਹੜੀਆਂ ਸਾਠ ਤੁਹਾਨੂੰ ਦੱਸੀਆਂ ਹਨ ਇਸੇ ਪ੍ਰਕਾਰ ਗੁਰੂ ਦਾ ਬਚਨ ਦਿਲ ਦੇ ਵਿੱਚ ਧਾਰ ਕਰਕੇ ਇਹ ਕਰਨੀਆਂ ਨੇ। ਸਮਾਂ ਤਕਰੀਬਨ ਆਪਣਾ ਹੋ ਚੁੱਕਾ ਹੈ, ਪਰ ਗਿਆਨੀ ਜੀ ਵੱਲੋਂ ਇਸ਼ਾਰਾ ਹੋਇਆ ਹੈ ਕਿ ਥੋੜ੍ਹੀਆਂ ਅਰਦਾਸਾਂ ਤਕਰੀਬਨ 75 ਅਰਦਾਸਾਂ ਇਸ ਪਹਿਲੇ ਭਾਗ ਦੇ ਵਿੱਚ ਆਉਂਦੀਆਂ ਨੇ। ਜੇਕਰ ਸੰਗਤ ਦਾ ਹੁਕਮ ਹੋਵੇ ਤੇ ਆਪਾਂ ਪੂਰੀਆਂ ਕਰ ਲਈਏ ਤੇ ਸਤਿਗੁਰੂ ਕਿਰਪਾ ਕਰਨ ਅਗਲਾ ਅਧਿਆਇ ਫਿਰ ਜਦੋਂ ਸਤਿਗੁਰੂ ਜੀ ਸੇਵਾ ਲੈਣਗੇ ਉਦੋਂ ਆਪਾਂ ਕਰ ਲਵਾਂਗੇ ਜੀ। ਤੋਹੇ ਭਾਵ ਜੈਸੋ ਫਲਿਓ ਐਸਾ ਸਿੱਖ ਨਾ ਦੇਖ। ਤੇ ਸਤਿਗੁਰੂ ਜੀ ਫਿਰ ਉਸ ਵਿਸ਼ੰਬਰ ਅਰਦਾਸ ਨੂੰ ਦੱਸਦੇ ਨੇ ਕਿ ਜੈਸਾ ਤੇਰੇ ਵਰਗਾ ਭਾਵਨਾ ਵਾਲਾ ਸਿੱਖ ਚਰਨਾਂ ਦੇ ਵਿੱਚ ਆਇਆ ਹੈ, ਇਹਨਾਂ ਬੇਨਤੀਆਂ ਨੂੰ ਇਹਨਾਂ ਅਰਦਾਸਾਂ ਨੂੰ ਜੀਵਨ ਦੇ ਵਿੱਚ ਧਾਰ ਕੇ ਰੱਖੀ ਤੇ ਸਤਿਗੁਰੂ ਹਰ ਵਕਤ ਤੇਰਾ ਸਹਾਈ ਹੋਵੇਗਾ। ਅੱਠਵੀਂ ਮਨਸਲ ਹੋਏ ਮੇਰ ਤੁਮ ਰਾਖੋ ਜਗ ਚੇਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੇਕਰ ਮਨ ਜਿਹੜਾ ਹੈ ਉਹ ਹੋਰ ਧੰਦਿਆਂ ਦੇ ਵੱਸ ਹੋ ਜਾਵੇ ਉਸ ਵਕਤ ਆਪਣੇ ਸਿੱਖ ਦੀ ਰਾਖੀ ਕਰਨ ਵਾਸਤੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਕਿ ਸਤਿਗੁਰੂ ਮੇਰਾ ਮਨ ਮੇਰੇ ਕਾਬੂ 'ਚ ਨਹੀਂ ਆ ਰਿਹਾ, ਉਸ ਵਕਤ ਕਿਰਪਾ ਕਰੋ ਜੀ। ਬਾਠੀ ਗੁਰਪੱਗ ਬਿਸਰਾਮ ਠਹਿਰੇ ਮਨ ਧਿਆਨ। 62ਵੀਂ ਅਰਦਾਸ ਗੁਰੂ ਦੇ ਚਰਨਾਂ 'ਚ ਇਹ ਕਰਨੀ ਹੈ, ਗੁਰੂ ਪਦ ਵਿਸ਼ਰਾਮ, ਗੁਰੂ 'ਤੇ ਭਰੋਸਾ ਆ ਜਾਵੇ, ਗੁਰੂ ਦੇ ਬਚਨਾਂ 'ਤੇ ਮਨ ਠਹਿਰ ਜਾਵੇ, ਕਿਉਂਕਿ ਮਨ ਟਿਕਦਾ ਨਹੀਂ। ਜਿਵੇਂ ਮੈਂ ਪਹਿਲਾਂ ਬਚਨ ਕੀਤਾ ਸੀ ਕਿ ਅੱਜ ਸੁਣਿਆ ਹੈ ਤੇ ਮਨ ਕੀਤਾ ਹੈ ਕਿ ਜੀ ਅੱਜ ਹੀ ਖੰਡੇ ਬਾਟੇ ਦੀ ਪਹੁੰਚ ਛੱਕ ਲਈਏ, ਜੀਵਨ ਵਿਅਰਥ ਹੀ ਚਲਾ ਗਿਆ। ਭਾਵਨਾ ਇਹ ਵਾਸਤੇ ਹੈ ਕਿ ਜਦੋਂ ਜਵਾਨੀ ਦਾ ਪਹਿਰਾ ਹੁੰਦਾ ਹੈ ਬੜੀਆਂ ਐਸੀਆਂ ਭੁੱਲਾਂ ਹੋ ਜਾਂਦੀਆਂ ਨੇ, ਬੜਾ ਐਸਾ ਮਨ ਹੋ ਜਾਂਦਾ ਹੈ ਤੇ ਮੈਂ ਸਿੱਧੇ ਰੂਪ 'ਚ ਸਪਸ਼ਟ ਕਰਦੇ ਹਾਂ ਪਰਾਏ ਰੂਪ ਤੱਕਣੇ ਐਸੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਨੂੰ ਮਨ ਕਰਦਾ ਹੈ ਕਿ ਮਨ ਚੰਚਲ ਹੋ ਜਾਂਦਾ ਹੈ। ਕਣ ਕਿਹਾ ਜਾਂਦਾ ਹੈ ਘੋੜੇ ਨੂੰ ਕਿ ਘੋੜੇ ਦੀ ਤਰ੍ਹਾਂ ਜਿਹੜਾ ਹੈ ਦੁਲਕੀਆਂ ਮਾਰਦਾ ਫਿਰਦਾ ਮਨ ਹੈ ਉਹ ਕਾਬੂ ਕਰਨ ਵਾਸਤੇ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰੀ, ਦੁਨੀਆਂ ਦੇ ਕਿਸੇ ਤੋਹਮਤ ਤੋਂ ਬਚਾ ਕੇ ਰੱਖੀ, ਕਿਸੇ ਧੀ ਭੈਣ ਦੀ ਇੱਜ਼ਤ ਵੱਲ ਨਾ ਤੱਕੀਏ। ਤੇ ਇਹੀ ਵਚਨ ਭਾਈ ਮੇਰੀਆਂ ਭੈਣਾਂ ਵਾਸਤੇ ਵੀ ਹੈ ਕਿ ਸਿਰ 'ਤੇ ਲਈ ਹੋਈ ਚੁੰਨੀ ਮੇਰੇ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਹੈ, ਕਿਤੇ ਮੇਰੇ ਪਿਓ ਨੂੰ ਮੇਰੀ ਚੁੰਨੀ ਦੀ ਖਾਤਰ ਪਗਨਾ ਕਿਸੇ ਦੇ ਪੈਰਾਂ 'ਚ ਧਰਨੀ ਪੈ ਜਾਏ। ਉਸ ਵਕਤ ਮਨ ਦੀ ਚੰਚਲਤਾਈ ਨੂੰ ਕਾਬੂ ਕਰਨ ਵਾਸਤੇ ਗੁਰੂ ਦੇ ਚਰਨਾਂ 'ਚ ਇਹ ਅਰਦਾਸ ਕਰਨੀ ਹੈ ਕਿ ਭਾਈ ਇਸ ਵਕਤ ਜਵਾਨੀ ਦੇ ਪਹਿਰੇ ਦੇ ਵਿੱਚ ਇਸ ਜੀਵਨ ਨੂੰ ਸੁੱਚਾ ਅਤੇ ਨਿਆਰਾ ਰੱਖਣ ਵਾਸਤੇ ਸਤਿਗੁਰੂ ਉਹ ਸਹਾਇਤਾ ਕਰੋ ਜੀ। 64 ਚਾਕਰ ਧਾਰਨੇ ਮਨ ਮਹਿਰਨ ਮਹਿਰ ਪੂਰਾ ਦਿਨ ਰਹਿਣਾ। ਤੇ 64ਵੀਂ ਅਰਦਾਸ ਉਦੋਂ ਕਰਨੀ ਹੈ ਜਦੋਂ ਨੌਕਰੀ 'ਤੇ ਲੱਗੀਦਾ ਹੈ ਕਿ ਸਤਿਗੁਰੂ ਜੀ ਕਿਸੇ ਕੰਮ ਕਾਰ 'ਤੇ ਲੱਗਣ ਲੱਗੇ ਹਾਂ, ਕਿਰਪਾ ਕਰੀ ਜਿਸ ਦੀ ਨੌਕਰੀ ਕਰਦਾ ਜਿਸ ਤੋਂ ਤਨਖਾਹ ਲਵਾਂ ਉਹਦਾ ਵਫਾਦਾਰ ਕਮਾਵਾਂ, ਕਿਉਂਕਿ ਕਈ ਵਾਰ ਸਤਿਗੁਰੂ ਕਿਰਪਾ ਕਰੇ ਬਹੁਤੇ ਐਸੇ ਪੁਰਸ਼ ਮਿਲ ਜਾਂਦੇ ਨੇ ਕਿ ਮਾਲਕ ਬੜਾ ਭਰੋਸਾ ਕਰਦਾ ਹੈ, ਬੜਾ ਵਿਸ਼ਵਾਸ ਕਰਦਾ ਹੈ ਕਿ ਬੜਾ ਚੰਗਾ ਵਰਕਰ ਹੈ, ਅਤੇ ਉਹ ਫਿਰ ਇੱਧਰ ਉੱਧਰ ਵੀ ਕਰਨਾ ਸ਼ੁਰੂ ਕਰ ਦਿੰਦੇ ਨੇ ਵੀ ਇਹਨੂੰ ਕੀ ਪਤਾ ਲੱਗਣਾ ਹੈ, ਹੱਥ ਕੰਟਰੋਲ ਤਾਂ ਮੇਰੇ ਹੀ ਹੈ ਸਾਰਾ ਕੁਝ। ਉਸ ਵਕਤ ਸਤਿਗੁਰੂ ਦੇ ਚਰਨਾਂ 'ਚ ਇਹ ਅਰਦਾਸ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰੀ, ਤੇਰਾ ਸੱਚਾ ਅਤੇ ਸੁੱਚਾ ਸਿੱਖ ਬਣ ਕੇ ਜੇਕਰ ਕਿਸੇ ਦੀ ਨੌਕਰੀ ਵੀ ਕਰਾਂ ਤੇ ਉੱਥੇ ਤੇਰੇ ਧਰਮ ਦਾ ਝੰਡਾ ਬੁਲੰਦ ਹੋਵੇ, ਕੋਈ ਲਾਂਛਣ ਲਾ ਕੇ ਨਾ ਆਵਾਂ ਕਿ ਗੁਰੂ ਕਾ ਸਿੱਖ ਕਿਸੇ ਚੋਰੀ 'ਚ ਕਿਸੇ ਠੱਗੀ 'ਚ ਆਪਣੇ ਮਾਲਕ ਤੋਂ ਬੇਮੁਖ ਹੋਵੇ। 65 ਮਾਨ ਸਚਾਏ ਸਤਿਗੁਰ ਸਹਾਏ। 65ਵੀਂ ਅਰਦਾਸ ਉਦੋਂ ਕਰਨੀ ਹੈ ਜੇਕਰ ਕਿਸੇ ਦੀ ਅਮਾਨਤ ਸਾਂਭੀਏ, ਕੋਈ ਭਰੋਸਾ ਕਰਕੇ ਕੁਝ ਫੜਾ ਕੇ ਜਾਂਦਾ ਹੈ, ਭਾਵੇਂ ਉਹ ਮਾਇਆ ਹੋਵੇ ਭਾਵੇਂ ਕੋਈ ਹੋਰ ਕਾਰਜ ਹੋਵੇ ਕਿ ਲੈ ਭਾਈ ਮੈਂ ਤੈਨੂੰ ਅਮਾਨਤ ਦੇ ਤੌਰ 'ਤੇ ਦਿੱਤੀ ਹੈ
ਤੇ ਤੂੰ ਇਹਦੀ ਸੰਭਾਲ ਕਰੀ। ਅਰਦਾਸ ਉਸ ਵਕਤ ਵੀ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰੀ ਕਿਤੇ ਮਨ ਡੋਲ ਨਾ ਜਾਵੇ। ਤੇ ਸੰਗਤ ਜੀ, ਦੁਨੀਆਂ ਦੇ ਵਿੱਚ ਬਹੁਤੇ ਪੁਆੜੇ ਅੱਜ ਇਸੇ ਕਾਰਜ ਦੇ ਨੇ ਕਿ ਕਿਸੇ ਰਿਸ਼ਤੇਦਾਰ ਭੈਣ ਭਰਾ ਨੇ ਕੋਈ ਮਾਇਆ ਦੇ ਦਿੱਤੀ ਕਿ ਅੱਜ ਤੈਨੂੰ ਲੋੜ ਹੈ, ਅਮਾਨਤ ਦੇ ਤੌਰ 'ਤੇ ਰੱਖ ਲਾ, ਤੇ ਮੋੜਨ ਵੇਲੇ ਕਲੇਸ਼ ਪੈ ਜਾਂਦਾ ਹੈ। ਤੇ ਸਤਿਗੁਰੂ ਕਿਰਪਾ ਕਰਦੇ ਨੇ, ਇਹ ਅਰਦਾਸ ਅਮਾਨਤ ਲੈਣ ਵੇਲੇ ਕਰਨੀ ਹੈ ਕਿ ਸਤਿਗੁਰੂ ਇਹ ਮੇਰੀ ਨਹੀਂ, ਮੈਨੂੰ ਰੱਖਣ ਵਾਸਤੇ ਦਿੱਤੀ ਗਈ ਹੈ, ਤੇ ਕਿਰਪਾ ਕਰੀ ਮੈਂ ਤੇਰੇ ਹੁਕਮ ਦੇ ਅਨੁਸਾਰ ਉਹਦੀ ਅਮਾਨਤ ਦੀ ਰਾਖੀ ਕਰ ਸਕਾਂ। ਜੇ ਸਠੀ ਅਮਲ ਸੁਖ ਦਾਏ ਤਨ ਸੁਖ ਛਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ, ਤੇਰੇ ਨਾਮ ਦਾ ਅਮਲ ਬਖਸ਼ਿਸ਼ ਕਰੀ, ਦੁਨੀਆਂ ਦੇ ਕਿਸੇ ਹੋਰ ਨਸ਼ੇ ਦੀ ਮੈਨੂੰ ਲੋੜ ਨਾ ਰਵੇ। ਤੇਰੀ ਬਾਣੀ ਕਾ ਨਸ਼ਾ, ਤੇਰੀ ਬਾਣੀ ਦੇ ਨਾਮ ਦਾ ਐਸਾ ਰੰਗ ਚੜ੍ਹੇ ਕਿ ਜਿਹੜਾ ਸਭ ਰੰਗਾਂ ਨੂੰ ਫਿੱਕਾ ਪਾ ਦੇਵੇ। ਅਤੇ ਸੰਗਤ ਜੀ, ਇੱਥੇ ਦੁਨਿਆਵੀ ਨਸ਼ੇ ਦੀ ਗੱਲ ਨਹੀਂ ਹੋ ਰਹੀ। ਅਤੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਐਸਾ ਬਾਣੀ ਦਾ ਸਰੂਰ ਹੈ, ਐਸਾ ਨਾਮ ਦਾ ਰੰਗ ਹੈ ਕਿ ਦੁਨੀਆਂ ਦੇ ਪੀਤੇ ਨਸ਼ੇ ਕੁਝ ਪਲ ਅਸਰ ਕਰਦੇ ਨੇ ਅਤੇ ਲੈ ਜਾਂਦੇ ਨੇ, ਪਰ ਜਿਹਨੂੰ ਨਾਮ ਦਾ ਰੰਗ ਚੜ੍ਹ ਗਿਆ, ਜਿਹਨੂੰ ਨਾਮ ਦਾ ਨਸ਼ਾ ਚੜ੍ਹ ਗਿਆ, ਉਹ ਫਿਰ ਭਾਈ ਸਾਰਾ ਜੀਵਨ ਨਹੀਂ ਜੇ ਲੱਥਦਾ। ਸਤਿਗੁਰੂ ਕਿਰਪਾ ਕਰੀ, ਤੇਰੇ ਨਾਮ ਦਾ ਰੰਗ, ਤੇਰੇ ਨਾਮ ਦਾ ਅਮਲ ਬਖਸ਼ਿਸ਼ ਕਰੀ। ਅਮਲ ਦੇ ਵਿੱਚ ਵਾਹਿਗੁਰੂ ਬੇਨਤੀ ਕਰਦੇ ਵਾਂ, ਅਮਲ ਦੀ ਇੱਕ ਪਰਿਭਾਸ਼ਾ ਇਹ ਵੀ ਹੈ, ਅਮਲੀ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਉਹਦੇ ਬਗੈਰ ਗੁਜ਼ਾਰਾ ਨਾ ਕਰ ਸਕਦਾ ਹੋਵੇ, ਜਿਹੜਾ ਪੱਕਾ ਲੱਗ ਗਿਆ ਹੈ। ਇੱਕ ਤਾਂ ਉਹ ਬੰਦਾ ਹੈ ਕਿ ਜਿਹੜਾ ਨਸ਼ਾ ਕਰਦਾ ਹੈ, ਪਰ ਅਮਲੀ ਉਹਨੂੰ ਕਹਿੰਦੇ ਹਾਂ ਕਿ ਜਿਹੜਾ ਇਹਦੇ ਬਗੈਰ ਹੁਣ ਮਰ ਜਾਏਗਾ, ਇਹਦੇ ਨਾਲ ਸੰਬੰਧ ਪੱਕਾ ਜੁੜ ਗਿਆ, ਜੇ ਨਾ ਖਾਧਾ ਤਾਂ ਇਹ ਕਿਸੇ ਕੰਮ ਦਾ ਨਹੀਂ। ਇਸ ਕਰਕੇ ਉਹਨੂੰ ਅਮਲੀ ਕਿਹਾ ਜਾਂਦਾ ਹੈ ਕਿ ਉਹਨੇ ਜੀਵਨ ਦੇ ਵਿੱਚ ਅਮਲ ਰੂਪ ਦੇ ਵਿੱਚ ਉਸ ਚੀਜ਼ ਨੂੰ ਅਪਣਾ ਲਿਆ। ਜਿਵੇਂ ਪ੍ਰਸ਼ਾਦਾ ਨਾ ਛਕੀਏ ਤਾਂ ਸਰੀਰ ਚੱਲ ਨਹੀਂ ਸਕਦਾ, ਇਸੇ ਤਰ੍ਹਾਂ ਅਮਲੀ ਵਿਅਕਤੀ ਨਸ਼ੇ ਤੋਂ ਬਗੈਰ ਨਹੀਂ ਚੱਲ ਸਕਦਾ। ਸਤਿਗੁਰੂ, ਤੇਰੀ ਬਾਣੀ ਦਾ ਐਸਾ ਅਮਲ ਲੱਗ ਜਾਏ ਕਿ ਜੇ ਰੋਟੀ ਨਹੀਂ ਨਾ ਖਾਧੀ, ਅੱਜ ਕਿਤੇ ਸਤਿਗੁਰੂ ਨੇ ਕੋਈ ਕਾਰਜ ਐਸਾ ਦੇ ਦਿੱਤਾ ਕਿ ਸੁਬਾਹ ਤੋਂ ਕੰਮ 'ਤੇ ਲੱਗੇ ਹਾਂ, ਪ੍ਰਸ਼ਾਦਾ ਛਕਣ ਦਾ ਸਮਾਂ ਨਾ ਹੋਵੇ, ਅਤੇ ਜਿਹੜਾ ਵੀ ਸ਼ਾਮ ਨੂੰ ਮਿਲੇਗਾ ਤਾਂ ਆਪਾਂ ਬੜਾ ਦੱਸਦੇ ਹਾਂ ਵੀ ਅੱਜ ਸਾਰਾ ਦਿਨ ਪ੍ਰਸ਼ਾਦਾ ਹੀ ਨਹੀਂ ਛਕਿਆ, ਬੜੀ ਸੁਰਤੀ ਲੱਗੀ ਰਹੀ ਯਾਰ, ਅੱਜ ਤਾਂ ਭੁੱਖੇ ਰਹੇ ਅਸੀਂ। ਅਤੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਪ੍ਰਸ਼ਾਦੇ ਤੋਂ ਬਗੈਰ ਤੇਰੇ ਜੀਵਨ ਦਾ ਗੁਜ਼ਾਰਾ ਨਹੀਂ। ਅਤੇ ਕਈ ਭੁੱਖ ਬਰਦਾਸ਼ਤ ਵੀ ਨਹੀਂ ਕਰ ਸਕਦੇ ਕਿ ਜੀ ਨਹੀਂ, ਸਾਡੇ ਤੋਂ ਜਰੀ ਨਹੀਂ ਜਾਂਦੀ, ਪ੍ਰਸ਼ਾਦਾ ਚਾਹੀਦਾ ਹੈ। ਇਸੇ ਤਰ੍ਹਾਂ ਬਾਣੀ ਦਾ ਅਮਲ ਤੈਨੂੰ ਲੱਗ ਜਾਏ ਕਿ ਮੇਰਾ ਗੁਜ਼ਾਰਾ ਹੀ ਨਹੀਂ, ਜੇ ਮੈਂ ਬਾਣੀ ਨਹੀਂ ਪੜ੍ਹੀ, ਬਾਣੀ ਨਹੀਂ ਸੁਣੀ, ਤਾਂ ਮੇਰਾ ਜੀਵਨ ਅਧੂਰਾ ਹੈ, ਮੈਂ ਮਰ ਜਾਵਾਂਗਾ। ਤਾਹਠੀ ਮਿੱਠਰ ਗੁਰੂ ਕਰੇ ਸਿੱਠਰ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਕਾਠਵੀਂ ਅਰਦਾਸ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰੀ, ਮਿੱਠਤ ਦੀ ਦਾਤ ਬਖਸ਼ੀ, ਆਪਣੇ ਸਿੱਖਾਂ ਦੇ ਨਾਲ ਪ੍ਰੇਮ ਬਖਸ਼ਿਸ਼ ਕਰੀ। ਠਾਹਠੀ ਮੋਦੀ ਖਾਨੀ ਮੈਂ ਮੁਲਕ ਮਾਲਕ ਸੁੱਖ ਕਾ ਤਾਲਕ। ਮੋਦੀ ਖਾਨੇ 'ਚ ਜਿਵੇਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮੋਦੀ ਖਾਨੇ ਦੀ ਨੌਕਰੀ ਕੀਤੀ ਹੈ, ਜੇਕਰ ਕਿਤੇ ਕੋਈ ਧੰਦਾ ਚਲਾਉਣ ਦਾ ਸੰਯੋਗ ਬਣਿਆ ਹੈ, ਕੋਈ ਨੌਕਰੀ ਮਿਲੀ ਹੈ, ਉਸ ਵਕਤ ਵੀ ਅਰਦਾਸ ਕਰਨੀ ਹੈ ਭਾਈ। ਉਨੱਤਰਵੀਂ ਤਨਾਤ ਮੈਂ ਦੀਵਾਨ ਮੈਂ ਸਿੱਧਕ ਸਾਬਤ ਭਾਵ ਆਗਤ। 69ਵੀਂ ਅਰਦਾਸ ਸਤਿਗੁਰੂ ਦੇ ਚਰਨਾਂ 'ਚ ਇਹ ਕਰਨੀ ਹੈ ਕਿ ਸਤਿਗੁਰੂ ਮੇਰਾ ਸਿੱਧਕ, ਮੇਰਾ ਭਰੋਸਾ ਸਾਬਤ ਰਹੇ, ਤੇਰੇ ਤੋਂ ਭਰੋਸਾ ਉੱਠੇ ਨਾ, ਤੇਰੇ ਤੋਂ ਭਰੋਸਾ ਡੋਲੇ ਨਾ ਜੀ। 70ਵੀਂ ਧਿਆਨ ਮੈਂ ਅਗਨ ਸੂਰ ਵਪ ਮੇਰਾ ਪੂਰ। 70ਵੀਂ ਅਰਦਾਸ ਇਹ ਕਰਨੀ ਹੈ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਭਾਵ ਅਗਨੀ ਦਾ ਪ੍ਰਕਾਸ਼ ਹੁੰਦਾ ਹੈ, ਸਤਿਗੁਰੂ ਕਿਰਪਾ ਕਰੀ ਮੇਰੇ ਮਨ ਦੇ ਅੰਦਰ ਤੇਰੇ ਨਾਮ ਦਾ ਐਸਾ ਪ੍ਰਕਾਸ਼ ਬਣਿਆ ਰਹੇ, ਗੁਰਬਾਣੀ ਇਸ ਜੱਗ ਮੈਂ ਚਾਨਣ, ਇਸ ਪ੍ਰਕਾਰ ਗੁਰਬਾਣੀ ਦਾ ਚਾਨਣ, ਗੁਰਬਾਣੀ ਦਾ ਪ੍ਰਕਾਸ਼ ਮੇਰੇ ਹਿਰਦੇ ਦੇ ਵਿੱਚ ਵਸਿਆ ਰਹੇ ਜੀ। 71ਵੀਂ ਲੜਾਈ ਮੈਂ ਸੁੱਖ ਸਾਠ ਦਿਨ ਰਾਤ ਅੱਠ ਦਿਨ ਮੈਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਅੱਠੇ ਪਹਿਰ ਤੇਰੇ ਨਾਮ ਦੇ ਵਿੱਚ ਸੁਰਤੀ ਰਹੇ, ਤੇ ਦੁਨੀਆਂ ਦੇ ਝਗੜਿਆਂ ਤੋਂ, ਦੁਨੀਆਂ ਦੀਆਂ ਲੜਾਈਆਂ ਤੋਂ, ਤੂੰ ਤੂੰ ਮੈਂ ਤੋਂ ਮੈਂ ਬਚਿਆ ਰਹਾਂ। ਸਤਿਗੁਰੂ ਕਿਰਪਾ ਕਰੀ
ਅੱਠੇ ਪਹਿਰ ਮੇਰਾ ਮਨ ਤੇਰੇ ਸ਼ਬਦ ਨਾਲ ਜੁੜਿਆ ਰਹੇ, ਦੁਨੀਆਂ ਦੇ ਧੰਦਿਆਂ ਤੋਂ ਕਿਨਾਰਾ ਰਹੇ, ਦੁਨੀਆਂ ਦੇ ਝਗੜਿਆਂ ਤੋਂ ਮੇਰਾ ਛੁਟਕਾਰਾ ਹੋਵੇ ਜੀ। 72ਵੀਂ ਪਾਲਕੀ ਪਾਲ ਸਿੱਖ ਸਦਾ ਸੁਖਾਲੋ। 72ਵੀਂ ਅਰਦਾਸ ਪਾਲਕੀ ਦੇ ਵਿੱਚ ਬੈਠਣ ਦੀ ਹੈ ਕਿ ਜਦੋਂ ਕੋਈ ਰਾਜਾ ਮਹਾਰਾਜਾ ਬਣ ਜਾਂਦਾ ਸੀ ਤੇ ਪਾਲਕੀ ਦੇ ਵਿੱਚ ਸਵਾਰੀ ਕਰਦਾ ਸੀ, ਭਾਵ ਕਿਸੇ ਉੱਚੇ ਅਹੁਦੇ ਤੇ ਆ ਗਏ ਆ, ਤੇ ਉਸ ਵਕਤ ਵੀ ਅਰਦਾਸ ਕਰਨੀ, ਸਤਿਗੁਰੂ ਕਿਰਪਾ ਕਰੀ ਆਪਣੇ ਅਹੁਦੇ ਦੀ ਲਾਜ ਰੱਖ ਸਕਾਂ, ਤੇਰੇ ਹੁਕਮ ਦੇ ਅਨੁਸਾਰ ਸੇਵਾ ਕਰ ਸਕਾਂ ਜੀ। 73ਵੀਂ ਪਾਪ ਪੇਲ ਤਰਕ ਤੇਲ ਪੀੜਨ ਮਹਿ। ਤੇ 73ਵੀਂ ਅਰਦਾਸ, ਜਦੋਂ ਪਾਪਾਂ ਦਾ ਪਹਿਰਾ ਵੱਧ ਜਾਵੇ, ਸਤਿਗੁਰੂ ਕਿਰਪਾ ਕਰੀ ਪਾਪਾਂ ਤੋਂ ਛੁਟਕਾਰਾ ਕਰੀ, ਜੀਵਨ ਦੇ ਵਿੱਚ ਸੁੱਖ ਬਖਸ਼ਿਸ਼ ਕਰੀ ਜੀ। 74ਵੀਂ ਬਾਰਣ ਕਾ ਆਗਮ ਅਤੁਲ ਜਲ ਰਾਗਮ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਨੀ ਹੈ ਕਿ ਆਪਣੇ ਸੇਵਕ ਦੇ ਉੱਪਰ ਮਿਹਰ ਕਰੀ, ਰਹਿਮਤ ਭਰਿਆ ਹੱਥ ਰੱਖੀ। ਇੱਕ ਵਾਰ ਪੰਕਤੀ ਦੁਬਾਰਾ ਪੜਿਓ ਜੀ। ਵਰਣ ਕਾ ਆਗਮ ਅਤੁਲ ਜਲ ਰਾਗਮ। ਵਰਣ ਕਾ ਆਗਮ, ਕਿ ਸਤਿਗੁਰੂ ਜੀ ਕਿਰਪਾ ਕਰਿਓ ਆਪਣੇ ਸਿੱਖ ਦੇ ਜੀਵਨ ਦੇ ਵਿੱਚ ਆਪਣੀ ਰਹਿਮਤ ਆਪਣੀ ਕਿਰਪਾ ਬਣਾਈ ਰੱਖਿਓ, ਆਉਣ ਵਾਲੀਆਂ ਤੰਗੀਆਂ ਤੋਟੀਆਂ ਤੋਂ ਆਪਣੇ ਸਿੱਖ ਨੂੰ ਆਪ ਬਚਾ ਕਰਕੇ ਰੱਖਿਓ ਜੀ। 75ਵੀਂ ਸਿਰ ਮੁਕਟ ਕੀ ਲਾਜ ਬਿਰਧ ਤਬ ਸਾਜ। 75ਵੀਂ ਸਿਰ ਮੁਕਟ ਕੀ ਲਾਜ, ਸਿਰ ਤੇ ਦਿੱਤੀ ਹੋਈ ਦਸਤਾਰ ਦੀ ਲਾਜ ਰੱਖ ਸਕਾਂ, ਤੇਰੇ ਦਿੱਤੇ ਹੋਏ ਕੇਸਾਂ ਦੀ ਲਾਜ ਰੱਖ ਸਕਾਂ, ਕਿਸੇ ਅਹੁਦੇ ਤੇ ਬੈਠੇ ਹੋਏ ਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਸਕਾਂ, ਸੱਚ ਦੀ ਨਿਆਂ ਦੀ ਗੱਲ ਕਰ ਸਕਾਂ ਜੀ। 76ਵੀਂ ਦੋਹਰਾ ਸਿੱਖ ਸਖਾ ਸੁਤ ਸਿੱਖ ਮਮ ਸਿੱਖ ਹਮਾਰਾ ਧਿਆਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਸਭ ਸਿੱਖ ਕਿਰਪਾ ਕਰਕੇ ਇਸ ਬਚਨ ਨੂੰ ਧਿਆਨ ਨਾਲ ਸਰਵਣ ਕਰ ਲਓ। ਸਿੱਖ ਸੇਵੈ ਸਿੱਖ ਨਿਜ ਰੂਪ ਕੋ ਸਿੱਖ ਸੁਖਾਂ ਕੀ ਖਾਨ। ਜਿਹੜੇ ਸਿੱਖ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਮੰਨਦਿਆਂ ਹੋਇਆਂ ਜਿਹੜੀਆਂ ਅਰਦਾਸਾਂ ਸਤਿਗੁਰ ਨੇ ਦੱਸੀਆਂ ਨੇ, ਉਹਨਾਂ ਨੂੰ ਜੀਵਨ ਚ ਕਮਾ ਲੈਣਗੇ, ਜੀਵਨ ਦੇ ਅੰਦਰ ਉਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ। ਸੁਣੋ ਬਿਸ਼ੰਬਰ ਕੋਟੀਆ ਨਿਤ ਗੁਰੂ ਹਿਤ ਪਾਂਚ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਹੇ ਭਾਈ ਇਹ ਬਚਨ ਧਿਆਨ ਨਾਲ ਸਰਵਣ ਕਰ ਲਓ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਪੰਜ ਕੌਡੀਆਂ ਕਹਿਣ ਤੋਂ ਭਾਵ ਕਿ ਬਹੁਤੀ ਧੰਨ ਮਾਇਆ ਦੀ ਲੋੜ ਵੀ ਨਹੀਂ। ਜਿਹੜਾ ਸਿੱਖ ਆਪਣੀ ਕੀਤੀ ਹੋਈ ਕਿਰਤ ਚੋਂ ਭਾਵੇਂ ਕੌਡੀਆਂ ਹੀ ਕੱਢ ਲਵੇ, ਪੰਜ ਕੌਡੀਆਂ ਕੀਤੀ ਹੋਈ ਕਿਰਤ ਦੇ ਵਿੱਚੋਂ ਕੱਢ ਕਰਕੇ ਸਤਿਗੁਰ ਦੇ ਚਰਨਾਂ 'ਚ ਭੇਟਾ ਕਰੇ, ਤਨ ਹੋਵੇ ਬਖਸ਼ਾ ਸਕਲ ਸੁੱਖ ਸੰਪਤ ਰਤਨਾਂ 'ਚ, ਉਹਦੀ ਮਾਇਆ ਦੇ ਵਿੱਚ ਵਿਰਧੀ ਹੋਵੇਗੀ, ਸੁੱਖ ਸੰਪਦਾ ਵਧੇਗੀ। ਜਿਹੜਾ ਸਤਿਗੁਰ ਦੇ ਚਰਨਾਂ ਦੇ ਅੰਦਰ ਭਾਈ ਆਪਣੀ ਦਸਵੰਧ ਕੱਢਦਾ ਹੈ ਕਿ ਸਤਿਗੁਰੂ ਜੀ ਨੇ ਕੋਈ ਬਹੁਤੀ ਮਾਇਆ ਵਾਸਤੇ ਬੇਨਤੀ ਨਹੀਂ ਕੀਤੀ, ਕੋਈ ਥੋੜ੍ਹੀ ਬਹੁਤੀ ਮਾਇਆ ਜਿੰਨੀ ਵੀ ਮਿਲਦੀ ਹੈ ਉਹਦੇ 'ਚੋਂ ਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਭਾਈ ਦਸਵੰਧ ਕੱਢ ਕੇ ਦੇਖੋ। ਅਤੇ ਸੰਗਤ ਜੀ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਮੇਰੇ ਬਚਨਾਂ 'ਤੇ, ਕਹੀ ਹੋਈ ਗੱਲ 'ਤੇ ਭਰੋਸਾ ਕਰੋ ਜਾਂ ਨਾ ਕਰੋ, ਪਰ ਪਰਖ ਕੇ ਜ਼ਰੂਰ ਦੇਖ ਲਓ। ਜਿੰਨੇ ਵੀ ਸਰੀਰ ਬੈਠੇ ਆ ਨਾ, ਕਿਤੇ ਕੱਢ ਕੇ ਦੇਖੋ ਗੁਰੂ ਸਾਹਿਬ ਦੀ ਦਿੱਤੀ ਹੋਈ ਥੋੜ੍ਹੀ 'ਚੋਂ ਵੀ ਥੋੜ੍ਹੀ, ਜਿੰਨਾ ਵੀ ਹੋ ਸਕੇ, ਭਾਵੇਂ ਕੋਈ ਛੋਟੇ ਤੋਂ ਵੀ ਛੋਟਾ ਹਿੱਸਾ ਕੱਢ ਕੇ ਗੁਰੂ ਦੇ ਚਰਨਾਂ ਵਾਸਤੇ ਰੱਖ ਲਓ ਕਿ ਸਤਿਗੁਰੂ ਮੈਂ ਗੁਜ਼ਾਰਾ ਕਰ ਲੈਣਾ ਹੈ, ਪਰ ਤੇਰੀ ਦਿੱਤੀ ਹੋਈ ਦੇ ਵਿੱਚੋਂ ਇਹ ਤੇਰੇ ਨਾਂ ਦੀ ਮਾਇਆ ਹੈ ਜਿਹੜੀ ਚੰਗੇ ਕਾਰਜਾਂ 'ਚ ਪਾਉਣੀ ਹੈ, ਤੇ ਯਾਦ ਰੱਖਿਓ ਤੇਰੀ ਬਹੁਤ ਥੋੜ੍ਹੀ ਵੀ ਬਹੁਤ ਹੀ ਫਲੀਭੂਤ ਹੋ ਜਾਵੇਗੀ। ਮੇਰੀ ਸਿੱਖਿਆ ਜਾਣ ਕੇ ਨਰ ਨਾਰੀ ਹੈ ਚੀਤ। ਤੇ ਸਤਿਗੁਰੂ ਕਿਰਪਾ ਕਰਦੇ ਨੇ ਮੇਰੀ ਸਿੱਖਿਆ ਜਾਣ ਕੇ ਹਰ ਨਰ ਤੇ ਹਰ ਨਾਰੀ, ਪੁਰਸ਼ ਬੀਬੀ ਸਿੰਘ ਇਸ ਪ੍ਰਕਾਰ ਜੀਵਨ ਦਾ ਨਿਰਵਾਹ ਕਰੋ। ਬਾਣੀ ਗੁਰ ਸੁਰ ਕੀ ਰਹਿਤ ਰਹਿਣੀ ਰਹੋ ਸੁਚੇਤ। ਗੁਰੂ ਕੀ ਬਾਣੀ ਪੜ੍ਹਨੀ ਹੈ ਤੇ ਰਹਿਣੀ ਰਹਿਤ ਦੇ ਵਿੱਚ ਰਹਿਣਾ ਹੈ। ਤੇ ਸਤਿਗੁਰ ਦੇ ਬਚਨ ਆਪਾਂ ਪੜ੍ਹਦੇ ਹਾਂ, ਭਾਈ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਜਿਹੜਾ ਰਹਿਤ ਦਾ ਪੂਰਾ ਨਹੀਂ, ਜੋ ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ।
ਕਿ ਜੇ ਰਹਿਤ 'ਚ ਰਹੋਗੇ, ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚਲੋਂਗੇ ਤਾਂ ਸਤਿਗੁਰੂ ਸਭ ਖੁਸ਼ੀਆਂ ਦੇਣਗੇ, ਜੇ ਰਹਿਣੀ ਨਹੀਂ, ਰਹਿਤ ਨਹੀਂ, ਤੇ ਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨਹੀਂ ਭਾਈ। ਜਾਮ ਨਹਾਈਏ ਨਾਮ ਧਿਆਈਏ ਘਰ ਕੀ ਕੀਜੇ ਕਾਰ। ਤੇ ਸਤਿਗੁਰੂ ਜੀ ਹੁਣ ਬਚਨ ਕਰਦੇ ਨੇ, ਜਾਮ ਨਹਾਈਏ ਨਾਮ ਧਿਆਈਏ। ਜਾਮ ਕਿਹਾ ਜਾਂਦਾ ਹੈ ਅੰਮ੍ਰਿਤ ਵੇਲੇ ਨੂੰ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਨਾਮ ਬਾਣੀ ਜਪਣੀ ਹੈ ਤੇ ਪੜ੍ਹਨੀ ਹੈ। ਤੇ ਹੁਣ ਜਿਹੜੇ ਕਹਿੰਦੇ ਨੇ ਕਿ ਭਾਈ ਅੰਮ੍ਰਿਤ ਵੇਲਾ ਹੈ ਹੀ ਨਹੀਂ, ਅੰਮ੍ਰਿਤ ਵੇਲਾ ਹੁੰਦਾ ਨਹੀਂ ਤੇ ਅੰਮ੍ਰਿਤ ਵੇਲਾ ਸਾਨੂੰ ਜ਼ਰੂਰਤ ਨਹੀਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਚਨ ਕਰ ਰਹੇ ਨੇ ਕਿ ਭਾਈ ਜਾਮ ਨਹਾਈਐ ਨਾਮ ਧਿਆਈਐ। ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨਾ ਹੈ ਤੇ ਗੁਰੂ ਕੀ ਬਾਣੀ ਦਾ ਜਾਪ ਕਰਨਾ ਹੈ। ਬਹੁਤਾ ਚੰਗਾ ਹੋਵੇ, ਕੋਈ ਸਿਮਰਨ ਕਰੋ, ਕੋਈ ਬਾਣੀ ਪੜ੍ਹੋ, ਤੇ ਜੇ ਬਹੁਤਾ ਨਹੀਂ ਕਰ ਸਕਦੇ ਭਾਈ ਘੱਟ ਤੋਂ ਘੱਟ ਸਤਿਨਾਮ ਵਾਹਿਗੁਰੂ ਦਾ ਜਾਪ ਜ਼ਰੂਰ ਕਰੋ, ਸਤਿਗੁਰੂ ਕਿਰਪਾ ਕਰ ਦੇਣਗੇ। ਸੋ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਸ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਹੈ। ਥੋੜਾ ਬੋਲ ਸਾਚਾ ਰੋਲ, ਇੱਕ ਮਨ ਸੰਕਟ ਹਾਰ। ਥੋੜਾ ਬੋਲ ਸਾਚਾ ਤੋਲ, ਬਹੁਤ ਘੱਟ ਬੋਲਣਾ ਹੈ, ਜਿੰਨੀ ਜ਼ਰੂਰਤ ਹੋਵੇ ਉਨੀ ਗੱਲ ਕਰਨੀ ਹੈ, ਕੋਈ ਚੁਗਲੀ ਨਹੀਂ ਲਾਉਣੀ ਤੇ ਗੱਲਾਂ ਦੇ ਸਵਾਦ ਨਹੀਂ ਪੈਦਾ ਕਰਨੇ। ਫਲਾਣਾ ਇਹ ਕਹਿੰਦਾ ਹੈ, ਢਿਮਕਾ ਇਹ ਕਹਿੰਦਾ ਹੈ, ਤੂੰ ਮੈਨੂੰ ਇਹ ਦੱਸਿਆ ਹੈ ਤੇ ਮੈਂ ਤੈਨੂੰ ਉਹ ਦੱਸਿਆ ਹੈ, ਤੇ ਕਈ ਮੇਰੇ ਵਰਗੇ ਘੱਟ ਹਾਜ਼ਮੇ ਵਾਲੇ ਵੀ ਹੁੰਦੇ ਨੇ, ਇੱਥੋਂ ਸੁਣੀ ਤੇ ਫਟਾਫਟ ਜਾ ਕੇ ਦੱਸਣੀ ਵੀ ਹੈ, ਜਿਵੇਂ ਅੰਦਰ ਆ ਸੁਣ ਕੇ ਆਇਆ ਤੁਸੀਂ ਸੁਣੀ ਹੈ। ਸੋ ਸਤਿਗੁਰੂ ਕਿਰਪਾ ਕਰਦੇ ਨੇ ਭਾਈ ਥੋੜਾ ਬੋਲ ਸੱਚਾ ਤੋਲ, ਤੇ ਤੋਲਣਾ ਬਰਾਬਰ ਹੈ। ਜੇਕਰ ਕੋਈ ਕਿਸੇ ਦੇ ਬਾਰੇ ਮੰਦਾ ਵੀ ਬੋਲਦਾ ਹੈ, ਤੈਨੂੰ ਸੁਣਿਆ ਹੈ, ਤੇ ਉੱਥੇ ਹੀ ਛੱਡ ਦੇ, ਉਹਨੂੰ ਕਹਿ ਭਾਈ ਠੀਕ ਹੈ। ਜ਼ਰੂਰੀ ਨਹੀਂ ਕਿ ਜਾ ਕੇ ਦੂਜੇ ਨੂੰ ਦੱਸੇ ਤੇ ਉਹਨੂੰ ਵੀ ਉਂਗਲ ਲਾਵੇਂ ਕਿ ਭਾਈ ਉਹਨੇ ਤੈਨੂੰ ਇੱਕ ਕਹੀ ਹੈ ਤੇ ਤੂੰ ਜਾ ਕੇ ਦੋ ਸੁਣਾ। ਇਹਨਾਂ ਬਚਨਾਂ ਤੋਂ ਕਿਨਾਰਾ ਕਰਨਾ ਹੈ। ਮਨ ਕੋ ਮਾਰਨ ਸੁਖਮ ਹੈ, ਤਨ ਕੋ ਬੰਦੋ ਆਦ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਹੁਣ ਇਹ ਬਚਨ ਜਰਾ ਇਕਾਗਰਤਾ ਨਾਲ ਸਰਵਣ ਕਰੋ ਭਾਈ, ਕਿ ਮਨ ਨੂੰ ਤਾਂ ਬੰਨਿਆ ਜਾ ਸਕਦਾ ਹੈ ਜੇ ਤਨ ਨੂੰ ਬੰਨ ਲਵੇ। ਜੇ ਤਨ ਕਾਬੂ 'ਚ ਨਹੀਂ ਤੇ ਮਨ ਵੀ ਕਾਬੂ 'ਚ ਨਹੀਂ। ਤੇ ਹੁਣ ਤੁਸੀਂ ਸੋਚੋਗੇ ਜੀ ਇਹ ਕਿਵੇਂ ਭਾਈ, ਜੀਵ 'ਤੇ ਕੰਟਰੋਲ ਨਹੀਂ, ਪੁੱਠੇ ਸਿੱਧੇ ਖਾਣੇ ਖਾਣ ਨੂੰ ਮਨ ਲਚਾਉਂਦਾ ਹੈ, ਹੱਥਾਂ 'ਤੇ ਕੰਟਰੋਲ ਨਹੀਂ, ਐਸੇ ਕਾਰਜ ਕਰਦਾ ਜਿਹੜੇ ਗੁਰਮਤਿ ਦੀ ਰਹਿਣੀ ਤੋਂ ਉਲਟ ਨੇ, ਅੱਖਾਂ 'ਤੇ ਕੰਟਰੋਲ ਨਹੀਂ, ਪੁੱਠੀਆਂ ਸਿੱਧੀਆਂ ਫਿਲਮਾਂ ਗਾਣੇ ਦੇਖਦਾ ਹੈ, ਇਹੋ ਜਿਹੇ ਚਿੱਤਰ ਵੇਖਦਾ ਹੈ ਜਿਹੜੇ ਤੇਰੇ ਜੀਵਨ ਦੇ ਅੰਦਰ ਚੰਚਲਤਾ ਹੀ ਪੈਦਾ ਕਰਦੇ ਨੇ, ਕੰਨਾਂ 'ਤੇ ਕੰਟਰੋਲ ਨਹੀਂ, ਗੁਰੂ ਕੀ ਬਾਣੀ ਗੁਰੂ ਕਾ ਕੀਰਤਨ ਸਰਵਣ ਨਹੀਂ ਕਰਦਾ, ਅਤੇ ਗਾਣਿਆਂ ਦੀਆਂ ਟੂਟੀਆਂ ਕੰਨਾਂ 'ਚੋਂ ਨਿਕਲਦੀਆਂ ਨਹੀਂ ਭਾਈ, ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਫਿਰ ਦੋਸ਼ ਦਿੰਦਾ ਹੈ ਜੀ ਮੇਰਾ ਮਨ ਨਹੀਂ ਟਿਕਦਾ। ਭਾਈ ਮਨ ਤਾਂ ਟਿਕੇਗਾ, ਪਹਿਲਾਂ ਤਨ ਨੂੰ ਕਾਬੂ 'ਚ ਕਰ, ਤਨ ਨੂੰ ਮਾੜੇ ਧੰਦਿਆਂ ਤੋਂ ਹਟਾ, ਤਨ ਨੂੰ ਵਿਕਾਰਾਂ ਤੋਂ ਹਟਾ, ਜਦੋਂ ਤਨ ਸੰਭਾਲ ਲਿਆ ਤੇ ਤੇਰਾ ਮਨ ਵੀ ਇਕਾਗਰ ਹੋ ਜਾਏਗਾ, ਜੇ ਤਨ ਕਾਬੂ 'ਚ ਨਹੀਂ ਤੇ ਮਨ ਵੀ ਕਾਬੂ 'ਚ ਨਹੀਂ ਆਉਣਾ। ਸ਼ੁੱਧ ਬਿਹਾਰੀ ਕਰ ਗੁਰ ਦੁੱਖ ਛੋਡੀਏ ਬਾਦ। ਸੁੱਖਾਂ ਦੀ ਆਸ ਕਰਨੀ ਹੈ, ਦੁੱਖਾਂ ਦਾ ਕਿਨਾਰਾ ਕਰਨਾ ਹੈ, ਗੁਰੂ ਦੇ ਚਰਨਾਂ 'ਚ ਬੇਨਤੀ ਰੱਖਣੀ ਹੈ। ਮਾਲ ਲਾਲ ਅਰਸਾਲ ਮੈਂ ਖਾਲ ਚਾਲ ਬਚਾਲ। ਮਾਲ ਖਾਲ ਚਾਲ, ਸਤਿਗੁਰੂ ਸੱਚੇ ਪਾਤਸ਼ਾਹ ਜੇਕਰ ਖਜ਼ਾਨੇ ਮਸਤਾਨੇ ਵੀ ਹੋ ਜਾਣ, ਜੁੱਤੀ ਟੁੱਟੀ ਵੀ ਕਿਉਂ ਨਾ ਪਾਈ ਹੋਵੇ, ਫਿਰ ਵੀ ਗੁਰੂ 'ਤੇ ਭਰੋਸਾ ਨਹੀਂ ਡੁਲਾਉਣਾ, ਗੁਰੂ ਦੀ ਰਜ਼ਾ 'ਚ ਰਹਿਣਾ ਹੈ, ਗੁਰੂ ਦਾ ਧੰਨਵਾਦ ਕਰਨਾ ਹੈ ਕਿ ਸਤਿਗੁਰੂ ਭਾਵੇਂ ਟੁੱਟੀ ਜੁੱਤੀ ਪਾਈ ਹੈ, ਬਹੁਤ ਐਸੇ ਨੇ ਜਿਹੜੇ ਨੰਗੇ ਤੁਰੇ ਫਿਰਦੇ ਨੇ, ਉਹਨਾਂ ਤੋਂ ਤਾਂ ਮੈਂ ਚੰਗਾ ਨਾ। ਕਹਿਣ ਤੋਂ ਭਾਵ ਗੁਰੂ ਨੇ ਜਿੰਨਾ ਦਿੱਤਾ ਹੈ ਥੋੜੇ ਦੇ ਵਿੱਚ ਹੀ ਸਬਰ ਕਰਨਾ ਹੈ, ਸੰਦੋਖ ਕਰਨਾ ਹੈ। ਗੁਰੂ ਕਾ ਐਨ ਟਿਗ ਇਹੀ ਸਿੱਖ ਕਾ ਸਵਾਲ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਇਸ ਪ੍ਰਕਾਰ ਗੁਰੂ 'ਤੇ ਸਿਦਕ ਰੱਖ ਕੇ, ਗੁਰੂ 'ਤੇ ਭਰੋਸਾ ਰੱਖ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਨਾ ਹੈ। ਕੁਝ ਇੱਕ ਪੰਕਤੀਆਂ ਸਤਿਗੁਰੂ ਜੀ ਨੇ ਅੱਗੇ ਵੀ ਦਰਸਾਈਆਂ ਨੇ ਕਿ ਜੀਵਨ ਦੇ ਅੰਦਰ ਕਿਹੜੇ ਕਿਹੜੇ ਕਾਰਜ ਕਰਨੇ ਨੇ, ਭਾਵ ਮਾੜੀ ਮਤ ਤੋਂ ਖੋਟੀ ਮਤ ਤੋਂ ਵਿਚਾਰ ਰੱਖੀਏ,
ਤੇ ਇੱਥੇ ਸਤਿਗੁਰੂ ਜੀ ਇਹ ਕਹਿੰਦੇ ਨੇ ਕਿ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਪਰ ਪਹਿਰਾ ਨਹੀਂ ਜੇ ਦੇਣਾ ਕਿ ਕਿਸੇ ਨੇ ਕੁਝ ਕਹਿ ਦਿੱਤਾ ਤੇ ਪਲ ਵਿੱਚ ਤੋਲਾ ਪਲ ਵਿੱਚ ਮਾਸਾ ਹੋ ਗਿਆ, ਕਿਸੇ ਨੇ ਕਹਿ ਦਿੱਤਾ ਚੰਗਾ ਹੈ ਤੇ ਉਹਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ, ਕਿਸੇ ਨੇ ਕਹਿ ਦਿੱਤਾ ਇਹ ਮੰਦਾ ਹੈ ਤੇ ਉਹਦੀ ਪੰਡੀ ਕਰਨੀ ਸ਼ੁਰੂ ਕਰ ਦਿੱਤੀ, ਆਪ ਤੇ ਪਰਖਿਆ ਹੀ ਨਹੀਂ ਕਿ ਭਾਈ ਗੱਲ ਸੱਚੀ ਵੀ ਹੈ ਕਿ ਨਹੀਂ, ਕੇਵਲ ਸੁਣੀਆਂ ਸੁਣਾਈਆਂ ਤੇ ਰਹਿੰਦੀ ਖੁੰਦੀ ਬਿਮਾਰੀ ਮੈਂ ਅੰਤ ਦੇ ਵਿੱਚ ਬਚਨ ਦੇ ਜ਼ਿਕਰ ਕਰਦੇ ਹਾਂ ਕਿ ਵਟਸਐਪ ਨੇ ਪਾ ਦਿੱਤੀ ਹੈ, ਕਿਸੇ ਦੀ ਫੋਟੋ ਆ ਗਈ ਹੈ ਚੰਗਾ ਹੈ ਤੇ ਗੁਣ ਗਾਈ ਜਾਓ, ਕਿਸੇ ਦੀ ਫੋਟੋ ਆ ਗਈ ਮੰਦਾ ਹੈ ਤੇ ਭੰਡੀ ਕਰੀ ਜਾਓ। ਤੇ ਮੇਰੇ ਵਰਗਾ ਨਾ ਅੰਮ੍ਰਿਤਧਾਰੀ, ਨਾ ਬਾਣੀ ਪੜ੍ਹੀ, ਨਾ ਗੁਰੂ ਦਾ ਨਿਤਨੇਮੀ ਤੇ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਦੇ ਉੱਪਰ ਕਿੰਤੂ ਇਹ ਜੀ ਐਂ ਕਰਦਾ ਏ, ਫਲਾਣਾ ਐਂ ਕਰਦਾ ਏ, ਢਿਮਕਾ ਐਂ ਕਰਦਾ ਏ, ਤੇ ਕਦੇ ਆਪਣੇ ਜੀਵਨ ਵੱਲ ਦੇਖਿਆ ਹੀ ਨਹੀਂ ਕਿ ਮੈਂ ਤੇ ਅੱਠ ਅੱਠ ਘੰਟੇ ਦਸ ਦਸ ਘੰਟੇ ਕੰਮ ਤੇ ਲਾਏ ਨੇ, ਦੋ ਮਿੰਟ ਨਾਮ ਵੀ ਨਹੀਂ ਜਪਿਆ। ਭਾਈ ਉਹ ਤੇ ਸੇਵਾ ਕਰਦਾ ਹੋਵੇਗਾ, ਕੋਈ ਸਿਮਰਨ ਕਰਦਾ ਹੋਵੇਗਾ, ਕੋਈ ਗੁਰੂ ਦੀ ਗੱਲ ਕਰਦਾ ਹੋਵੇਗਾ। ਸੋ ਸਤਿਗੁਰੂ ਕਿਰਪਾ ਕਰਦੇ ਨੇ ਇਹਨਾਂ ਬਚਨਾਂ ਦੇ ਉੱਪਰ ਪਹਿਰਾ ਦੇਣਾ ਹੈ। ਸੋ ਤਕਰੀਬਨ ਸਤਿਗੁਰੂ ਜੀ ਨੇ ਇੱਥੋਂ ਤੱਕ 75 ਅਰਦਾਸਾਂ ਆਪਾਂ ਨੂੰ ਦੱਸੀਆਂ ਨੇ, ਇਹ ਅਧਿਆਇ ਇੱਥੇ ਸਮਾਪਤ ਹੁੰਦਾ ਹੈ। 25 ਅਰਦਾਸਾਂ ਹੋਰ ਨੇ ਜੇਕਰ ਸਤਿਗੁਰੂ ਨੇ ਕਿਰਪਾ ਕੀਤੀ, ਅਤੇ ਫਿਰ ਕਿਸੇ ਦਿਨ ਆਪਾਂ ਆਪ ਸੰਗਤਾਂ ਦੇ ਨਾਲ ਜਦੋਂ ਸਾਂਝ ਬਣੇਗੀ ਅਤੇ ਆਪਾਂ ਕਰਨ ਦਾ ਯਤਨ ਕਰਾਂਗੇ। ਬਾਕੀ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰ ਦਿਆਂਗਾ, ਭਾਈ ਸੋਮਵਾਰ ਤੱਕ ਆਪਾਂ ਤੁਹਾਡੇ ਕੋਲ ਅਜੇ ਹੈਗੇ ਹਾਂ, ਵੈਸੇ ਤਾਂ ਹਫ਼ਤੇ ਦਾ ਦਿਨ ਹੈ, ਜੇ ਸੰਗਤ ਚਾਹੇਗੀ ਤਾਂ ਆਪਾਂ ਸੋਮਵਾਰ ਦੇ ਸ਼ਾਮਾਂ ਦੇ ਦੀਵਾਨਾਂ 'ਚ ਬਾਕੀ 25 ਅਰਦਾਸਾਂ ਉਹ ਸਰਵਣ ਕਰ ਸਕਦੇ ਹਾਂ। ਉਹ ਮੇਰੀ ਬੇਨਤੀ ਹੈ, ਕੋਈ ਆਪ ਜੀ ਦੇ ਨਾਲ ਧੱਕਾ ਜ਼ੋਰੀ ਨਹੀਂ, ਜੇ ਸੰਗਤ ਚਾਹੇਗੀ। ਅਤੇ ਕੱਲ੍ਹ ਦੇ ਦੀਵਾਨ ਇੱਕ ਆਪਣੇ ਕੋਲ ਬਾਕੀ ਨੇ, ਉਹਨਾਂ ਦੀਵਾਨਾਂ ਦੇ ਅੰਦਰ ਜਿਨ੍ਹਾਂ ਦੇ ਪ੍ਰਥਾਏ ਆਪਾਂ ਸਮਾਗਮ ਰਚਾਏ ਨੇ, ਸ਼ਹੀਦ ਕੌਣ ਨੇ, ਸ਼ਹੀਦੀ ਕਿਵੇਂ ਹੁੰਦੀ ਹੈ, ਸ਼ਹੀਦਾਂ ਦੇ ਗੁਣ ਕੀ ਨੇ, ਸਾਨੂੰ ਸ਼ਹੀਦਾਂ ਦੀ ਲੋੜ ਹੈ ਜਾਂ ਨਹੀਂ ਹੈ, ਇਹਨਾਂ ਸ਼ੰਕਿਆਂ ਦੇ ਜਵਾਬ ਗੁਰੂ ਜੀ ਤੋਂ ਪੁੱਛਾਂਗੇ। ਅਤੇ ਸ਼ਹੀਦਾਂ ਦੇ ਪ੍ਰਥਾਏ ਗੁਰੂ ਅਰਜਨ ਦੇਵ ਮਹਾਰਾਜ ਅਤੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਸਮਾਂ ਅੱਜ ਮੈਂ ਆਪ ਜੀ ਦਾ ਥੋੜ੍ਹਾ ਜ਼ਿਆਦਾ ਲੈ ਗਿਆ, ਪਰ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੋ ਇਕਾਗਰ ਹੋ ਕਰਕੇ ਆਪ ਨੇ ਸਰਵਣ ਕੀਤਾ ਹੈ। ਗ੍ਰੰਥੀ ਸਿੰਘ ਜੀ, ਸੇਵਾਦਾਰ ਸਾਰੇ ਬੈਠੇ ਨੇ, ਭਾਈ ਜਸਪਾਲ ਸਿੰਘ ਜੀ, ਭਾਈ ਪ੍ਰਗਟ ਸਿੰਘ ਜੀ, ਹੋਰ ਵੀ ਸੱਜਣ ਜਿਹਨਾਂ ਨੂੰ ਮੈਂ ਚਿਹਰੇ ਕਰਕੇ ਜਾਣਦਾ, ਨਾਮ ਨਹੀਂ ਜਾਣਦਾ, ਸਭ ਦਾ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ। ਆਓ ਇੱਥੇ ਹੀ ਦਾਸ ਨੂੰ ਆਗਿਆ ਬਖਸ਼ਿਸ਼ ਕਰੋ ਅਤੇ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਆਪ ਵੀ ਹਾਜ਼ਰੀਆਂ ਭਰਿਓ ਅਤੇ ਪ੍ਰੇਰ ਕੇ ਸੰਗਤਾਂ ਨੂੰ ਲੈ ਕੇ ਆਓ। ਅਤੇ ਸ਼ਹੀਦਾਂ ਦੇ ਪ੍ਰਥਾਏ ਕੱਲ੍ਹ ਦਾ ਪ੍ਰਸੰਗ ਇਦੋਂ ਵੀ ਖੂਬਸੂਰਤ, ਹੋਰ ਵੀ ਚੜ੍ਹਦੀ ਕਲਾ ਦਾ ਸਤਿਗੁਰੂ ਜੀ ਦਾ ਆਪਾਂ ਸਰਵਣ ਕਰਾਂਗੇ ਜੀ। ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਮੇਰਾ ਸਤਿਗੁਰੂ ਕਿਰਪਾ ਕਰਕੇ ਸਾਨੂੰ ਵੀ ਭਰੋਸੇ ਦੀ ਦਾਤ ਬਖਸ਼ੇ। ਉੱਠਦਿਆਂ ਬਹਿੰਦਿਆਂ ਬਾਣੀ ਪੜ੍ਹਦਿਆਂ ਕਥਾ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਜੀ ਬਖਸ਼ ਦੇਣ, ਅੱਗੋਂ ਤੋਂ ਸਮੱਤ ਬਖਸ਼ਣ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।